ਹੁਣ ਸਾਡੀ ਫੈਕਟਰੀ ਸੀ, ਉਹ ਬਾਰਡਰ ਬਣ ਗਿਆ ਅਤੇ ਉਹ ਪਾਕਿਸਤਾਨ ਨੇ ਚਲੇ ਗਈ ਬਾਂਗਲਾਦੇਸ਼। ਹਾਂ ਕੁਛ ਨਹੀਂ, ਪਾਕਿਸਤਾਨ ਵਾਲਿਆਂ ਨੇ ਫੈਕਟਰੀ ਨੈਸ਼ਨਲਾਈਜ਼ ਨਹੀਂ ਕੀਤੀ, ਉਹ ਖਾਲੀ ਪੈਸਾ ਪਾਕਿਸਤਾਨ ਤੋਂ ਬਾਹਰ ਨਹੀਂ ਸੀ ਆਉਣ ਦਿੰਦੇ। ਉੱਥੇ ਢਾਕਾ 'ਚ ਹਬੀਬ ਬੈਂਕ 'ਚ ਸਾਡੇ 5 ਕਰੋੜ ਰੁਪਈਆ ਪਿਆ ਸੀ ਜਦੋਂ ਬੰਗਲਾਦੇਸ਼ ਬਣਿਆ। ਅੱਛਾ, ਜਦੋਂ ਬੰਗਲਾਦੇਸ਼ ਬਣਿਆ, ਬਣਾਇਆ ਹਿੰਦੁਸਤਾਨ ਨੇ, ਉਹਨਾਂ ਨੇ ਉਹਨੂੰ ਐਨਮੀ ਪ੍ਰੋਪਰਟੀ ਡਿਕਲੇਅਰ ਕਰਕੇ ਅਕਵਾਇਰ ਕਰ ਲਿਆ, ਪੈਸਾ ਵੀ ਅਕਵਾਇਰ ਕਰ ਲਿਆ, ਕੰਪਨੀ ਵੀ ਅਕਵਾਇਰ ਕਰ ਲਿਆ। ਦੇਖੋ ਅੱਜ ਵੀ ਹੁਣ ਜਮਸ਼ੇਦਪੁਰ ਮੇਰੇ ਹੱਥ ਨਹੀਂ ਹੈ, ਟਾਟਾ ਕੰਪਨੀ ਨੇ ਕਬਜ਼ਾ ਕਰ ਲਿਆ, ਕੀਤਾ ਠੱਗੀ ਮਾਰ ਕੇ ਹੀ ਹੈ ਪਰ ਕਰ ਲਿਆ। ਮੈਂ ਘਰ ਜਿੱਥੇ ਜਮਿਆ ਬਣਿਆ ਮੇਰਾ ਘਰ ਗਿਆ, ਮੇਰੇ ਬਾਬਾ ਜੀ ਦਾ ਘਰ ਗਿਆ, ਸਾਡੀ ਤਾਂ ਉੱਥੇ ਪੂਰੀ ਯਾਨੀ ਜਾਇਦਾਦ ਸੀ। ਦੋ ਕੰਪਨੀਆਂ ਸਨ, ਕੋਈ 300-400 acres ਜ਼ਮੀਨ ਦੇ ਵਿੱਚ ਟਾਊਨਸ਼ਿਪ ਸੀ ਜਿਹੜੀ, ਉੱਥੇ ਪੋਸਟ ਆਫਿਸ ਉਹ ਮੇਰੇ ਬਾਬਾ ਜੀ ਦੇ ਨਾਂ ਦਾ ਹੈ, ਪੋਸਟ ਆਫਿਸ ਇੰਦਰਾ ਨਗਰ। ਸਾਰੇ ਸੀ ਪੂਰਨ ਸਿੱਖ ਸੀਗੇ, ਕੋਈ ਦਾੜੀ ਕੱਟਾ ਵਾਲਾ ਨਹੀਂ ਸੀ ਸਾਡੇ ਕੋਲ। ਉਦੋਂ ਤਾਂ ਪੰਜਾਬ 'ਚ ਵੀ ਨਹੀਂ ਹੁੰਦਾ ਹੋਣਾ ਇਹ ਜਿਹਾ ਮਾਹੌਲ। ਪੰਜਾਬ ਵਿੱਚ ਟਰੱਕ ਡਰਾਈਵਰ ਵਗੈਰਾ ਨੇ ਸ਼ੁਰੂ ਕਰਤਾ ਸੀ ਕੰਮ। ਅੱਛਾ, ਅਤੇ ਇੱਥੇ ਜਿਹੜੇ ਖਾਸ ਕਰਕੇ ਪੈਪਸੂ ਤੋਂ ਇਹ ਜਿਹੜੇ ਅਫਸਰ ਆਏ ਸੀਗੇ, ਉਹ ਉਹਨਾਂ ਦਾ ਇਹੀ ਹਾਲ ਸੀ ਕਿਉਂਕਿ ਪੈਪਸੂ ਤਾਂ ਲੋਕ ਬੀੜੀਆਂ ਪੀਂਦੇ ਸਨ। ਤੁਸੀਂ ਹੁਣ ਅੱਜ ਦੀ ਤਰੀਕ ਦੇ ਵਿੱਚ ਪਿਛਲੇ 70-75 ਸਾਲਾਂ ਦੇ ਵਿੱਚ ਅਨਾਲਿਸਿਸ ਜ਼ਰੂਰ ਕੀਤਾ ਹੋਣਾ ਜੀ, 47 ਦਾ ਬੜੀ ਵਾਰ ਕੀਤਾ ਹੋਣਾ ਜੀ, ਤੁਹਾਡਾ ਨਾਨਕਾ ਪਰਿਵਾਰ ਉੱਥੋਂ ਸੀਗਾ, ਤਾਂ ਤੁਹਾਡਾ ਅਨਾਲਿਸਿਸ 47 ਨੂੰ ਲੈ ਕੇ ਜਾਂ ਇੱਕ ਤਸਵੀਰ ਜਿਹੜੀ ਬਣਦੀ ਹੈ 47 ਨੂੰ ਲੈ ਕੇ, ਉਹ ਕੀ ਹੈ ਵੀ ਕਿੱਥੇ ਕੁ ਜਿਹੜੀ ਸਿੱਖ ਲੀਡਰਸ਼ਿਪ ਨੇ ਉਹ ਖਤਾ ਕਰਦੀ? ਇਹ ਬੜੀ ਮਿਸਕਨਸੈਪਸ਼ਨ ਹੈ ਲੋਕਾਂ ਨੂੰ ਕਿ ਸਿੱਖਾਂ ਨੂੰ ਰਾਜ ਦੇ ਰਹੇ ਸੀ ਅੰਗਰੇਜ਼, ਕਦੇ ਵੀ ਇਸ ਪਾਸੇ ਨਹੀਂ ਸੀ ਆਇਆ। ਜਿਹੜੇ ਸਟੇਟਸ ਸੀਗੇ ਸਿੱਖ ਸਟੇਟਸ, ਉਹਨਾਂ ਨੂੰ ਅਖਤਿਆਰ ਦਿੱਤੇ ਸੀ ਅੰਗਰੇਜ਼ਾਂ ਨੇ। ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਟੇਟ ਦੀ ਗੱਲ ਕਰ ਰਹੇ ਹਾਂ, ਤਾਂ ਮਹਾਰਾਜਾ ਰਣਜੀਤ ਸਿੰਘ ਦਾ ਟੱਬਰ ਨੂੰ ਤਾਂ ਅੰਗਰੇਜ਼ਾਂ ਨੇ ਚੱਬ ਕੇ ਹੱਡੀਆਂ ਸਿੱਟ ਦੀਆਂ, ਉਹਨਾਂ ਨੂੰ ਤਾਂ ਸਾਈ ਉਸ ਵੀ ਬਣਾਤਾ, ਟੱਬਰ ਖਤਮ ਕਰਤਾ। ਉਹ ਕਿਹਨੂੰ ਦਿੰਦੇ ਰਾਜ ਮਹਾਰਾਜਾ ਰਣਜੀਤ ਸਿੰਘ ਦਾ? ਜੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਡਿਸੈਂਡੈਂਟ ਚੁਣਦਾ ਰਹਿੰਦਾ ਤਾਂ ਉਹ ਵੀ ਕਲੇਮ ਕਰ ਸਕਦਾ ਸੀ। ਸਾਰਾ ਵਰਲਡ ਆਰਡਰ ਹੀ ਚੇਂਜ ਹੋ ਗਿਆ ਸੀਗਾ ਸੈਕਿੰਡ ਵਰਲਡ ਵਾਰ ਦੇ ਬਾਅਦ। ਉਹ ਜਿਹੜਾ ਵਰਲਡ ਆਰਡਰ ਚੇਂਜ ਹੋ ਰਿਹਾ ਸੀਗਾ, ਜਿਹੜਾ ਰਾਜਸੀ ਨਿਜ਼ਾਮ ਤੋਂ ਡੈਮੋਕ੍ਰੇਸੀ ਦਾ ਨਿਜ਼ਾਮ ਆ ਰਿਹਾ ਸੀਗਾ, ਉਸਨੂੰ ਸਿੱਖ ਲੀਡਰਸ਼ਿਪ ਕਿੰਨਾ ਕੁ ਸਮਝਦੀ ਸੀ ਜਾਂ ਕਿੰਨੀ ਕੁ ਉਹਦੇ 'ਚ ਪੱਕੀ ਰਹੀ? ਸਿੱਖ ਲੀਡਰਸ਼ਿਪ ਕੋਲ ਚਾਰਾ ਨਹੀਂ ਰਿਹਾ ਜਦੋਂ ਕਿ ਉਹਨਾਂ ਦੀ ਅਸੈਂਬਲੀ ਦੇ ਵਿੱਚ ਵੀ ਪਾਸ ਕਰਤਾ ਕਿ ਡਿਵੀਜ਼ਨ ਨਹੀਂ ਹੋਣੀ ਚਾਹੀਦੀ, ਟ੍ਰਾਈਪਾਰਟਾਈਟ ਮੀਟਿੰਗਾਂ 'ਚ ਵੀ ਕਹਿਤਾ ਕਿ ਡਿਵੀਜ਼ਨ ਨਹੀਂ ਹੋਣੀ ਚਾਹੀਦੀ, ਤਿੰਨੋਂ ਹੀ ਨੇ ਤਿੰਨਾਂ ਵਿੱਚ ਇਹੀ ਸਟੈਂਡ ਰਿਹਾ ਕਿ ਨਹੀਂ ਅਸੀਂ ਵੀ ਡੋਂਟ ਐਕਸੈਪਟ ਡਿਵੀਜ਼ਨ। ਲੇਕਿਨ ਮਹਾਤਮਾ ਗਾਂਧੀ ਅਤੇ ਨਹਿਰੂ ਨੂੰ ਕਾਹਲੀ ਪੈ ਗਈ, ਜਿਹੜੀ ਡਿਵੀਜ਼ਨ ਹੋਈ ਹੈ ਇਹਦੇ 'ਚ ਮਹਾਤਮਾ ਗਾਂਧੀ ਵੀ ਉਨਾ ਹੀ ਕਸੂਰਵਾਰ ਹੈ ਜਿੰਨਾ ਨਹਿਰੂ ਹੈ। ਨਹਿਰੂ ਨੂੰ ਕਾਹਲੀ ਸੀ ਕਿ ਮੇਰੀ ਮੈਂ ਬੁਰਾ ਹੋ ਰਿਹਾ, ਮੇਰੀ ਪ੍ਰਾਈਮ ਮਿਨਿਸਟਰੀ ਜਾਂਦੀ ਹੈ, ਅਸਲੀ ਤਾਂ ਗੱਲ ਆ ਹੈ। ਜਿੰਨਾ ਸਾਹਿਬ ਜਿਹੜੀ ਆਪਸ਼ਨ ਦਿੰਦੇ ਸੀਗੇ ਕਿ ਤੁਸੀਂ ਸਾਡੇ ਨਾਲ ਆ ਜਾਓ, ਆਪਸ਼ਨ ਹੀ ਨਹੀਂ ਸੀ। ਜਿਹੜੇ ਬੰਦਿਆਂ ਦੇ ਨਾਲ ਸਾਡਾ ਇਤਿਹਾਸ, ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬ ਦੇ ਸ਼ਾਹਬਜ਼ਾਦਿਆਂ ਨੂੰ ਕਤਲ ਕੀਤਾ ਹੋਵੇ, ਜਿਨ੍ਹਾਂ ਨੇ ਇੰਨੀ ਵੱਡੀ ਯਾਨੀ ਇੰਨਾ ਵੱਡਾ ਗੁਨਾਹ ਕੀਤਾ ਹੋਵੇ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚਿਆਂ ਦੇ ਨਾਲ ਕੀਤਾ, ਉਹਨਾਂ ਦੇ ਸਾਥੀਆਂ ਨਾਲ ਕੀਤਾ, ਫੈਕਟਰ ਕੰਮ ਕਰ ਰਿਹਾ ਸੀ, ਉਹ ਚੀਜ਼ਾਂ ਅਸੀਂ ਭੁੱਲ ਸਕਦੇ ਸੀ? ਇੰਡੀਵਿਜੁਅਲੀ ਜਿਹੜਾ ਪੰਜਾਬੀ ਮੁਸਲਮਾਨ ਹੈ ਉਹ ਤੁਹਾਡਾ ਦੋਸਤ ਹੋ ਸਕਦਾ। ਇੱਕੋ ਪੋਸੀਬਿਲਿਟੀ ਸੀ ਜੇ ਡਿਲੇ ਹੁੰਦਾ, ਜੇ ਦੀ ਗੱਲ ਕਰ ਰਹੇ ਹਾਂ, ਜੇ
ਲੜਾਈ ਸੈਕਿੰਡ ਵਰਲਡ ਵਾਰ ਦੇ ਬਾਅਦ ਚਰਚਿਲ ਦੁਆਰਾ ਪ੍ਰਾਈਮ ਮਿਨਿਸਟਰ ਬਣਦਾ ਅਤੇ 15 ਸਾਲ ਆਜ਼ਾਦੀ ਨਹੀਂ ਸੀ ਮਿਲਣੀ ਅਤੇ ਬਹੁਤ ਕੁਛ ਠੀਕ ਹੋ ਜਾਣਾ ਸੀ। ਡੈਮੋਕ੍ਰੇਸੀ ਇੰਡੀਆ ਦੀ ਸਟਰੋਂਗ ਹੈਗੀ, ਬਹੁਤ ਟਾਈਮ ਲੱਗਦਾ ਹੈ ਜੀ, ਬਹੁਤ ਟਾਈਮ ਲੱਗਦਾ ਹੈ ਡੈਮੋਕ੍ਰੇਸੀ ਨੂੰ ਸਹੀ ਸਮਝਣ ਵਾਸਤੇ। ਅਸੀਂ ਵਰਲਡ ਦੀ ਜਿਹੜੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਹੈ ਨਾ, ਉਹ ਹੈ ਸਵਿਟਜ਼ਰਲੈਂਡ ਦੀ। ਉਹਨਾਂ ਨੂੰ 300-350 ਸਾਲ ਹੋ ਗਏ। ਉਹ ਤਾਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਕਿ ਨੈਸ਼ਨਲ ਇੰਪੋਰਟੈਂਸ ਦੀਆਂ ਨੇ, ਉਹ ਵੀ ਰੈਫਰੈਂਡਮ ਕਰ ਦਿੰਦੀਆਂ ਨੇ। ਹਫ਼ਤੇ 10 ਦਿਨ ਦਿੰਦੀਆਂ ਨੇ ਜੀ, ਟੈਲੀਵਿਜ਼ਨ 'ਤੇ ਆਉਂਦੀ ਹੈ ਡਿਬੇਟ, ਜੋ ਵੀ ਹੈ ਥੋੜ੍ਹੀ ਉਹਨਾਂ ਗੱਲਾਂ। ਪੋਸਟਰ ਦਾ ਰੋਲ ਨਹੀਂ ਹੁੰਦਾ, ਕੋਈ ਛੁੱਟੀ ਨਹੀਂ ਦਿੰਦੇ, ਦਸਵਾਂ ਛੁੱਟੀ ਅੱਧੇ ਘੰਟੇ ਲੈ ਕੇ ਜਾ ਕੇ ਵੋਟ ਕਰਕੇ ਆ ਜਾਂਦੇ ਆ। ਮੇਜਰ ਇਸ਼ੂ ਵਿੱਚ ਅਫੈਕਟ ਦੀ ਕੰਟਰੀ ਆਰ ਪੁੱਟ ਔਨ ਟੂ ਰੈਫਰੈਂਡਮ। ਉਹ ਕਹਿੰਦੇ ਕਿ ਮੈਂ ਨਾ ਬੜਾ ਪੱਕਾ RSS ਦਾ ਵਰਕਰ ਗਿਆ। ਅੱਛਾ। ਅਤੇ ਮੈਂ ਜਦੋਂ ਇਹ ਫੈਸਲਾ ਕਰਦੇ ਸੀ ਕਿ ਵੀ ਹਿੰਦੀ ਲਿਖਾਓ ਜਾਂ ਪੰਜਾਬੀ ਲਿਖਾਓ, ਇੱਥੇ ਹੋਏ ਹੋਇਆ ਸੀ ਰੈਫਰੈਂਡਮ ਜਿਹਾ, ਅਤੇ ਮੈਂ ਪਿੰਡ ਪਿੰਡ ਜਾ ਕੇ ਨਾ ਆਪਣੀ ਮਾਂ ਦੀ ਹੱਤਿਆ ਕੀਤੀ। ਮਾਂ ਦੀ ਹੱਤਿਆ ਕੀਤੀ, ਮਾਂ ਤਾਂ ਮੇਰੀ ਪੰਜਾਬੀ ਹੈ। ਮੈਂ ਜਾ ਜਾ ਕੇ ਕਿਹਾ ਕਿ ਪੰਜਾਬੀ ਨਾ ਲਿਖਾਓ, ਆਪਣੇ ਹਿੰਦੂ ਭਰਾਵਾਂ ਨੂੰ ਹਿੰਦੀ ਲਿਖਾਓ। ਸਰਦਾਰ ਸੰਪੂਰਨ ਸਿੰਘ ਮੇਰੇ ਨਾਨਾ ਜੀ ਦਾ ਸਾਰਾ ਕੁਛ ਹੀ ਰਹਿ ਗਿਆ, ਪਰਿਵਾਰ ਵੀ ਮਾਰੇ ਗਏ ਕਈ ਬੰਦੇ ਉਹਨਾਂ ਦੇ, ਜ਼ਮੀਨ ਜਾਇਦਾਦ ਜੋ ਬੈਂਕ ਸੀਗੇ, ਬੈਂਕਾਂ ਜੋ 4 ਪੈਸੇ ਸਨ। ਸਿੰਧ ਦੇ ਵਿੱਚ ਬਾਬਾ ਜੀ ਦੇ 10,000 ਏਕੜ ਸੀ, ਉਹ ਵੀ ਗਏ, ਉਹ ਨਹੀਂ ਤੁਸੀਂ ਗਿਣਦੇ। ਮੁੱਲ ਲੈ ਕੇ ਇੱਥੋਂ 100 ਬੰਦਾ ਭੇਜਿਆ ਸੀਗਾ, ਜਿਹੜਾ ਜਾ ਕੇ ਉੱਥੇ ਜਿਹੜੇ ਅਫਰੀਦੀ ਸੀ ਉਹਨਾਂ ਕੋਲੋਂ ਖਾਲੀ ਕਢਾਇਆ ਸੀ, ਅਸੀਂ ਉਹ ਵੀ ਲੂਜ਼ ਕੀਤਾ ਹੈ। ਬਹੁਤ ਵੱਡੀ ਹੈ 10,000 ਏਕੜ, ਬਹੁਤ ਵੱਡੀ ਹੈ। ਹਾਂ, ਅਸੀਂ ਹੁਣ ਆਪਣਾ ਕੱਪੜੇ ਖੋਲ੍ਹ ਕੇ ਤਾਂ ਨਹੀਂ ਵਿਖਾਉਂਦੇ ਹਾਂ ਦੁਨੀਆ ਨੂੰ ਕਿ ਆਇਆ ਹੈ, ਇੱਕ ਕਮਲਾ ਕੋਈ ਗਲਤ ਲਿਖ ਦਿੰਦਾ ਹੈ ਤਾਂ ਵੀ ਤਾਂ ਭੌਂਕਦੇ ਹਾਂ ਯਾਰ। ਹੁਣ ਹਰੇਕ ਕੁੱਤੇ ਦਾ ਕੌਣ ਜਵਾਬ ਦੇਵੇ। ਕਦੇ ਅਮੀਰ ਘਰਾਣੇ ਵਾਲੇ ਬੱਚਿਆਂ ਨੂੰ ਐਂ ਲੱਗਿਆ ਕਿ ਸਾਡੀ ਕੋਈ ਚੀਜ਼ ਕੋਈ ਪੂਰੀ ਹੋਣੀ ਰਹਿ ਗਈ ਬਚਪਨ ਦੇ ਵਿੱਚ, ਵੀ ਉਹ ਅਮੀਰ ਘਰਾਣਿਆਂ 'ਚ ਹੋ ਨਹੀਂ ਸਕਦੀ ਸੀ, ਵੀ ਉਹ ਮਦਰਿਆਨੇ ਜੇ ਮਿਡਲ ਕਲਾਸ ਫੈਮਿਲੀ 'ਚ ਹੋਣੀ ਚਾਹੀਦੀ ਸੀ। ਕਦੇ ਲੱਗਿਆ ਵੀ ਭਾਈ ਮਿਡਲ ਕਲਾਸ ਫੈਮਿਲੀ 'ਚ ਹੋਣਾ ਚਾਹੀਦਾ ਸੀ? ਅਸਲ ਵਿੱਚ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਇਹ ਹਰੇਕ 'ਤੇ ਨਹੀਂ ਅਪਲਾਈ ਕਰਦੀ। ਹਰ ਇਨਸਾਨ ਵੱਖਰਾ ਹੁੰਦਾ, ਭਾਵੇਂ ਉਹ ਅਮੀਰ ਹੋਵੇ ਅਤੇ ਭਾਵੇਂ ਉਹ ਗਰੀਬ ਹੋਵੇ, ਉਹਦੀ ਸੋਚ, ਉਹਦੀ ਅਪਰੋਚ ਸਬਜੈਕਟਸ ਨੂੰ ਹਮੇਸ਼ਾ ਵੱਖਰੀ ਵੱਖਰੀ ਹੁੰਦੀ ਹੈ। ਜਿਹੜੀ ਮੇਰੀ ਪਰਵਰਿਸ਼ ਹੋਈ ਹੈ ਉਹ ਸਿੱਖ ਘਰਾਣੇ ਵਿੱਚ ਹੈ, ਰੱਬ ਦੀ ਮਿਹਰ ਹੈ ਕਿ ਜੰਮਿਆ ਸਿੱਖਾਂ ਘਰ ਦੇ ਘਰਾਂ ਵਿੱਚ ਹੈ, ਅਤੇ ਉਹ ਸਿੱਖ ਤੌਰ ਤਰੀਕੇ ਦੇ ਮੁਤਾਬਕ ਹੋਈ ਹੈ ਜੀ, ਜਿਸ ਦੇ ਵਿੱਚ ਕਿ ਅਮੀਰੀ ਗਰੀਬੀ ਦਾ ਮਾਦਾ ਹੁੰਦਾ ਹੀ ਨਹੀਂ। ਅਤੇ ਕਿਉਂਕਿ ਮੇਰੇ ਬਾਬਾ ਜੀ ਇੱਥੋਂ ਮੋਰਿੰਡੇ ਦੇ ਕੋਲ ਹੀ ਸਾਡਾ ਪਿੰਡ ਹੈ ਦੁਮਣਾ, ਉੱਥੋਂ ਦੀ ਉਹਨਾਂ ਦੀ ਜਨਮ ਹੈ। ਉਹ 20 ਏਕੜ ਜ਼ਮੀਨ ਦੇ ਮਾਲਕ ਸਨ, 10 ਉਹਨਾਂ ਦਾ ਆਪਣਾ ਸੀ, 10 ਇੱਕ ਉਹਨਾਂ ਦਾ ਭਰਾ ਸੀ ਜਿਹੜਾ ਮਰ ਗਿਆ। ਅੱਛਾ ਜੀ। ਅਤੇ ਉਹ 20 ਏਕੜ ਜ਼ਮੀਨ ਦੇ ਵਿੱਚ ਦੇ ਉਹ ਹੈ ਉਹਨਾਂ ਦੀ ਪਰਵਰਿਸ਼, ਅਤੇ ਗਾਂ ਉਹਨਾਂ ਦੇ 2 ਮੁੰਡੇ ਸਨ, ਉਹਨਾਂ ਦੇ 2-2 ਬੱਚੇ ਸਨ। ਸੋ ਮੇਰੇ ਹਿੱਸੇ ਜੇ ਉਹੀ ਹਿਸਾਬ ਹੁੰਦਾ ਤਾਂ 5 ਕਿੱਲੇ ਹੀ ਆਏ ਨਾ, ਅਤੇ 5 ਕਿੱਲੇ ਹੀ ਲੈ ਕੇ ਮੈਂ ਕਿੱਥੇ ਟੱਪਦਾ ਫਿਰਦਾ। ਸੋ ਇਹ ਬਾਬਾ ਜੀ ਨੇ ਜਿਹੜੀ ਕੁਛ ਕੀਤਾ, ਹਿੰਮਤ ਕੀਤੀ, ਵਾਹਿਗੁਰੂ ਨੇ ਉਹਨਾਂ ਦਾ ਹੱਥ ਫੜਿਆ,
ਉਹ ਉਹਨਾਂ ਦੀ ਆਪਣੀ ਕੋਸ਼ਿਸ਼ ਸੀ, ਉਹ ਪਹਿਲੇ ਪੜ੍ਹੇ ਵੀ ਅਤੇ ਬੜੀ ਹਿੰਮਤ ਨਾਲ ਪੜ੍ਹੇ। ਜਿਹੜਾ ਪ੍ਰਾਇਮਰੀ ਸਕੂਲ ਸੀ ਸਾਡੇ ਪਿੰਡ ਤੋਂ 1.5-2 ਕਿਲੋਮੀਟਰ ਹੈ, ਪਹਿਲੇ ਛੋਟੇ ਹੁੰਦੇ ਹੋਏ ਉੱਥੇ ਜਾਂਦੇ ਸਨ ਅਤੇ ਸ਼ਾਮ ਹੀ ਵਾਪਸ ਆਉਂਦੇ ਸਨ। ਮਿਡਲ ਸਕੂਲ ਸਰਹੰਦ ਸੀ ਅਤੇ ਸਾਡੇ ਤੋਂ, ਹਾਂ ਸਰਹੰਦ ਤੋਂ ਪਹਿਲੇ ਮੁਰਿੰਡੇ ਜਾਣਾ, ਉਹ 4-5 ਕਿਲੋਮੀਟਰ ਦੀ ਵਾਟ ਹੈ, ਉਹ ਪੈਦਲ ਜਾਣਾ। ਉੱਥੋਂ ਸਰਹੰਦ ਨੂੰ ਇੱਕ ਮੋਨੋਰੇਲ ਹੁੰਦੀ ਸੀ, ਸਰਹੰਦ ਰਿਆਸਤ 'ਚ ਹੁੰਦਾ ਸੀ, ਪਟਿਆਲੇ ਰਿਆਸਤ 'ਚ। ਅੱਛਾ, ਰਾਜੇ ਨੇ ਇੱਕ ਮੋਨੋਰੇਲ ਬਣਾਈ ਸੀ। ਮੋਨੋਰੇਲ ਕੀ ਸੀ ਕਿ ਇੱਕ ਲੋਹੇ ਦੀ ਰੇਲ ਸੀ, ਉਹਦੇ 'ਤੇ ਲੋਹੇ ਦਾ ਪਹੀਆ ਚੱਲਦਾ ਸੀ, ਦੂਏ ਇੱਕ ਟਾਇਰ ਸੀ ਅਤੇ ਉਹਦੇ ਉੱਤੇ ਕੈਰਿਜ ਸੀ ਅਤੇ ਘੋੜਾ ਉਹਨੂੰ ਖਿੱਚ ਕੇ ਲਿਜਾਂਦਾ ਸੀ, ਅਤੇ ਉਹ ਮੋਨੋਰੇਲ ਉਹਨੂੰ ਕਹਿੰਦੇ ਸਨ। ਅਤੇ ਉਹਦੇ ਉੱਤੇ ਚੜ੍ਹ ਕੇ ਉਹਨਾਂ ਨੇ ਸਰਹੰਦ ਜਾਣਾ ਪੜ੍ਹਨ, ਵਾਪਸ ਮੁਰਿੰਡੇ ਆ ਕੇ ਉੱਥੋਂ ਪੈਦਲ ਵਾਪਸ ਪਿੰਡ ਆਉਣਾ। ਤੁਸੀਂ ਦੇਖੀ ਉਹ ਮੋਨੋਰੇਲ ਆਪ? ਨਹੀਂ, ਸਾਡੇ ਵੇਲੇ ਹਟ ਗਈ ਸੀ। ਹਟ ਗਈ, ਸਾਡੇ ਵੇਲੇ ਹਟ ਗਈ ਸੀ। ਮੇਰੇ ਬਾਬਾ ਜੀ ਦੀ ਗੱਲ ਹੈ। ਅੱਛਾ ਜੀ। ਅਤੇ ਇਹ ਬਾਬਾ ਜੀ ਦਾ ਜਨਮ ਲਗਭਗ 1870-71 'ਚ ਹੋਇਆ। ਉਹਨਾਂ ਦਾ ਨਾਮ? ਸਰਦਾਰਿੰਦਰ ਸਿੰਘ ਜੀ। ਅਤੇ ਉਹਨਾਂ ਨੂੰ ਮਗਰੋਂ ਫਿਰ ਸਰਦਾਰ ਬਹਾਦਰ ਦਾ ਖਿਤਾਬ ਵੀ ਮਿਲਿਆ ਅਤੇ ਲੜਾਈ ਜਦੋਂ ਛਿੜੀ ਹੈ ਉਹਦੇ ਬਾਅਦ ਉਹਨਾਂ ਨੂੰ ਅੰਗਰੇਜ਼ਾਂ ਨੇ ਸਰ ਦਾ ਖਿਤਾਬ ਵੀ ਦਿੱਤਾ। ਸੋ ਹੀ ਵਾਜ਼ ਨੋਨ ਐਜ਼ ਸਰਦਾਰ ਬਹਾਦਰ ਸਰ ਇੰਦਰਾ ਸਿੰਘ। ਉਹ ਹਾਈ ਸਕੂਲ ਕਰਨ ਲਈ ਚਲੇ ਗਏ ਸੀ ਅੰਬਾਲੇ, ਉਹ ਸਾਡਾ ਜ਼ਿਲ੍ਹਾ ਅੰਬਾਲਾ ਸੀ ਉਹਨਾਂ ਦਿਨਾਂ 'ਚ। ਅੱਛਾ, ਅੰਬਾਲੇ ਹੀ ਸੀਗਾ ਸਕੂਲ, ਉੱਥੇ ਉਹਨਾਂ ਨੂੰ ਵਜ਼ੀਫਾ ਮਿਲ ਗਿਆ। ਅਤੇ ਸਾਡਾ ਪਿੰਡ ਤੋਂ ਅੰਬਾਲਾ ਲਗਭਗ ਇੱਥੋਂ ਸਾਡਾ ਪਿੰਡ ਤਕਰੀਬਨ 30 ਕਿਲੋਮੀਟਰ ਹੈ, ਬਾਕੀ ਇੱਥੋਂ ਕੋਈ 40 ਕੋਣਾ ਅੰਬਾਲਾ। ਅਤੇ ਉਹ ਪੈਦਲ ਉਹਨਾਂ ਨੇ ਆਉਣਾ, ਜਦੋਂ ਵੀ ਆਉਣਾ ਅਤੇ ਪੈਦਲ ਚਲੇ ਜਾਣਾ। ਉੱਥੇ ਹੋਸਟਲ 'ਚ ਰਹਿੰਦੇ ਸੀ। ਕਿਆ ਬਾਤ! ਅਤੇ ਦੱਸਦੇ ਸਨ ਕਿ ਕਈ ਵਾਰੀ ਮਾਂ ਨੇ ਘਿਓ ਦਾ ਪੀਪਾ ਦੇ ਦੇਣਾ ਅਤੇ ਉਹ ਕਹਿੰਦੇ ਸਿਰ ਦੇ ਉੱਤੇ ਰੱਖ ਕੇ ਮੈਂ ਲੈ ਜਾਂਦਾ ਹੁੰਦਾ ਸੀ। ਅਤੇ ਦੁਪਹਿਰੇ 8 ਸੈਕਟਰ ਜਿੱਥੇ ਹੈ ਇੱਥੇ, ਉੱਥੇ ਉਹਨਾਂ ਦੀ ਕੋਈ ਭੂਆ ਰਹਿੰਦੀ ਸੀ, ਕਹਿੰਦੇ ਦੁਪਹਿਰੇ ਆ ਕੇ ਉਹਦੇ ਕੋਲ ਕੋਈ ਥੋੜ੍ਹਾ ਜਿਹਾ ਆਰਾਮ ਕਰਨਾ ਅਤੇ ਰੋਟੀ ਛਕਣੀ, ਅਤੇ ਸ਼ਾਮ ਤੱਕ ਮੈਂ ਅੰਬਾਲੇ ਪਹੁੰਚ ਜਾਂਦਾ ਹੁੰਦਾ ਸੀ। ਅੱਛਾ ਜੀ। ਅਤੇ ਉਹਦੇ ਬਾਅਦ ਉਹਨਾਂ ਨੂੰ ਉਹ ਪੜ੍ਹਾਈ ਵਿੱਚ ਉਹਨਾਂ ਨੇ ਹਿੰਮਤ ਕੀਤੀ ਅਤੇ ਉਹਨਾਂ ਨੂੰ ਵਜ਼ੀਫਾ ਮਿਲ ਗਿਆ ਅਤੇ ਰੁੜਕੀ ਦੇ ਵਿੱਚ ਸਿਵਲ ਇੰਜੀਨੀਅਰਿੰਗ ਦਾ ਉਹ ਕੋਰਸ ਹੁੰਦਾ ਸੀ, ਅਤੇ ਉੱਥੇ ਉਹ ਵਜ਼ੀਫੇ ਦੇ ਸਿਰ ਦੇ ਉੱਤੇ ਚਲੇ ਗਏ ਅਤੇ ਉੱਥੇ ਉਹਨਾਂ ਨੇ ਕੋਰਸ ਕਰ ਲਿਆ। ਅਤੇ ਉਹਦੇ ਬਾਅਦ ਉਹਨਾਂ ਨੂੰ ਸੈਂਟਰਲ PWD ਦੇ ਵਿੱਚ ਨੌਕਰੀ ਮਿਲ ਗਈ ਅਤੇ ਉਹ ਮੱਧ ਪ੍ਰਦੇਸ਼ ਏਰੀਏ ਦੇ ਵਿੱਚ ਉਹ ਸੜਕਾਂ ਬਣਾਉਂਦੇ ਸਨ ਜੰਗਲਾਂ ਦੇ ਵਿੱਚ। ਅੱਛਾ ਜੀ। ਅਤੇ ਸੱਪ ਵੀ ਅਤੇ ਜੰਗਲੀ ਜਾਨਵਰ ਵੀ। ਅਤੇ ਮੈਂ ਇੱਕ ਦਿਨ ਉਹਨਾਂ ਨੂੰ ਪੁੱਛਿਆ ਕਿ ਜੀ ਸਭ ਤੋਂ ਖਤਰਨਾਕ ਕਿਹੜਾ ਜਾਨਵਰ ਹੈ? ਉਹ ਕਹਿੰਦੇ ਕਿ ਮੈਂ ਇੱਕ ਦਿਨ ਤੰਬੂਆਂ 'ਚ ਰਹਿੰਦੇ ਸੀ, ਕਹਿੰਦਾ ਇੱਕ ਦਿਨ ਉਹ ਦਰਿਆ ਦੇ ਕਿਨਾਰੇ ਮੈਂ ਦਾਂਤਨ ਕਰ ਰਿਹਾ ਸੀ ਅਤੇ ਪਰਲੇ ਪਾਸੇ ਮੈਨੂੰ ਥੋੜ੍ਹਾ ਜਿਹਾ ਹੱਲਾ ਜਿਹਾ ਲੱਗਿਆ ਅਤੇ ਮੈਂ ਅੱਖ ਐਂ ਚੱਕ ਕੇ ਵੇਖੀ, ਬੈਠਾ ਸੀ ਅਤੇ ਕੁੱਤਿਆਂ ਦਾ ਚਮੜਾ। ਅਤੇ ਉਹ ਕਹਿੰਦੇ ਜਿਹੜਾ ਇਹ ਜੰਗਲੀ ਕੁੱਤਿਆਂ ਦਾ ਜਿਹੜਾ ਕੱਠ ਹੈ ਨਾ, ਉਹ ਸਭ ਤੋਂ ਖਤਰਨਾਕ ਜਾਨਵਰ ਹੈ ਜੰਗਲ ਦੇ ਵਿੱਚ, ਉਹ ਸ਼ੇਰ ਨਾਲੋਂ ਵੀ ਖਤਰਨਾਕ ਹੈ। ਅਤੇ ਉਹ ਕਿਸਮਤ ਨਾਲ ਕੋਈ ਹੋਰ ਪਾਸੇ ਕੋਈ ਆਵਾਜ਼ ਆ ਗਈ ਅਤੇ ਉਹ ਚਲੇ ਗਏ, ਨਹੀਂ ਤਾਂ ਮੇਰੇ ਕੋਲ ਜੇ ਹਥਿਆਰ ਵੀ ਹੁੰਦਾ ਮੈਂ ਕਿੰਨੇ ਕੁ ਮਾਰ ਲੈਂਦਾ। ਬਿਲਕੁਲ। ਅਤੇ ਖੈਰ ਉਹ ਉੱਥੇ ਕੰਮ ਕਰਦੇ ਕਰਦੇ ਉਹਨਾਂ ਨੇ ਦੇਖਿਆ ਕਿ ਜਿਹੜੇ ਠੇਕੇਦਾਰ ਉਹ ਰੱਖਦੇ ਸਨ, ਉਹ ਠੇਕੇਦਾਰਾਂ ਦੀ ਟੌਰ ਟੱਪਾ ਉਹਨਾਂ ਦੇ ਕੋਲ ਪੈਸੇ ਇਹਨਾਂ ਨਾਲੋਂ ਵੱਧ ਕਮਾਈ ਸੀ। ਸੋ ਕੁਝ ਸਾਲਾਂ ਦੇ ਬਾਅਦ ਉਹਨਾਂ ਨੇ ਅਸਤੀਫਾ ਦੇ ਕੇ, ਉਹਨਾਂ ਨੇ ਪੜ੍ਹਿਆ ਅਖਬਾਰ 'ਚ ਕਿ ਰੇਲਵੇ ਬਣ ਰਹੀ ਹੈ ਆਸਾਮ ਵੇਲੇ, ਉੱਥੇ ਪੁਲ ਪਲ ਬਣ ਰਹੇ ਨੇ, ਅਤੇ ਉਹਨਾਂ ਨੇ ਬਿਸਤਰਾ ਬੋਰੀਆ ਬੰਦ ਕਰਕੇ ਉੱਥੇ ਚਲੇ ਗਏ। ਅੱਛਾ। ਆਸਾਮ ਜਾ ਕੇ ਉਹਨਾਂ ਨੇ ਠੇਕੇ ਲੈ ਲਏ ਪੁਲਾਂ ਪਲਾਂ ਦੇ ਅਤੇ ਉਹਦੇ 'ਚ ਕਾਮਯਾਬ ਹੋ ਗਏ,
ਕਾਮਯਾਬ ਹੋਏ, ਜਿੰਨੇ ਚਿਰ ਤੱਕ ਰੇਲਵੇ ਕੰਪਲੀਟ ਨਹੀਂ ਹੋਈ, ਕਈ ਸਾਲ ਉੱਥੇ ਰਹੇ। ਅਤੇ ਉਹਦੇ ਬਾਅਦ ਉਹਨਾਂ ਨੇ ਕਿਤੇ ਅਖਬਾਰਾਂ 'ਚ ਪੜ੍ਹ ਲਿਆ ਕਿ ਜੀ ਕੋਈ ਕਾਲੀ ਮਿੱਟੀ ਜਗ੍ਹਾ ਹੈ ਅਤੇ ਉੱਥੇ ਇੱਕ ਸਟੀਲ ਪਲਾਂਟ ਬਣ ਰਿਹਾ। ਅੱਛਾ ਜੀ। ਅਤੇ ਉਹ ਫਿਰ ਆ ਗਏ ਕਲਕੱਤੇ, ਕਲਕੱਤਿਓਂ ਉੱਥੇ ਟ੍ਰੇਨ ਆਉਂਦੀ ਸੀ, ਅਤੇ ਕਾਲੀ ਮਿੱਟੀ ਜਿਹੜਾ ਅੱਜ ਜਮਸ਼ੇਦਪੁਰ ਹੈ ਉਹਦਾ ਨਾਂ ਸੀ ਟਾਟਾ ਨਗਰ ਰੇਲਵੇ ਸਟੇਸ਼ਨ। ਅਤੇ ਉਹ ਰੇਲਵੇ ਕੰਪਾਰਟਮੈਂਟ 'ਚ ਬੈਠੇ ਅਤੇ ਨਾਲ ਅੰਗਰੇਜ਼ ਬੈਠੇ ਸੀ ਦੋ, ਤਾਂ ਪੁੱਛਣ ਲੱਗ ਗਏ ਉਹਨਾਂ ਨੂੰ ਕਿ ਸਰਦਾਰ ਸਾਹਿਬ ਤੁਸੀਂ ਕਿੱਥੋਂ ਹੋ, ਕਿਵੇਂ ਹੋ, ਕਿੱਥੇ ਜਾ ਰਹੇ ਹੋ? ਉਹਨਾਂ ਨੇ ਦੱਸਿਆ ਕਿ ਮੈਂ ਠੇਕੇਦਾਰ ਹਾਂ, ਪੁਲਾਂ ਪਲਾਂ ਦਾ ਕੰਮ ਕਰਕੇ ਆਇਆ ਅਤੇ ਸੁਣਿਆ ਕਿ ਉੱਥੇ ਫੈਕਟਰੀ ਬਣ ਰਹੀ ਹੈ ਅਤੇ ਉੱਥੇ ਦੇਖਾਂਗੇ ਕਿ ਉੱਥੇ ਕੰਮ ਮਿਲਦਾ ਹੈ। ਉਹ ਬੰਦਾ ਕਹਿੰਦਾ ਕਿ ਮੈਂ ਜਨਰਲ ਮੈਨੇਜਰ ਹੈ ਟਾਟਾ ਦਾ, ਉਹ ਜਿਹੜਾ ਅੰਗਰੇਜ਼ ਸੀ, ਅਤੇ ਜੇ ਤੁਹਾਨੂੰ ਕੰਮ ਚਾਹੀਦਾ ਨਾ, ਸਾਡੇ ਹੈ ਇੱਕ ਆਇਰਨ ਔਰ ਮਾਈਨ ਹੈ ਗੁਰਮਾਸੀਨੀ, ਉੱਥੇ ਆ ਜਾਓ ਕੱਲ੍ਹ ਸਵੇਰੇ, ਮੈਂ ਜਾ ਰਿਹਾ ਅਤੇ 9 ਵਜੇ ਆ ਜਾਓ ਅਤੇ ਵਿਲ ਟੋਕ ਅਬਾਊਟ ਇਟ। ਅਤੇ ਉਹ ਉਤਰੇ ਸਟੇਸ਼ਨ 'ਤੇ, ਅਤੇ ਕਹਿੰਦੇ ਉਦੋਂ ਤਾਂ ਉੱਥੋਂ ਦੇ ਜਿਹੜੇ ਆਦਿਵਾਸੀ ਲੋਕ ਸੀ ਨਾ, ਉਹ ਇੰਨਾ ਕਿ ਕੱਪੜਾ ਬੰਨ੍ਹ ਕੇ, ਬਾਕੀ ਪਿੰਡਾਂ ਨੰਗਾ, ਅਤੇ ਦੀਵਾਰ ਦੇ ਨਾਲ ਇੱਕ ਪੈਰ ਲਾ ਕੇ ਢੋਈ ਢੋਈ ਲਾ ਕੇ ਖੜ੍ਹੇ, ਅਤੇ ਇਹਨਾਂ ਨੇ ਆਵਾਜ਼ ਬੂਜ ਮਾਰੀ ਕਿ ਬਈ ਆਓ ਜਰਾ, ਕੋਈ ਮੇਰਾ ਸਮਾਨ ਚੁਕਾ ਦੇ, ਟਰੰਕ ਚੁਕਾ ਦੇ। ਕਹਿੰਦਾ ਕਿਉਂ? ਕਹਿੰਦਾ ਪੈਸੇ ਦਊਂਗਾ। ਕਹਿੰਦਾ ਹਮ ਕਿਆ ਕਰੇਗਾ? ਉਹ ਉਹਨਾਂ ਨੂੰ ਮੁੱਲ ਨਹੀਂ ਸੀ, ਸੋ ਕਹਿੰਦੇ ਆਪ ਟਰੰਕ ਚੱਕਿਆ ਅਤੇ ਉਹ ਰੈਸਟ ਹਾਊਸ ਜਿਹੜੇ ਰੈਸਟ ਕਮਰਾ ਹੈ ਉੱਥੇ ਗਏ ਅਤੇ ਪਤਾ ਪੁਤਾ ਕਰਾਇਆ ਕਿ ਬਈ ਕੋਈ ਗੁਰਮਾਸੀਨੀ ਨੂੰ ਕੋਈ ਟ੍ਰੇਨ ਟਰੂਨ ਹੈ? ਕਹਿੰਦੇ ਨਹੀਂ ਹੈ। ਕਹਿੰਦੇ ਕੋਈ ਸੜਕ ਹੈ? ਕਹਿੰਦੇ ਸੜਕ ਹੋਣੀ ਹੈ ਜੰਗਲ ਦੇ ਵਿੱਚੋਂ, ਲੇਕਿਨ ਕੋਈ ਸਵਾਰੀ, ਕੋਈ ਟੈਕਸੀ, ਕੋਈ ਬੱਸ, ਕੋਈ ਟ੍ਰੇਨ, ਕੁਛ ਨਹੀਂ ਹੈ। ਕਹਿੰਦੇ ਕਹਿੰਦੇ ਕੋਈ ਸਾਈਕਲ ਹੀ ਹੋਵੇ ਕਿਰਾਏ 'ਤੇ ਉੱਤੇ। ਕਹਿੰਦੇ ਹੈ ਨਹੀਂ ਕੁਛ। ਤਾਂ ਫਿਰ ਕੀ ਕਰੀਏ, ਕਿਵੇਂ ਜਾਣਾ? ਕਹਿੰਦੇ ਰੇਲਵੇ ਲਾਈਨ ਜਾਂਦੀ ਹੈ ਉੱਥੇ। ਉਹ ਅੱਧੀ ਰਾਤ ਨੂੰ ਤੁਰ ਪਏ। ਅੱਛਾ ਜੀ। ਅਤੇ 70-80 ਕਿਲੋਮੀਟਰ ਹੈ ਉੱਥੋਂ। ਕਿਆ? ਅਤੇ ਸਵੇਰੇ 9 ਵਜੇ ਜਦੋਂ ਸਾਹਿਬ ਆਇਆ ਅਤੇ ਉਹ ਹਾਜ਼ਰ ਹੋ ਗਏ, ਉਹ ਕਹੇ ਬਈ ਮਿਸਟਰ ਸਿੰਘ ਤੁਸੀਂ ਆ ਗਏ। ਕਿਆ ਸਰ, ਤੁਸੀਂ ਆਏ ਕਿਵੇਂ? ਕਿਉਂਕਿ ਮੈਂ ਮੇਰੀ ਜਿਹੜੀ ਟ੍ਰੇਨ ਹੈ ਜਿਹੜੀ ਉਹ ਗੁੱਡਸ ਟ੍ਰੇਨ ਜਾਂਦੀ ਸੀ, ਉੱਥੇ ਜਿਹੜਾ ਗਾਰਡ ਦੀ ਕੰਪਾਰਟਮੈਂਟ ਹੈ ਉਹਦੇ 'ਚ ਬੈਠ ਕੇ ਅਫਸਰ ਉਫਸਰ ਜਾਂਦੇ ਹੁੰਦੇ ਸਨ। ਕਹਿੰਦੇ ਮੈਂ ਤਾਂ ਤੁਹਾਨੂੰ ਦੇਖਿਆ ਨਹੀਂ ਨਾਲ। ਉਹ ਕਹਿੰਦੇ ਨਹੀਂ, ਦੇਖੋ ਕੋਈ ਤਰੀਕਾ ਨਹੀਂ ਸੀ, ਮੈਂ ਤਾਂ ਤੁਰ ਕੇ ਆਇਆ। ਉਹ ਹੈਰਾਨ। ਸੋ ਉਹਨਾਂ ਦੀ ਸ਼ੁਰੂਆਤ ਐਸੇ ਹੋਏ। ਉੱਥੇ ਉਹਨਾਂ ਨੂੰ ਫਿਰ ਠੇਕਾ ਮਿਲ ਗਿਆ ਅਤੇ ਉਹਨਾਂ ਨੇ ਕੰਮ ਵਧੀਆ ਕੀਤਾ। ਅਤੇ ਫਿਰ ਜਦੋਂ ਵੀ ਫਿਰ ਜਮਸ਼ੇਦਪੁਰ ਦੇ ਵਿੱਚ ਸਟੀਲ ਪਲਾਂਟ ਦੀ ਕੰਸਟਰਕਸ਼ਨ ਵੇਲੇ ਜਿੱਥੇ ਵੀ ਕੋਈ ਅੜਚਨ ਆਉਣੀ ਅਤੇ ਉਹਨਾਂ ਨੇ ਇੰਦਰ ਸਿੰਘ ਨੂੰ ਬੁਲਾਉਣਾ, ਵੀ ਉਹਨੂੰ ਬੁਲਾਓ, ਇਹੀ ਕਰੂਗਾ ਉਹ। ਸੋ ਬੜੇ ਪੱਕੇ ਸਨ, ਸ਼ੋਰਟਕੱਟ ਨਹੀਂ ਸੀ ਲੈਂਦੇ, ਇਮਾਨਦਾਰੀ ਨਾਲ ਜਿੰਨੀ ਸੀਮੈਂਟ ਪੈਣਾ ਹੈ, ਜਿੰਨਾ ਲੋਹਾ ਪੈਣਾ ਉਹਨਾਂ ਲਾਉਂਦੇ ਸਨ ਜੀ। ਅਤੇ ਉਹਨਾਂ ਦੀ ਅੱਛਾ ਟਾਈਮ ਸਿਰ ਡਿਲੀਵਰੀ ਦਿੰਦੇ ਸਨ। ਉਹ ਪਹਿਲੇ ਬੰਦੇ ਸਨ ਜਮਸ਼ੇਦਪੁਰ ਦੇ ਵਿੱਚ ਕੰਟਰੈਕਟਰਾਂ ਦੇ ਵਿੱਚੋਂ ਜਿਨ੍ਹਾਂ ਨੇ ਸ਼ਰਤ ਪਹਿਲੇ ਕੰਪਨੀ ਨਾਲ ਇਹ ਲਾਈ ਕਿ ਭਾਈ ਮੈਂ ਜਿਹੜੇ ਮੇਰੇ ਵਰਕਰ ਹੈ ਉਹਨਾਂ ਨੂੰ ਮੈਂ ਘਰ ਦੇਣੇ ਹੈ ਬਣਾ ਕੇ, ਮੈਂ ਉਹਨਾਂ ਨੂੰ ਝੋਪੜੀਆਂ 'ਚ ਨਹੀਂ ਰੱਖਣਾ। ਕਿਆ ਬਾਤ ਹੈ! ਕਿਉਂਕਿ ਬੰਦੇ ਬਾਹਰੋਂ ਆ ਰਹੇ ਸੀ ਸਾਰੇ, ਜ਼ਿਆਦਾਤਰ ਪੰਜਾਬ ਤੋਂ ਜਾਂ ਬੰਗਾਲ ਤੋਂ ਜਾਂ ਸਾਊਥ ਇੰਡੀਆ ਸੀ। ਪੰਜਾਬ ਤੋਂ ਬਹੁਤ ਸੀ ਬੰਦੇ, ਸਾਰੇ ਕਾਰੀਗਰ ਪੰਜਾਬੀ ਸੀਗੇ। ਤਾਂ ਉਹ ਉਹਨਾਂ ਨੇ ਪਹਿਲੇ ਕਲੋਨੀਆਂ ਬਣਾਈਆਂ, ਜਿੱਥੇ ਵੀ ਜਦੋਂ ਕੰਮ ਸ਼ੁਰੂ ਕੀਤਾ ਪਹਿਲੇ ਉਹਨਾਂ ਨੇ ਘਰ ਆਪਣੇ ਲੇਬਰ ਲਈ ਬਣਾਇਆ ਅਤੇ ਉਹਨਾਂ ਨੂੰ ਹਾਊਸ ਕੀਤਾ। ਸੋ ਇਹ ਅੱਛਾ, ਉੱਥੇ ਸਿੱਖ ਹੈਗੇ ਸੀ ਕਿ ਜਮਸ਼ੇਦਪੁਰ 'ਚ? ਹਾਂ, ਉਹਨਾਂ ਦੇ ਜਾਣ ਤੋਂ ਪਹਿਲਾਂ ਜਿਹੜੇ ਠੇਕੇਦਾਰ ਸਨ ਉਹਨਾਂ ਦੇ ਨਾਲ ਕਾਰੀਗਰ, ਤਾਂ ਫਿਰ ਤੁਹਾਨੂੰ ਹੋਰ ਕੋਈ ਲੱਭਦਾ ਨਹੀਂ ਸੀ ਜਿਹੜਾ ਹਿੰਮਤ ਕਰੇ ਜੰਗਲ 'ਚ ਜਾਣ ਦਾ ਜੀ। ਕਾਫੀ ਫਿਰ ਵੱਸ ਵੀ ਗਏ ਹੋਣੇ ਉੱਥੇ ਤੁਹਾਡੇ ਬਾਬਾ ਜੀ ਕਰਕੇ? ਉੱਥੇ ਘੱਟੋ ਘੱਟ ਹੋਰ ਕੁਝ ਨਹੀਂ ਤਾਂ 20-25 ਗੁਰਦੁਆਰੇ ਹੋਣੇ। ਹਾਂ,
ਉੱਥੇ ਸਿੱਖ ਬਹੁਤ, ਸਿੱਖ ਆਬਾਦੀ ਬਹੁਤ ਹੈ। ਇਨਫੈਕਟ ਇੱਕ ਵਾਰੀ ਉੱਥੇ ਇਸ ਦਾ ਜਿਹੜਾ ਲੋਕਲ ਐਮ ਪੀ ਹੈ ਉਹ ਸਿੱਖ ਬਣਿਆ ਸੀ, ਸੋਹੀ ਕਿ ਇਹੋ ਜਿਹਾ ਨਾਂ ਸੀ, ਮੈਨੂੰ ਚੇਤਾ ਨਹੀਂ ਹੈ ਹੁਣ। ਹਾਂ ਇਹ ਤਾਂ ਇਹ ਨਹੀਂ ਕਿ ਬਈ ਸਿੱਖਾਂ ਦੀ ਮੈਜੋਰਿਟੀ ਹੈ, ਪਰ ਚੰਗੇ ਨੰਬਰ 'ਚ ਹੈ, ਚੰਗੇ ਨੰਬਰ 'ਚ। ਹਾਂ ਜਿਹੜੇ ਇੱਥੋਂ ਗਏ ਹੈ ਨਾ, ਫਿਰ ਹੌਲੀ ਹੌਲੀ ਉਹਨਾਂ ਨੇ ਠੇਕੇਦਾਰੀ ਛੱਡ ਕੇ, ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਕੰਪਨੀ ਇੱਕ ਕੋਈ ਵਿਕ ਰਹੀ ਹੈ, ਉਹਨਾਂ ਨੇ ਉਹ ਕੰਪਨੀ ਖਰੀਦ ਲਈ। ਕਿਸ ਚੀਜ਼ ਦੀ ਸੀ ਉਹ? ਉਹ ਸੀ ਤਾਂ ਸ਼ੀਟ ਮੈਟਲ ਦਾ ਕੰਮ ਕਰਦੇ ਸੀ, ਕੋਈ ਬਿਜ਼ਨਸ ਮਾਰਵਾੜੀਆਂ ਦੀ ਸੀ ਕਲਕੱਤਿਆਂ ਦੀ, ਅਤੇ ਉਹ ਬੈਂਕਰਪਟ ਹੋ ਗਏ ਸੀ, ਤਾਂ ਉਹ ਵੇਚ ਗਏ। ਉਹਨੂੰ ਲੈ ਕੇ ਫਿਰ ਉਹਨੂੰ ਉਹਦੇ ਵਿੱਚ ਬਾਬਾ ਜੀ ਨੇ ਤਾਰ ਬਣਾਈ, ਲੋਹੇ ਦੀ ਤਾਰ ਬਣਾਉਣੀ ਸ਼ੁਰੂ ਕਰਤੀ, ਅਤੇ ਉਹਦੇ ਪਿਛਲੇ ਪਾਸੇ ਇੱਕ ਹੋਰ ਫੈਕਟਰੀ, ਕੋਈ ਫਾਊਂਡਰੀ ਸੀ ਪੁਰਾਣੀ, ਉੱਥੇ ਡੀਜ਼ਲ ਇੰਜਨ ਬਣਾਉਂਦੇ ਸੀਗਾ, ਉਹਨਾਂ ਨੇ ਉਹ ਵੀ ਖਰੀਦ ਲਈ, ਅਤੇ ਉਹ ਉੱਥੇ ਫਾਊਂਡਰੀ ਦਾ ਕੰਮ ਸ਼ੁਰੂ ਉਹਨਾਂ ਨੇ ਕਰਤਾ ਜੀ। ਅਤੇ ਹੌਲੀ ਹੌਲੀ ਉਹ ਚੀਜ਼ ਵਧੀ ਗਈ, ਫਿਰ ਕਦੇ ਕੋਲ ਮਾਈਨ ਲੈ ਲਈ, ਕਦੇ ਟੈਕਸਟਾਈਲ, ਸਾਰਾ ਟੈਕਸਟਾਈਲ ਯੂਨਿਟ ਲੈ ਲਿਆ, ਕਦੇ ਕਦੇ ਕੁਛ। ਆ ਜਿਹੜੀ ਉਦੈਪੁਰ ਦੇ ਨੇੜੇ ਹਿੰਦੁਸਤਾਨ ਜ਼ਿੰਕ ਹੈ, ਇਹ ਵੀ ਅਸੀਂ ਉਹ ਬਣਾਈ ਹੈ। ਅੱਛਾ ਜੀ। ਇਹ ਵੀ ਸਰਕਾਰ ਨੇ ਸਾਡੇ ਕੋਲੋਂ ਖੋਲੀ, ਇਹ 1971 ਦੀ ਲੜਾਈ, ਜਦੋਂ 65 ਦੀ ਲੜਾਈ ਜਦੋਂ ਹੁੰਦੀ ਹੈ ਜੀ, ਉਦੋਂ ਬਹਾਨਾ ਬਣਾ ਕੇ ਖੋਲੀ, ਸਮੇਂ ਸਮੇਂ ਦੀ ਗੱਲ ਹੈ। ਫਿਰ ਪਰਿਵਾਰ ਉੱਥੇ ਹੀ ਸੀਗਾ ਸਾਰਾ ਉਹਨਾਂ ਦੇ ਨਾਲ? ਹਾਂ ਉੱਥੇ ਹੀ ਸੀ। ਠੀਕ ਹੈ। ਮੇਰੇ ਬਾਬਾ ਜੀ ਦੇ ਤਿੰਨ ਲੜਕੇ ਸੀ, ਮੇਰੇ ਫਾਦਰ ਸਭ ਤੋਂ ਛੋਟੇ ਹੈ, ਸਭ ਤੋਂ ਵੱਡੇ ਸਾਹਿਬ ਬਲਦੇਵ ਸਿੰਘ ਸਨ ਜੀ, ਅਤੇ ਗਬਲਾ ਜਿਹੜਾ ਸੀ ਉਹਨਾਂ ਦਾ ਨਾਮ ਮਾਧੋ ਸਿੰਘ ਸੀ। ਉਹ ਸਾਡੀ ਰੋਡ ਮਿਲ ਲੱਗੀ ਸੀ ਜਿੱਥੇ ਕਿ ਮੋਟੇ ਲੋਹੇ ਨੂੰ ਪਤਲਾ ਰੋਡ ਗਰਮ ਕਰਕੇ ਬਣਾਈਦਾ, ਅਤੇ ਉਹ ਗਲਤ ਜਗ੍ਹਾ ਖੜ੍ਹਾ ਸੀ, ਅਤੇ ਉੱਥੇ ਉਹ ਜਿਹੜਾ ਰੋਡ ਨਿਕਲ ਰਿਹਾ ਸੀ ਬੜੀ ਤੇਜ਼ੀ ਨਾਲ ਨਿਕਲਿਆ, ਅਤੇ ਉਹਦੇ ਢਿੱਡੋਂ ਚਲੇ ਗਿਆ। ਅਤੇ ਤਾਇਆ ਜੀ ਸਾਹਿਬ ਬਲਦੇਵ ਸਿੰਘ ਉੱਥੇ ਹੀ ਸਨ, ਉਹਨੇ ਫਟਾਫਟ ਚੱਕ ਕੇ ਉੱਥੇ ਜਿਹੜਾ ਫਸਟ ਏਡ ਸਟੇਸ਼ਨ ਤੱਕ ਲੈ ਕੇ ਗਏ, ਉਹਨੇ ਚਿਰ ਤੱਕ ਉਹ ਖੂਨ ਨਿਕਲ ਗਿਆ ਸੀ ਬਹੁਤ। ਉਹ ਵਿਆਹ ਹੀ ਨਹੀਂ ਸੀ, ਮੇਰੇ ਖਿਆਲ 21-22 ਸਾਲ ਦੇ ਹੀ ਸਨ। ਅੱਛਾ ਜੀ। ਅਤੇ ਉਹ ਉਹਨਾਂ ਦੀ ਹੋ ਗਈ ਪੂਰੀ। ਅਤੇ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਸੀ? ਅਜਾਇਬ ਸਿੰਘ, ਸਰਦਾਰ ਅਜਾਇਬ ਸਿੰਘ। ਠੀਕ ਹੈ। ਅਤੇ ਇਹ ਦੋ ਹੀ ਸੀਗੇ ਉਹਨਾਂ ਦੇ ਬੱਚੇ। ਫਿਰ ਜਿਹੜੀ ਤੁਹਾਡੇ ਫਾਦਰ ਸਾਹਿਬ ਦੀ, ਤੁਹਾਡੇ ਤਾਇਆ ਜੀ ਬਲਦੇਵ ਸਿੰਘ, ਉਹਨਾਂ ਦੀ ਐਜੂਕੇਸ਼ਨ ਸਾਰੀ ਉੱਥੇ ਦੀ ਹੈਗੀ ਹੈ? ਨਹੀਂ, ਤਾਇਆ ਜੀ ਦੀ ਪਹਿਲੀ ਐਜੂਕੇਸ਼ਨ ਤਾਂ ਮੇਰਾ ਖਿਆਲ ਹੈ ਪਿੰਡ ਦੀ ਉਹ ਸੀ। ਅੱਛਾ। ਉਹਦੇ ਬਾਅਦ ਜਾਂ ਨਹੀਂ ਅੰਬਾਲੇ ਦੀ ਸੀ। ਆਹ ਦੇਖੋ, ਉੱਥੇ ਖਾਲਸਾ ਸਕੂਲ ਅੰਬਾਲਾ ਹੈ, ਇਹ ਉਹਨਾਂ ਦੇ ਬੰਦਿਆਂ ਨੇ ਆ ਕੇ ਦਿੱਤੀ ਹੈ ਤਸਵੀਰ। ਅੱਛਾ। ਮੈਂ ਨਹੀਂ ਬਣਾਈ, ਉੱਥੇ ਲਿਖਿਆ ਵੀ ਹੋਇਆ ਉੱਥੇ। ਠੀਕ ਹੈ। ਉੱਥੇ ਦੇ ਸਟੂਡੈਂਟ ਸਨ, ਅਤੇ ਉਹਦੇ ਬਾਅਦ ਫਿਰ ਖਾਲਸਾ ਕਾਲਜ ਪੜ੍ਹੇ ਨੇ ਅੰਮ੍ਰਿਤਸਰ। ਅੰਮ੍ਰਿਤਸਰ? ਹਾਂ। ਠੀਕ। ਉੱਥੋਂ ਲਾਹੌਰ ਨੇੜੇ ਸੀ, ਅਤੇ ਲਾਹੌਰ ਵੀ ਉਹਨਾਂ ਨੇ ਆਉਣਾ ਜਾਣਾ। ਉੱਥੋਂ ਇੱਕ ਜਿਹੜਾ ਕੋਈ ਬੜਾ ਪ੍ਰੋਮੀਨੈਂਟ ਖਾਲਸਾ ਸੀ, ਉਹ ਸੀ ਸਰਦਾਰ ਸੰਪੂਰਨ ਸਿੰਘ ਜੀ। ਸਰਦਾਰ ਸੰਪੂਰਨ ਸਿੰਘ ਹੁਣੀ ਬੈਰਿਸਟਰ ਸਨ, ਅਤੇ ਉਹਨਾਂ ਨੇ ਗੁਰਦੁਆਰਾ ਮੂਵਮੈਂਟ ਸ਼ੁਰੂ ਤੋਂ ਜਦੋਂ ਹੋਈ ਹੈ, ਉਹਦੇ 'ਚ ਪੂਰੇ ਉਹਨਾਂ ਨੇ ਹਿੰਮਤ ਲਿੱਤੀ ਹੈ ਅਕਾਲੀ ਦਲ ਦੀ ਬਣਤਰ ਵਿੱਚ, ਅਤੇ ਉਹ ਉਹਨਾਂ ਦੇ ਬੜੇ ਮਿੱਤਰ ਬਣ ਗਏ। ਕਿਹੜਾ ਇਲਾਕਾ ਸੀ ਉਹਨਾਂ ਦਾ? ਉਹ ਸੀਰਕ ਸੀਗੇ, ਆਪ ਤਾਂ ਲਾਹੌਰ ਦੇ ਸਨ, ਲਾਇਲਪੁਰ ਉਹਨਾਂ ਦੀ ਜ਼ਮੀਨਾਂ ਸਨ। ਠੀਕ ਹੈ। ਰਹਿੰਦੇ ਹੁੰਦੇ ਲਾਹੌਰ 'ਚ ਸੀਗੇ, ਅਤੇ ਉਹਨਾਂ ਦੀ ਜ਼ਮੀਨਾਂ ਉਰਲੇ ਪਾਸੇ ਆਪਣੇ ਬਾਰਡਰ ਦੇ ਨੇੜੇ ਹੀ ਪਿੰਡ ਹੈ, ਉੱਥੇ ਉੱਥੇ ਵੀ ਸੀ। ਉਹਨਾਂ ਨੂੰ ਘੋੜਿਆਂ ਦਾ ਬੜਾ ਸ਼ੌਕ ਸੀ, ਰੇਸ ਘੋੜਿਆਂ ਦਾ, ਅਤੇ ਉਹ ਰੱਖਦੇ ਹੁੰਦੇ ਸਨ ਜੀ, ਅਤੇ ਉਹ ਸਾਹਿਬ ਜਰਦਾਦ ਸਨ। ਮੇਰੇ ਜਿਹੜੇ ਬਾਬਾ ਜੀ ਹੈ, ਉਹ ਮੈਂ ਤੁਹਾਨੂੰ ਦੱਸਿਆ ਕਿ ਉਹ ਸਾਹਿਬ ਜਰਦਾਦ ਨਹੀਂ ਸੀ, ਨਾ ਉਹਨਾਂ ਦੀ ਕਿਸੇ ਵੱਡੇ ਬੰਦੇ ਨਾਲ ਕੋਈ ਰਿਸ਼ਤੇਦਾਰੀ ਸੀ, ਉਹ ਸਾਧਾਰਨ ਜ਼ਮੀਂਦਾਰ ਸਨ। ਠੀਕ ਹੈ। ਉਹਨਾਂ ਦਾ ਬਜ਼ੁਰਗ ਪਿੰਡ ਦਾ ਲੀਡਰ ਸੀ ਜੀ, ਜਿਹਨਾਂ ਨੇ ਪਿੰਡ ਵਸਾਇਆ ਸੀ, ਉਹਨਾਂ ਦੀ ਡਿਸੈਂਡੈਂਟ ਸੀ ਉਹ। ਅੱਛਾ ਜੀ। ਹਾਂ।
ਸਾਡੇ ਪਿੰਡ ਦੇ ਵਿੱਚ ਕਈ ਗੋਤਾਂ ਦੇ ਬੰਦੇ ਹੈ, ਉਹਨਾਂ ਦੇ ਨਾਲ ਜਦੋਂ ਕੋਈ ਪਿੰਡ ਵਸਾਉਣ ਜਾਂਦਾ ਅਤੇ ਨਾਲੇ ਸਾਰਿਆਂ ਨੂੰ ਨਾਲ ਲੈ ਜਾਂਦਾ, ਨਾਲ ਝੋਰ ਵੀ ਹੁੰਦਾ ਅਤੇ ਨਾਲ ਪੰਡਿਤ ਵੀ ਹੁੰਦਾ, ਨਾਈ ਵੀ ਹੁੰਦਾ ਅਤੇ ਹਰ ਕਿਸਮ ਹਰ ਕਿੱਤੇ ਦਾ ਬੰਦਾ ਹੁੰਦਾ, ਕਿਉਂਕਿ ਤੁਸੀਂ ਜਾ ਕੇ ਬੀਆਬਾਨ ਦੇ ਵਿੱਚ ਪਿੰਡ ਵਸਾਉਣਾ ਸਾਰੇ ਬੀਆਬਾਨ ਜਾਣਾ ਹੁੰਦਾ ਸੀ ਅਤੇ ਸਾਡੇ ਬੰਦੇ ਮੈਨੂੰ ਲੱਗਦਾ ਹੈ ਕਿ ਸੰਗਰੂਰ ਦੇ ਪਰਲੇ ਪਾਸਿਓਂ ਕਿਤੋਂ ਆਏ ਸੀ ਇੱਥੇ। ਅੱਛਾ, ਇਹ ਜੰਗਲ ਸੀ ਸਾਰਾ ਮੋਰਿੰਡੇ ਦੇ ਵਿੱਚ, ਮੋਰਿੰਡੇ ਦਾ ਆਲਾ ਦੁਆਲਾ। ਅੱਛਾ, ਜੰਗਲ ਸੀ। ਅਤੇ ਉੱਧਰ ਫਿਰ ਜਿਹੜੇ ਸੁਰਜਨ ਸਿੰਘ ਸੀਗੇ, ਹਾਂਜੀ ਸੰਪੂਰਨ ਸਿੰਘ, ਸੰਪੂਰਨ ਸਿੰਘ ਸੋਰੀ, ਹਾਂ ਅਤੇ ਉਹਨਾਂ ਨਾਲ ਫਿਰ ਸਰਦਾਰ ਬਲਦੇਵ ਸਿੰਘ ਉਹਨਾਂ ਦਾ ਕੀ ਵਾ ਵਾਸਤਾ ਰਿਹਾ? ਦੋਸਤਾਂ ਪੈ ਗਏ, ਦੋਸਤੀ ਪੈ ਗਈ। ਅੱਛਾ, ਖਿਆਲ ਰਲ ਗਏ ਅਤੇ ਉਹਨਾਂ ਨੇ ਉਹ ਫਿਰ ਮੇਰੇ ਮਦਰ ਦਾ ਰਿਸ਼ਤਾ ਫਿਰ ਤਾਂ ਹੀ ਹੋਇਆ, ਨਹੀਂ ਤਾਂ ਸਾਨੂੰ ਕੌਣ ਜਾਣਦਾ ਸੀ। ਅਤੇ ਜਦੋਂ ਕਹਿੰਦੇ ਹੈ, ਮੈਂ ਤਾਂ ਉੱਥੇ ਰਹਿੰਦੀ ਸੀ ਕਿ ਕਹਿੰਦੇ ਕਿ ਜਦੋਂ ਜੰਨ ਗਈ ਉਹ ਜਿਹੜੇ ਸੀਗੇ ਮਜਹਿਲ, ਉਹ ਆਖਣ ਕਿ ਇਹ ਕੌਣ ਨੇ, ਇਹ ਕਿਤੇ ਸਰਦਾਰ ਸੰਪੂਰਨ ਸਿੰਘ ਨੇ ਲੁਹਾਰਾਂ ਦੇ ਨਾਲ ਤਾਂ ਨਹੀਂ ਵਿਆਹ ਕਰਾਤਾ। ਅੱਛਾ, ਇੱਦਾਂ ਹੀ ਹੁੰਦਾ। ਅਤੇ ਫਿਰ ਉਹ ਤੋਂ ਬਾਅਦ ਮੈਂ ਇਸ ਕਰਕੇ ਜਦੋਂ ਕੋਈ ਮੈਨੂੰ ਪੁੱਛਦਾ ਕਿ ਤੇਰੀ ਜਾਤ ਕੀ ਹੈ, ਮੈਂ ਲੁਹਾਰ ਹੀ ਦੱਸਦਾ। ਅੱਛਾ, ਹੈ ਹੀ ਮੇਰੀ ਐਜੂਕੇਸ਼ਨ ਵੀ, ਮੈਂ ਇੰਜੀਨੀਅਰ ਹੈ ਤਾਂ ਮੈਂ ਲੁਹਾਰ ਦਾ ਕੰਮ ਕਰਦਾ। ਉਹ ਠੀਕ ਹੈ। ਅਤੇ ਇੱਧਰ ਤੁਹਾਡੇ ਬਾਬਾ ਜੀ ਸੀਗੇ ਜਿਹੜੇ, ਇਹ ਵੀ ਸਿਆਸਤ ਦੇ ਵਿੱਚ ਸੀਗੇ? ਨਹੀਂ, ਬਿਲਕੁਲ ਨਹੀਂ, ਇਹ ਤਾਂ ਸਿਆਸਤ ਦੇ ਖਿਲਾਫ ਸਨ। ਅੱਛਾ, ਇਹ ਨਹੀਂ ਸੀ ਚਾਹੁੰਦੇ। ਇਹ ਅਸਲੀ 'ਚ 1936 ਪਹਿਲੇ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਣ ਜਾ ਰਹੀਆਂ ਸਨ ਹਿੰਦੁਸਤਾਨ ਦੇ ਵਿੱਚ, ਅਤੇ ਉਹਨੇ ਚਿਰ ਤੱਕ ਸਰਦਾਰ ਸੰਪੂਰਨ ਸਿੰਘ ਇੱਕ ਜਮਸ਼ੇਦਪੁਰ ਆ ਗਏ ਬਾਬਾ ਜੀ ਨੂੰ ਮਿਲਣ, ਅਤੇ ਲਾਹੌਰ ਕਿੱਥੇ ਅਤੇ ਜਮਸ਼ੇਦਪੁਰ ਕਿੱਥੇ, ਉਹਨਾਂ ਨੇ ਟ੍ਰੇਨ ਦੇ ਕਈ ਦਿਨ ਲੱਗਦੇ ਹੋਣੇ, ਮੈਂ ਕਿਹਾ 2-3 ਦਿਨ ਲੱਗਦੇ ਹੋਣੇ, ਆ ਪਹੁੰਚੇ ਅਤੇ ਉਹਨਾਂ ਦਾ ਮਿਸ਼ਨ ਇਹ ਸੀ, ਉਹ ਆ ਕੇ ਉਹਨਾਂ ਨੇ ਆਖਿਆ ਉਹਨਾਂ ਨੂੰ ਕਿ ਜੀ ਇਹ ਮੈਨੂੰ ਪੰਜਾਬ ਦੀ CID ਤੋਂ ਪਤਾ ਲੱਗਿਆ ਹੈ ਕਿ ਉਹਨਾਂ ਨੇ ਫਾਈਲ ਤਿਆਰ ਕਰ ਲਈ ਹੈ ਤੁਹਾਡੇ ਪੁੱਤਰ 'ਤੇ, ਸਰਦਾਰ ਬਲਦੇਵ ਸਿੰਘ 'ਤੇ। ਅੱਛਾ, ਔਰ ਉਹ ਫਾਈਲ 'ਚ ਇਹ ਹੈ ਕਿ ਇਹਨਾਂ ਨੇ ਸੁਭਾਸ਼ ਚੰਦਰ ਬੋਸ ਨੂੰ ਇੱਥੋਂ ਜਦੋਂ ਨਿਕਲਿਆ ਕਲਕੱਤੇ ਤੋਂ ਅਤੇ ਉਹਦੇ ਵਿੱਚ ਇਹ ਮਦਦ ਗਈ ਸੀ, ਅਤੇ ਅਸਲੀ ਸਾਡਾ ਹੈੱਡ ਆਫਿਸ ਕਲਕੱਤੇ ਹੁੰਦਾ ਸੀ। ਅੱਛਾ, ਅਤੇ ਸਰਦਾਰ ਬਲਦੇਵ ਸਿੰਘ ਕਲਕੱਤੇ ਹੀ ਰਹਿੰਦੇ ਹੁੰਦੇ ਸਨ ਕਿਉਂਕਿ ਉੱਥੋਂ ਬਿਜ਼ਨਸ ਸਾਰਾ ਸਾਂਭਦੇ ਸੀ। ਉਹ ਹੈ ਸੀ ਕੋਈ ਇੱਦਾਂ ਦੀ ਗੱਲ ਫਿਰ ਸੀਗੀ? ਅੱਛਾ, ਸੀਗੀ। ਅਸੀਂ ਉਹਨੂੰ ਉਹਦਾ ਪੋਲੀਟੀਕਲ ਕੈਪੀਟਲ ਤਾਂ ਕਦੇ ਬਣਾਇਆ ਨਹੀਂ, ਲੇਕਿਨ ਸੀਗੀ ਜੀ। ਔਰ ਉਹਨਾਂ ਨੇ ਆਪਣੇ ਦੋਸਤਾਂ ਦੇ ਰਾਹੀਂ ਉਹਨਾਂ ਨੂੰ ਹੱਥੋਂ ਹੱਥੀ ਅੱਗੇ ਤੋਂ ਅੱਗੇ ਪਹੁੰਚਾਇਆ ਜੀ, ਅਤੇ ਉਹ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਾਲੀ ਪਾਣੀ ਭੇਜ ਦੇਣਾ, ਅਤੇ ਨਾ ਤਾਂ ਉਹ ਬਿਜ਼ਨਸ 'ਚ ਰਹੂਗਾ ਨਾ ਕਿਤੇ ਹੋਰ ਰਹੂਗਾ, ਅਤੇ ਉਹ ਤੁਸੀਂ ਇੱਕੋ ਤਰੀਕਾ ਹੈ ਕਿ ਇਲੈਕਸ਼ਨ ਆ ਰਹੀ ਹੈ ਅਤੇ ਤੁਸੀਂ ਉਹਨਾਂ ਨੂੰ ਇਲੈਕਸ਼ਨ ਬਣਵਾ ਦਿਓ, MLA ਬਣ ਜਾਣਗੇ ਤਾਂ ਨਿਕਲ ਜਾਣਗੇ। ਅੱਛਾ, ਔਰ ਉਹ ਹੋਇਆ, ਇਹ ਬਣ ਗਏ ਇਲੈਕਸ਼ਨ ਕਰਕੇ 1942 ਵਿੱਚ ਸਿਕੰਦਰ ਬਲਦੇਵ ਸਿੰਘ ਪੈਕਟ ਹੋਇਆ ਜੀ। ਉਸੇ ਉਹ ਫਿਰ ਵਜ਼ੀਰ ਲਏ ਗਏ, ਮੈਂ ਤੁਹਾਨੂੰ ਦੱਸਿਆ ਸੀ 1942 'ਚ ਪਹਿਲੀ ਵਾਰ ਬਣੇ ਉਹ? ਨਹੀਂ, ਉਹ ਬਣੇ 36 ਵਿੱਚ, 36 ਫਿਰ ਬਾਈ ਇਲੈਕਸ਼ਨ ਹੋਈ, ਉਹ ਕੋਈ ਇਲੈਕਸ਼ਨ ਪਟੀਸ਼ਨ ਕਰਤੀ ਅਗਲੇ ਨੇ, 37 ਵਿੱਚ ਦੁਬਾਰਾ ਜਿੱਤ ਗਏ ਸਨ। ਅੱਛਾ, ਉਹ MLA ਸਨ, ਤਾਂ ਉਸ ਦੌਰਾਨ ਉਹਨਾਂ ਦੀ ਜਿਹੜੀ ਸਰ ਸਿਕੰਦਰ ਰਿਆਤ ਖਾਨ ਦੀ ਜਿਹੜੀ ਟਾਈ ਅਪ ਸੀ ਉਹ ਸੀਗੀ ਮਜੀਠਾ ਫੈਮਿਲੀ ਦੇ ਨਾਲ, ਸਰ ਸੁੰਦਰ ਸਿੰਘ ਮਜੀਠੇ ਨਾਲ। ਅੱਛਾ, ਉਹ ਕਿਤੇ ਮੇਰੇ ਖਿਆਲ ਗੁਜ਼ਰ ਗਏ। ਉਹਦੇ ਬਾਅਦ 1942 ਵਿੱਚ ਸਰ ਸਿਕੰਦਰ ਰਿਆਤ ਖਾਨ ਨੇ ਸਰ ਬਲਦੇਵ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਇਹ ਐਗਰੀਮੈਂਟ ਕਰ ਲਈ ਕਿ ਅਸੀਂ
ਅਕਾਲੀਆਂ ਦੇ ਨਾਲ ਅਸੀਂ ਕੋਲੀਸ਼ਨ ਕਰਾਂਗੇ। ਅੱਛਾ, ਉਸ ਤੋਂ ਪਹਿਲਾਂ ਨਹੀਂ? ਦੈਟ ਇਜ਼ ਕਾਲਡ ਦਿਸ ਸਿਕੰਦਰ ਬਲਦੇਵ ਸਿੰਘ ਪੈਕਟ, ਇਤਿਹਾਸਿਕ ਪੈਕਟ ਜਿਹੜਾ ਹੈ, ਇਟ ਇਜ਼ ਰੈਫਰਡ ਟੂ ਐਜ਼ ਸਿਕੰਦਰ ਬਲਦੇਵ ਸਿੰਘ ਪੈਕਟ। ਉਹਦੇ ਤਹਿਤ ਅਕਾਲੀ ਦਲ ਦਾ ਮਿਨਿਸਟਰ ਬਣਿਆ। ਸੋ ਪੰਜ ਮਿਨਿਸਟਰ ਹੁੰਦੇ ਸੀ ਸਾਰੇ ਪੰਜਾਬ ਵਿੱਚ, ਉਹਨਾਂ ਵਿੱਚੋਂ ਇੱਕ ਇਹ ਬਣੇ। ਸਰ ਸਿਕੰਦਰ ਯਾਦ ਖਾਨ ਨੇ ਉਹ ਸਰਦੀਆਂ 'ਚ, ਸਰਦੀਆਂ ਦੇ ਮੌਸਮ ਵਿੱਚ ਉਹਨਾਂ ਨੂੰ, ਸਾਹਿਬ ਬਲਦੇਵ ਸਿੰਘ ਉਹਨਾਂ ਨੂੰ ਬੁਲਾਇਆ, ਵਜ਼ੀਰ ਬਣ ਗਏ ਸਨ। ਦਫ਼ਤਰ ਦੇ ਵਿੱਚ ਉਹ ਫਾਇਰ ਪਲੇਸ ਸੀ, ਅੱਗ ਬਲ ਰਹੀ ਸੀ। ਉਹਨਾਂ ਨੇ ਕਿਹਾ ਕਿ ਆ ਬਲਦੇਵ ਸਿੰਘ ਜੀ, ਆ ਫਾਈਲ ਪੜ੍ਹ ਲਓ ਅਤੇ ਪੜ੍ਹਨ ਦਿਓ, ਇੱਥੇ ਪੜ੍ਹੋ ਅਤੇ ਇਹਦੇ ਬਾਅਦ ਇੱਥੇ ਫਾਇਰ ਪਲੇਸ ਸੁੱਟ ਦਿਓ। ਅੱਛਾ, ਅਤੇ ਉਹਦੇ ਵਿੱਚ ਉਹ ਉਹਨਾਂ ਦੀ ਰਿਪੋਰਟ ਸੀ CID ਦੀ, ਜਿਹੜੀ ਤੁਹਾਡੇ ਬਾਬਾ ਜੀ ਨੂੰ ਗੱਲ ਕਰ, ਉਹਨਾਂ ਦੀ ਸ਼ਮੂਲੀਅਤ ਦੇ ਬਾਰੇ ਜੀ। ਅੱਛਾ, ਸਰਦਾਰ ਬਲਦੇਵ ਸਿੰਘ ਹੋਣੀ ਇਸ ਪਾਸੇ ਵੱਲ ਕਦੋਂ ਤੁਹਾਨੂੰ ਲੱਗਿਆ ਵੀ ਉਹ ਗਏ, ਜੇ ਤੁਹਾਡੀ ਜਾਣਕਾਰੀ 'ਚ ਹੋਵੇ? ਉਦੋਂ ਹੀ ਗਏ, 1936 ਦੇ ਸਰਦਾਰ ਸੰਪੂਰਨ ਸਿੰਘ ਦੇ ਕਹਿਣ 'ਤੇ। ਨਹੀਂ, ਸਿਆਸਤ 'ਚ ਨਹੀਂ, ਜਦੋਂ ਸਿਆਸੀ ਜਾਂ ਮਾਹੌਲ 'ਚ ਜਿਵੇਂ ਸੁਭਾਸ਼ ਚੰਦਰ ਬੋਸ ਦੇ ਨਾਲ ਨੇੜਤਾ ਜਾਂ ਇੱਦਾਂ ਦੀ, ਇਹ ਕਦੋਂ ਕੁ ਬਣੀ ਉਹਨਾਂ ਦੀ? ਦੇਖੋ, ਕਲਕੱਤੇ ਰਹਿੰਦੇ ਸੀ, ਕਿਉਂਕਿ ਤੁਹਾਡੇ ਬਾਬਾ ਜੀ ਦਾ ਸੀਗਾ ਸਿਆਸਤ ਵਿੱਚ ਬਿਲਕੁਲ ਰੁਝਾਨ ਨਹੀਂ ਸੀ। ਨਹੀਂ, ਸਰਦਾਰ ਬਲਦੇਵ ਸਿੰਘ ਵੀ ਬਿਲਕੁਲ ਨਹੀਂ ਸੀਗੇ ਬਿਜ਼ਨਸ ਵਿੱਚ। ਸਾਡੇ ਬਿਜ਼ਨਸ ਵਿੱਚ ਜਿਹੜੇ ਵਾਧੇ ਕੀਤੇ ਉਹ ਸਰਦਾਰ ਬਲਦੇਵ ਸਿੰਘ ਨੇ ਕੀਤੇ। ਅੱਛਾ ਜੀ। ਟੈਕਸਟਾਈਲ ਮਿੱਲਾਂ ਲਈਆਂ ਦੋ, ਇੱਕ ਜਲਗਾਓਂ ਇੱਕ ਮਦਰਾਸ ਜੀ। ਇਹ ਸੀਮੈਂਟ ਪਲਾਂਟ ਬਣਾਇਆ ਜਿਹੜਾ ਹੁਣ ਅਨਫੋਰਚੁਨੇਟਲੀ ਬੰਗਲਾਦੇਸ਼ 'ਚ ਪੈ ਗਿਆ, ਦਰਿਆ ਦੇ ਪਰਲੇ ਪਾਸੇ ਬਣਾਤਾ, ਦਰਿਆ ਬਾਉਂਡਰੀ ਬਣ ਗਈ। ਕੋਲ ਮਾਈਨਾਂ ਲਈਆਂ, ਸ਼ੂਗਰ ਮਿੱਲ ਲਖੀਮਪੁਰ ਖੇਰੀ ਦੇ ਕੋਲ ਬਣਾਈ। ਅੱਛਾ, ਵੇਰੀਅਸ ਥਿੰਗਸ, ਉਹ ਸਭ ਸਰਦਾਰ ਬਲਦੇਵ ਸਿੰਘ ਸੀ। ਅਤੇ ਉਹ ਅਸਲ ਵਿੱਚ ਉਸ ਮੌਕੇ ਦੇ ਉੱਤੇ ਹਰ ਜਿਹੜਾ ਹਿੰਦੁਸਤਾਨੀ ਥੋੜ੍ਹਾ ਜਿਹਾ ਅਣਖ ਵਾਲਾ ਸੀ, ਉਹਦੇ ਮਨ ਵਿੱਚ ਇਹ ਸੀ ਕਿ ਅਸੀਂ ਗੁਲਾਮ ਹਾਂ ਅੰਗਰੇਜ਼ਾਂ ਦੇ, ਆਜ਼ਾਦੀ ਚਾਹੁੰਦੇ ਸਨ। ਕਿਉਂਕਿ ਕਲਕੱਤੇ ਦੇ ਵਿੱਚ ਹੀ ਕਈ ਕਲੱਬਾਂ ਦੇ ਬਾਹਰ ਲਿਖਿਆ ਹੁੰਦਾ ਸੀ, ਇੰਡੀਅਨਸ ਐਂਡ ਡੋਗਸ ਨੋਟ ਅਲਾਊਡ। ਮਤਲਬ ਉਹ ਕੁਝ ਗੱਲਾਂ ਸੀ, ਉਹਦਾ ਹਰੇਕ ਨੂੰ ਚੁੱਭਦੀ ਸੀ, ਗੱਲਾਂ ਉਹਨਾਂ ਨੂੰ ਚੁੱਭਦੀਆਂ ਸੀ, ਹਰੇਕ ਨੂੰ ਚੁੱਭਦੀ ਸੀ। ਹੁਣ ਜਮਸ਼ੇਦਪੁਰ ਦੇ ਵਿੱਚ ਜਦੋਂ ਤਾਇਆ ਜੀ ਚਲੇ ਵੀ ਗਏ ਪੋਲੀਟਿਕਸ ਦੇ ਵਿੱਚ, ਉਹਦੇ ਬਾਅਦ ਜਮਸ਼ੇਦਪੁਰ ਵਿੱਚ ਕਈ ਕਲੱਬ ਸੀਗੇ, ਅਤੇ ਮੇਰੇ ਫਾਦਰ ਨੂੰ, ਸਾਹਿਬ ਸਿੰਘ ਹੋਣਾ ਨੂੰ, ਉਹਨਾਂ ਨੇ ਇਨਵਾਈਟ ਕੀਤਾ ਜੀ ਤੁਸੀਂ ਮੈਂਬਰ ਬਣੋ। ਉਹਨਾਂ ਨੇ ਕਿਹਾ ਨਾ, ਮੈਂ ਨਹੀਂ ਬਣਦਾ ਮੈਂ ਮੈਂਬਰ, ਤੁਸੀਂ ਤਾਂ ਜ਼ਿਆਦਾਤਰ ਗੋਰੇ ਰੱਖਦੇ ਹੋ ਜੀ, ਜਿੱਦਣ ਆਜ਼ਾਦੀ ਹੋਏਗੀ ਉਦਣ ਦੇਖਾਂਗੇ। ਸੋ ਇਹ ਜਿਹੜਾ ਸੈਂਟੀਮੈਂਟ ਹੈ, ਇਹ ਹਰ ਸੋਚਣ ਵਾਲੇ ਹਿੰਦੁਸਤਾਨੀ ਦੇ ਦਿਮਾਗ 'ਚ ਸੀਗਾ ਉਦੋਂ। ਇਹ ਨਹੀਂ ਹੈ ਕਿ ਬਈ ਤੁਹਾਨੂੰ ਕਿਸੇ ਨੂੰ, ਜਿਹੜੇ ਬੰਦੇ ਨੂੰ ਆਪਣਾ ਹੋਸ਼ ਹੀ ਨਹੀਂ ਸੀ ਉਹਦਾ ਤਾਂ ਕੀ ਕਹੀਏ ਜੀ, ਪਰ ਹੋਸ਼ ਵਾਲਾ ਬੰਦਾ ਔਖਾ ਸੀ ਔਰ ਆਜ਼ਾਦੀ ਚਾਹੁੰਦਾ ਸੀ। ਸਾਰੇ ਮੁਲਕ 'ਚ ਹੀ ਹਲਚਲ ਸੀ ਇਸ ਗੱਲ ਦੀ। ਅਤੇ ਤੁਹਾਡੇ ਪਿਤਾ ਜੀ? ਮੇਰੇ ਫਾਦਰ ਪੋਲੀਟਿਕਸ ਤੋਂ ਬਹੁਤ ਦੂਰ ਸਨ। ਅੱਛਾ। ਹਾਂ, ਉਹਨਾਂ ਦੀ ਪੜ੍ਹਾਈ ਉੱਥੇ ਜਮਸ਼ੇਦਪੁਰੀ ਹੋਈ ਹੈ ਜਾਂ ਮਸੂਰੀ ਪੜ੍ਹੇ ਨੇ ਜਾਂ ਫਿਰ ਕਲਕੱਤੇ ਪੜ੍ਹੇ ਨੇ। ਅਤੇ ਉਹ ਫਿਰ ਕਾਰੋਬਾਰ ਦੇਖਦੇ ਸੀ? ਉਹ ਵੀ ਪਤਾਇਆ ਜੀ ਦੇ ਬਾਅਦ ਉਹਨਾਂ ਦਾ ਕਾਫੀ ਫਰਕ ਸੀ, 10 ਸਾਲ ਦਾ ਫਰਕ ਸੀ ਜੀ। ਅਤੇ ਉਹ ਫਿਰ ਉੱਥੇ ਕਾਰੋਬਾਰ ਹੀ ਦੇਖਦੇ ਸਨ, ਹੁਣ ਤਾਂ ਚੜ੍ਹਾਈ ਕਰ ਗਏ ਮੇਰੇ ਮਦਰ ਵੀ ਫਾਦਰ ਵੀ ਦੋਨੋਂ। ਠੀਕ, ਬਾਬਾ ਜੀ ਵੀ। ਰਿਹਾਇਸ਼ ਤੁਹਾਡੇ ਪਿਤਾ ਜੀ ਉਹਨਾਂ ਦੀ ਵੀ ਉੱਥੇ ਜਮਸ਼ੇਦਪੁਰ ਸੀ ਜਾਂ ਆਉਣਾ ਜਾਣਾ ਰਹਿੰਦਾ ਸੀ? ਨਹੀਂ, ਜਮਸ਼ੇਦਪੁਰ ਸੀ। ਠੀਕ ਹੈ, ਜਮਸ਼ੇਦਪੁਰ ਸੀ। ਸਾਡੇ ਸਾਰਿਆਂ ਦੀ ਉੱਥੇ ਸੀ, ਮੈਂ ਤਾਂ ਇੱਥੇ 1969 'ਚ ਆਇਆ ਜੀ, ਉਦੋਂ ਮੈਂ ਆ ਕੇ, ਕਿਉਂਕਿ ਬਾਬਾ ਜੀ ਗੁਜ਼ਰ ਗਏ ਸਨ ਅਤੇ ਮੈਂ ਮਹਿਸੂਸ ਕੀਤਾ, ਮੈਨੂੰ ਭਾਅ ਜੀ ਸਰਦਾਰ ਸੁਰਜੀਤ ਸਿੰਘ, ਸਰਦਾਰ ਬਲਦੇਵ ਸਿੰਘ ਦੇ ਵੱਡੇ ਲੜਕੇ, ਉਹ ਕਹਿਣ ਲੱਗੇ ਕਿ ਚੱਲ ਇਲੈਕਸ਼ਨ ਲੜੀਏ। ਮੈਂ ਚਲੋ। ਕੀ ਹੈ ਕੋਈ ਯਾਦ ਤੁਹਾਡੇ ਪਾਰਟੀਸ਼ਨ ਦੀ, ਤੁਹਾਡੇ ਜ਼ਹਿਨ ਦੇ ਵਿੱਚ ਤੁਹਾਡੀ ਆਪਣੀ ਹੋਵੇ ਜਿਹੜੀ? ਥੋੜ੍ਹੀ ਯਾਦ ਹੈ, ਲਾਇਲਪੁਰ ਦਾ ਘਰ ਜਿਹੜਾ ਸਾਡਾ ਸੀ, ਮੈਨੂੰ ਉਹ ਯਾਦ ਹੈ, ਨਾਨਕਿਆਂ ਦਾ। ਹਾਂ, ਜਿਹੜਾ ਲਾਹੌਰ ਸੀ ਉਹ ਹੋਇਆ,
ਮੈਂ ਕੋਈ 5-6 ਸਾਲ ਦਾ ਸੀ, ਮੇਰੇ ਟੌਨਸਿਲਸ ਦੀ ਓਪਰੇਸ਼ਨ ਉੱਥੇ ਲਾਹੌਰ ਹੀ ਹੋਇਆ ਸੀ। ਅੱਛਾ। ਨਾਲ ਮੇਰਾ ਸਾਹਿਬ ਬਲਦੇਵ ਸਿੰਘ ਦਾ ਛੋਟਾ ਲੜਕਾ ਸਰ ਗੁਰਦੀਪ ਸਿੰਘ, ਉਹਨਾਂ ਕੋਲ ਤਾਂ ਵੀ ਇਕੱਠਾ ਹੀ ਹੋਇਆ ਸੀ ਸਾਡੇ ਦੋਵਾਂ ਦਾ, ਉਹ ਮੇਰੇ ਤੋਂ ਵੱਡੇ ਸਨ ਅਤੇ ਉਹ ਵੀ ਮੈਨੂੰ ਯਾਦ ਹੈ ਹੋਸਪਿਟਲ। ਅਤੇ ਜਿਹੜਾ ਸਰਕਾਰੀ ਘਰ ਸੀ ਬਤੌਰ ਵਜ਼ੀਰ ਤਾਇਆ ਜੀ ਦਾ ਜੀ, ਉਹਦੇ ਪਿੱਛੇ ਬਹੁਤ ਖੁੱਲ੍ਹੀ ਜਗ੍ਹਾ ਸੀ, ਖਰਗੋਸ਼ ਬੜੇ ਜੰਗਲੀ ਘੁੰਮਦੇ ਹੁੰਦੇ ਸੀ, ਛੋਟੀਆਂ ਮੋਟੀਆਂ ਗੱਲ, ਨਾਲ ਇੱਕ ਕਨਾਲ ਜਾਂਦੀ ਸੀ, ਉਹ ਛੋਟੀਆਂ ਮੋਟੀਆਂ ਗੱਲਾਂ ਯਾਦ ਹੈ ਜੀ। ਅੱਛਾ, ਤੁਹਾਡੇ ਕੋਲ ਸਿਆਸਤ ਦੀ ਤਾਂ ਬਹੁਤ ਇਨਫੋਰਮੇਸ਼ਨ ਹੈ, ਫਸਟ ਹੈਂਡ ਵੀ ਹੈ, ਪਰ ਮੈਂ ਚਾਹਾਂਗਾ ਕਿ ਤੁਹਾਡੀ ਆਪਣੀ ਜਿਹੜੀ ਹੈਗੀ ਹੈ ਕਿ ਉਦੋਂ ਉਸ ਵੇਲੇ ਨੂੰ ਵੀ ਜਾਣਿਆ ਜਾਵੇ ਤੁਹਾਡੇ ਜ਼ਰੀਏ, ਵੀ ਉਦੋਂ ਤੁਸੀਂ ਕਿਹੜੀਆਂ ਚੀਜ਼ਾਂ, ਤੁਹਾਡਾ ਸਕੂਲਿੰਗ ਕਿੱਦਾਂ ਦੀ ਸੀ, ਤੁਹਾਡੀ ਖੇਡ ਕਿੱਦਾਂ ਦੀ ਸੀਗੀ? ਦੇਖੋ, ਸਕੂਲਿੰਗ ਤਾਂ ਮੇਰੀ ਕੁਛ ਇਹੋ ਜਿਹੀ ਨਹੀਂ ਸੀ ਕਿ ਜਿਹੜੀ ਕਿ ਮੈਨੂੰ ਸਿਆਸਤ ਵਿੱਚ ਪਾਉਂਦੀ, ਕਿਉਂਕਿ ਮੇਰੀ ਸਾਰੀ ਤਵੱਕੋ ਇੰਜੀਨੀਅਰਿੰਗ ਵੱਲ ਸੀ। ਨਹੀਂ, ਸਟਾਰਟਿੰਗ ਜਦੋਂ ਆਪਾਂ ਗੱਲ ਕਰੀਏ, ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਬੁਨਿਆਦੀ ਤੌਰ 'ਤੇ ਸਾਡੀ ਘਰ ਦੇ ਵਿੱਚ ਸਿੱਖੀ ਦੀ ਗੱਲ ਚੱਲਦੀ ਸੀ, ਨਾਨਾ ਜੀ ਪੋਲੀਟਿਕਸ ਦੇ ਵਿੱਚ ਸੀਗੇ ਪਹਿਲੇ ਦਿਨ ਤੋਂ ਹੀ, ਤਾਇਆ ਜੀ ਚਲੇ ਗਏ, ਸੋ ਸਾਡੇ ਘਰ ਦੇ ਵਿੱਚ ਕੀ ਹੋ ਰਿਹਾ ਮਾਸਟਰ ਜੀ ਦੇ ਬਾਰੇ, ਜੇ ਕਦੇ ਦਿੱਲੀ ਜਾਣਾ, ਸ਼ਿਮਲੇ ਜਾਣਾ, ਅਤੇ ਉਹ ਸਾਰੇ ਜਿਹੜੇ ਸਿੱਖ ਲੀਡਰ ਸੀ, ਅਕਾਲੀ ਲੀਡਰ ਸੀ, ਉਹ ਘਰ ਆਉਂਦੇ ਰਹੇ ਅਤੇ ਉਹਨਾਂ ਦੀਆਂ ਮੀਟਿੰਗਾਂ ਦੇਖਣੀਆਂ, ਅਤੇ ਇੰਨਾ ਕਸਰ ਤਾਂ ਫਿਰ ਬੰਦੇ 'ਤੇ ਹੁੰਦਾ ਹੀ ਹੈ। ਅੱਛਾ, ਬਜ਼ੁਰਗ ਦੋਨੋਂ ਪਾਸੇ ਅੰਮ੍ਰਿਤਧਾਰੀ ਸੀਗੇ? ਹਾਂ, ਦੋਨੋਂ ਪਾਸੇ। ਠੀਕ ਹੈ, ਬਿਲਕੁਲ। ਅਤੇ ਪਰਿਵਾਰ ਦੇ ਵਿੱਚ ਜਿਹੜਾ ਗੁਰਬਾਣੀ ਨਾਲ ਲਗਾਵ ਹੈ, ਉਹ ਕਿਵੇਂ ਦਾ ਸੀਗਾ, ਜੇ ਕੋਈ ਯਾਦ ਹੋਵੇ? ਬਹੁਤ ਬਹੁਤ ਪੱਕਾ, ਸਾਡੇ ਤਾਂ ਘਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਸੀ। ਅੱਛਾ। ਅਤੇ ਮਦਰ ਸਾਡੀ ਰੋਜ਼ ਹੀ ਸਵੇਰੇ ਸ਼ਾਮ ਪਾਠ ਕਰਦੇ ਸਨ, ਅਸੀਂ ਵੀ ਸ਼ਾਮ ਨੂੰ ਉਹਨਾਂ ਨਾਲ ਬਹਿ ਜਾਣਾ। ਠੀਕ ਹੈ। ਅਤੇ ਦਾਤੇ ਦੀ ਬਖਸ਼ਿਸ਼ ਰਹੀ ਹੈ। ਸਾਡੇ ਜਿਹੜੀ ਆਪਣੀ ਫੈਕਟਰੀ ਸੀ, ਉੱਥੇ ਸਿੱਖ ਕਾਫੀ ਸਨ, ਅਤੇ ਗੁਰਪੁਰਬ ਵਗੈਰਾ ਹੋਰ ਵਗੈਰਾ ਦੇ ਬਹੁਤ ਵੱਡੇ, ਸਾਡੇ ਆਪਣਾ ਗੁਰਦੁਆਰਾ ਸੀ ਜੀ ਆਪਣੀ ਕਲੋਨੀ ਦਾ, ਅਤੇ ਉੱਥੇ ਅਸੀਂ ਸਾਰੇ ਜਾਂਦੇ, ਬਾਪੂ ਜੀ ਵੀ ਜਾਂਦੇ, ਮਦਰ ਵੀ ਜਾਂਦੇ, ਔਰ ਕਈ ਵਾਰੀ ਕੀਰਤਨ ਵਗੈਰਾ ਅਸੀਂ ਆਪਣੇ ਘਰਾਂ ਵਿੱਚ ਹੀ ਕਰਾਉਂਦੇ ਰਹੇ ਹਾਂ ਜੀ, ਆਪਣੇ ਘਰ 'ਚ, ਅਤੇ ਸਾਰੇ ਬੰਦੇ ਸਾਡੇ ਆ ਜਾਂਦੇ। ਅੱਛਾ, ਹੁਣ ਦਾ ਜਿਹੜਾ ਸਕੂਲ, ਵੈਸੇ ਤਾਂ ਉਹ ਤੁਹਾਡੇ ਵੇਲੇ ਹੀ ਸਕੂਲ ਸ਼ੁਰੂ ਹੋ ਗਏ ਸੀ ਮਾਡਰਨ ਐਜੂਕੇਸ਼ਨ ਦੇ ਹਿਸਾਬ ਨਾਲ, ਅਤੇ ਹੁਣ ਤਾਂ ਬਹੁਤ ਜ਼ਿਆਦਾ ਮਤਲਬ ਆਪਣੀ ਜਿਹੜੀ ਰਿਚੁਅਲਸ ਨੇ ਉਹਨਾਂ ਨਾਲੋਂ ਬੰਦਾ ਟੁੱਟ ਜਾਂਦਾ ਹੈਗਾ ਜਿਹੜੇ ਹੁਣ ਦੇ ਸਕੂਲ ਨੇ, ਉਦੋਂ ਫਿਰ ਵੀ ਸੀਗਾ ਕਦੇ ਸੰਥਿਆ ਕੀਰਤਨ ਇਹੋ ਜਿਹਾ ਕੁਛ ਚੱਲਦਾ ਸੀਗਾ ਤੁਹਾਡੇ ਬੱਚਿਆਂ ਦੇ ਸਕੂਲਾਂ ਵਿੱਚ? ਤਾਂ ਨਹੀਂ, ਪਰ ਅਸੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਘਰ ਦੇ ਵਿੱਚ ਜੀ, ਇੱਕ ਤਾਂ ਗੁਰਦੁਆਰੇ ਸਾਡੇ 'ਚ, ਇੱਕ ਘਰੇ ਅਸੀਂ ਜੋ ਕੋਈ ਜੇ ਕੋਈ ਮਸ਼ਹੂਰ ਬੰਦੇ ਨੇ ਆਉਣਾ ਕੋਈ ਕੀਰਤਨੀ ਨੇ, ਅਤੇ ਅਸੀਂ ਉਹਨੂੰ ਆਪਣੇ ਘਰ ਜ਼ਰੂਰ ਬੁਲਾਉਂਦੇ ਹੁੰਦੇ ਸਾਂ। ਅੱਛਾ। ਅਤੇ ਬਜਾਏ ਕਿ ਗੁਰਦੁਆਰੇ ਦੇ, ਸਾਡੇ ਘਰ ਖੁੱਲ੍ਹਾ ਸੀ ਬਹੁਤ, ਮੈਂ ਕਿਹਾ 8-10 ਏਕੜ ਮਕਾਨ ਸੀ, ਵੱਡੇ ਵੱਡੇ ਬਗੀਚੇ ਸਨ, ਅਤੇ ਤੰਬੂ ਲਾ ਲੈਣੇ। ਅੱਛਾ। ਅਤੇ ਸਾਰਾ ਹੀ ਸਾਡੇ ਸਾਰੇ ਜਿੰਨੇ ਸੀਗੇ, ਸਿੱਖ ਵੀ ਸਨ, ਹਿੰਦੂ ਵੀ ਸਨ, ਸਾਰੇ ਆ ਜਾਂਦੇ ਸੀ। ਅੱਛਾ ਜੀ। ਕੀਰਤਨ ਸੁਣ, ਇੱਕ ਵਾਰੀ ਮੈਨੂੰ ਵੀ ਯਾਦ ਹੈ, ਉਹ ਪੂਰਨ ਸਿੰਘ ਤਰਨ ਤਾਰਨ ਵਾਲਾ ਬੜਾ ਮਸ਼ਹੂਰ ਹੁੰਦਾ ਸੀ ਰਾਗੀ, ਉਹ ਆਇਆ ਅਤੇ ਮੈਨੂੰ ਗੇਟ 'ਤੇ ਪਤਾ ਲੱਗਿਆ ਕਿ ਉਹ ਆ ਰਿਹਾ, ਅਤੇ ਮੈਂ ਨੱਸ ਕੇ ਆਪਣੀ ਮਾਂ ਨੂੰ ਕਹਿੰਦਾ ਕਿ ਜੀ ਤਾਰਨ ਸਿੰਘ ਪੂਰਨ ਵਾਲਾ ਆ ਗਿਆ। ਉਹ ਬੜੇ ਹੱਸੇ, ਮੈਂ ਕਿਹਾ ਉਹ ਪੂਰਨ ਸਿੰਘ ਤਰਨ ਤਾਰਨ ਵਾਲਾ ਹੋਣਾ, ਮੈਂ ਕਿਹਾ ਜੀ ਉਹ ਹੀ ਹੈ। ਉਹ ਵੀ ਉਹਨਾਂ ਨੇ ਵੀ ਫਿਰ ਨਿਹਾਲ ਕੀਤਾ ਸੰਗਤਾਂ ਨੂੰ। ਸੋ ਇਹ ਸਾਡੇ ਦੇਖੋ ਜਮਸ਼ੇਦਪੁਰ ਦੇ ਵਿੱਚ ਸਾਰੇ ਹੀ ਸੀ ਪੂਰਨ ਸਿੱਖ ਸੀਗੇ, ਕੋਈ ਦਾੜੀ ਕਟਾ ਵਾਲਾ ਨਹੀਂ ਸੀ ਸਾਡੇ ਕੋਲ। ਉਦੋਂ ਤਾਂ ਪੰਜਾਬ 'ਚ ਵੀ ਨਹੀਂ ਹੁੰਦਾ ਹੋਣਾ ਇਹੋ ਜਿਹਾ ਮਾਹੌਲ,
ਪੰਜਾਬ ਵਿੱਚ ਟਰੱਕ ਡਰਾਈਵਰ ਵਗੈਰਾ ਨੇ ਸ਼ੁਰੂ ਕਰਤਾ ਸੀ ਕੰਮ। ਅੱਛਾ। ਅਤੇ ਇੱਥੇ ਜਿਹੜੇ ਖਾਸ ਕਰਕੇ ਪੈਪਸੂ ਤੋਂ ਇਹ ਜਿਹੜੇ ਅਫਸਰ ਆਏ ਸੀਗੇ ਉਹ ਉਹਨਾਂ ਦਾ ਇਹੀ ਹਾਲ ਸੀ ਕਿਉਂਕਿ ਪੈਪਸੂ ਤਾਂ ਲੋਕ ਬੀੜੀਆਂ ਪੀਂਦੇ ਸਨ ਅਤੇ ਇਹ ਬਿਮਾਰੀ ਜਿਹੜੀ ਸੀ ਸਾਡੇ ਬਿਲਕੁਲ ਨਹੀਂ ਸੀ। ਮੈਂ ਅਮੈਰੀਕਾ ਤੋਂ ਵਾਪਸ ਆਇਆ 64 ਦੇ ਵਿੱਚ ਅਤੇ 68 ਐਂਡ ਤੱਕ ਮੈਂ ਉੱਥੇ ਫਾਊਂਡਰੀ ਸਾਡੀ ਆਪਣੀ ਸੀ ਜਿਮਕੋ ਉਹਦਾ ਹੈੱਡ ਰਿਹਾ ਬਾਬਾ ਜੀ ਨੇ ਮੈਨੂੰ ਜ਼ਿੰਮਾ ਸੰਭਾਲਿਆ ਸੀ। ਮੈਂ ਆਪਣੇ ਕਾਰੋਬਾਰ ਵਿੱਚ ਕਦੇ ਕੋਈ ਦਾੜੀ ਵੱਡਾ ਨਹੀਂ ਰੱਖਿਆ। ਜੇ ਕੋਈ ਆਉਂਦਾ ਸੀ ਮੈਂ ਕਿਹਾ ਬੰਦਾ ਬਣ ਗਿਆ ਭਾਵੇਂ 2 ਮਹੀਨੇ ਨੂੰ ਆਈ ਅਤੇ ਮੈਨੂੰ ਤਾਂ ਮਿਲੀ ਨਹੀਂ ਤਾਂ ਮੈਨੂੰ ਤੇਰੀ ਸ਼ਕਲੋ ਸੂਰਤ ਠੀਕ ਨਹੀਂ ਲੱਗਦੀ। ਗੱਲ ਤਾਂ ਬੁਨਿਆਦੀ ਹੈ, ਗੱਲ ਤਾਂ ਬੁਨਿਆਦੀ। ਦੇਖੋ ਗੱਲ ਸੁਣੋ, ਗੁਰੂ ਗੋਬਿੰਦ ਸਿੰਘ ਨੇ ਇੱਕ ਯੂਨੀਫਾਰਮ ਦਿੱਤੀ ਹੈ ਆਪਣੇ ਪਿਆਰਿਆਂ ਨੂੰ ਅਤੇ ਜਿਹੜਾ ਸਿੱਖ ਘਰ ਦੇ ਵਿੱਚ ਜੰਮਿਆ ਹੋਵੇ ਔਰ ਉਹ ਯੂਨੀਫਾਰਮ ਨੂੰ ਰਿਜੈਕਟ ਕਰਦਾ ਹੈ ਉਹ ਤਾਂ ਗੁਰੂ ਗੋਬਿੰਦ ਸਿੰਘ ਨੂੰ ਕਹਿ ਰਿਹਾ ਕਿ ਮੈਂ ਤੈਨੂੰ ਵਿਦਾਵਾ ਦਿੱਤਾ ਜੀ ਡਾਇਰੈਕਟਲੀ। ਮੇਰਾ ਇਨਸਲਟ ਨਹੀਂ ਹੈ, ਮੇਰੇ ਗੁਰੂ ਦਾ ਇਨਸਲਟ ਹੈ। ਇਸ ਲਈ ਮੈਂ ਹੈਰਾਨ ਹੈ ਕਿ ਇੱਥੇ ਇੱਕ ਬੰਦਾ ਬਾਹਰ ਕਮਾਈ ਕਰਨ ਵਾਲੇ ਦਾੜੀ ਕੇਸ ਮਨਾ ਦਿੰਦਾ ਹੈ 8-10 ਸਾਲਾਂ ਮਗਰੋਂ ਇੱਥੇ ਆ ਕੇ ਉਹ ਦਾੜੀ ਹੈ ਕੋਈ ਘਰ ਦੀ ਖੇਤੀ ਹੈ ਉਹ ਉਗਾ ਕੇ ਉਹ ਪ੍ਰਚਾਰਕ ਬਣ ਜਾਂਦਾ। ਕੀ ਪ੍ਰਚਾਰ ਕਰਦਾ ਕਿ ਵੀ ਜੇ ਕਮਾਈ ਹੈ ਕਮਾਈ ਕਰਨੀ ਹੈ ਤਾਂ ਦਾੜੀ ਵੱਢ ਕੇ ਬਾਹਰ ਜਾਓ, ਜਦੋਂ ਘਰ ਆਉਣਾ ਹੈ ਤਾਂ ਫਿਰ ਘਰ ਦੀ ਖੇਤੀ ਉਗਾ ਲਓ। ਇਹ ਸਿੱਖੀ ਹੈ, ਇਹ ਸਾਡੇ ਗੁਰੂਆਂ ਨੇ ਤਾਂ ਇਹ ਸਿਖਾਇਆ ਨਹੀਂ। ਸਾਡੇ ਗੁਰੂਆਂ ਨੇ ਇਹ ਸਿਖਲਾਇਆ ਕਿ ਵੀ ਜੇ ਸਿਰ ਲੈ ਜਾਏ ਤਾਂ ਲੈ ਜਾਏ। ਉਹਨਾਂ ਦੇ ਆਪਣੇ ਬੱਚੇ ਜੀ ਉਹਨਾਂ ਨੇ ਕੁਰਬਾਨ ਕੀਤੇ, ਉਹ ਛੋਟੇ ਛੋਟੇ ਬੱਚੇ ਜਿਹੜੇ ਸੀ ਉਹ ਜੇ ਜਿਹਨਾਂ ਨੇ ਉਹਨਾਂ ਨੂੰ ਕਬਜ਼ਾ ਕੀਤਾ ਸੀ ਉਹਨਾਂ ਦੀ ਗੱਲ ਮੰਨ ਲੈਂਦੇ ਤਾਂ ਉਹ ਤਾਂ ਸਭ ਕੁਛ ਦਿੰਦੇ ਸਨ, ਘੋੜੇ ਦਿੰਦੇ ਸਨ, ਮਕਾਨ ਦਿੰਦੇ ਸਨ, ਰਿਆਇਤ ਦਿੰਦੇ ਸਨ। ਉਹਨਾਂ ਨੇ ਨਹੀਂ ਲਈ, ਆਪਣੀ ਜਾਨ ਦੇ ਦਿੱਤੀ। ਸਿਖਲਾਈ ਤਾਂ ਉਹ ਸੀ। ਅੱਛਾ, ਬੰਦਾ ਇਸ ਲਈ ਤਕਲੀਫ ਬੜੀ ਹੁੰਦੀ ਹੈ ਜੀ ਜਦੋਂ ਆਪਣੇ ਅਣਜਾਣੇ ਲੋਕ ਅਜਿਹੇ ਬੰਦਿਆਂ ਦੇ ਮਗਰ ਲੱਗ ਜਾਂਦੇ ਹੈ, ਕਿਉਂਕਿ ਉਹ ਦੇਖੋ ਜਿਹੜੀ ਲੀਡਰਸ਼ਿਪ ਹੈ ਨਾ, ਇਟ ਹੈਜ਼ ਟੂ ਬੀ ਬਾਈ ਐਮੂਲੇਟਿੰਗ ਏ ਪਰਸਨ। ਇੱਕ ਬੰਦੇ ਦੀ ਆਪਣੀ ਨੈਨ ਨਕਸ਼ ਦੇਖ ਕੇ ਕਰਨਾ ਪੈਂਦਾ। ਇਹ ਨਹੀਂ ਕਿ ਅੱਜ ਮੈਂ ਐਂ ਹੋ ਗਿਆ ਅਤੇ ਅੱਜ ਐਂ ਹੋ ਗਿਆ, ਫਿਰ ਤੂੰ ਇਹ ਪੁੱਛੋ ਵੀ ਹੁਣ ਤੇਰੇ ਕਿਹੜੇ ਰੂਪ ਨੂੰ ਅਸੀਂ ਮੂਹਰੇ ਲਾਈਏ। ਇਹ ਬੜਾ ਇੰਪੋਰਟੈਂਟ ਹੈ। ਅੱਛਾ, ਤੁਹਾਡੇ ਵੇਲੇ ਬੱਚਿਆਂ ਨੂੰ ਸੰਥਿਆ ਦੇਣ ਦਾ ਰਿਵਾਜ਼ ਸੀਗਾ? ਕੀ ਦੇਣ ਦਾ? ਸੰਥਿਆ, ਗੁਰਬਾਣੀ ਦੀ ਸੰਥਿਆ? ਨਹੀਂ, ਪੜ੍ਹਾਈ ਘਰੇ ਸੀ, ਗ੍ਰੰਥੀ ਸਾਡਾ ਆਪਣੇ ਕਾਰਖਾਨੇ 'ਚ ਮੁੰਡਾ ਕੰਮ ਕਰਦਾ ਸੀ ਬਜ਼ੁਰਗ ਜੀ, ਉਹ ਆ ਕੇ ਮੈਨੂੰ ਪੰਜਾਬੀ ਪੜ੍ਹਾਉਂਦਾ ਰਿਹਾ ਘਰੇ ਆ ਕੇ। ਅੱਛਾ। ਇੱਕ ਮੁਸਲਮਾਨ ਵੀ ਆ ਕੇ ਉਰਦੂ ਵੀ ਪੜ੍ਹਾਉਂਦਾ ਰਿਹਾ, ਉਰਦੂ ਤਾਂ ਮੈਂ ਭੁੱਲ ਭੁਲਾ ਗਿਆ। ਅੱਛਾ, ਪਰ ਪੜ੍ਹੀ ਹੈ? ਹਾਂ, ਪੜ੍ਹੀ ਸ਼ੁਰੂ, ਕਿਉਂਕਿ ਬਾਬਾ ਜੀ ਦੇ ਵੇਲੇ ਤਾਂ ਪਰਸ਼ੀਅਨ ਪੜ੍ਹਾਈ ਜਾਂਦੀ ਸੀ, ਉਹ ਪਰਸ਼ੀਅਨ ਜਾਣਦੇ ਸਨ ਜੀ, ਅਤੇ ਮੇਰੇ ਮਦਰ ਉਰਦੂ ਜਾਣਦੇ ਸਨ ਅਤੇ ਅੰਗਰੇਜ਼ੀ ਜਾਣਦੇ ਸਨ, ਪੰਜਾਬੀ ਜਾਣਦੇ ਸਨ। ਸੋ ਇਹ 2-3 ਜ਼ਮਾਨਾ ਤਾਂ ਉਹਨਾਂ ਨੂੰ ਆਉਂਦੀਆਂ ਸਨ ਸਾਰੀਆਂ। ਆਪਾਂ 1942 ਵਾਲੀ ਗੱਲ ਤੋਂ ਸ਼ੁਰੂ ਕਰੀਏ ਦੁਬਾਰਾ, ਕਿ ਜਦੋਂ ਬਲਦੇਵ ਸਿੰਘ ਉਹਨਾਂ ਦਾ ਅਤੇ ਆਪਣਾ ਉਹਨਾਂ ਦਾ ਸਿਕੰਦਰ ਹਯਾਤ ਖਾਨ ਉਹਨਾਂ ਦਾ ਆਪਸ ਦੇ ਵਿੱਚ ਕੋਲੀਸ਼ਨ ਹੁੰਦਾ, ਉਸ ਤੋਂ ਬਾਅਦ ਜਿਹੜੀ ਸਿਆਸਤ ਹੈ ਤੁਹਾਡੇ ਪਰਿਵਾਰ ਦੇ ਵਿੱਚ ਕੀ ਅਸਰ ਅੰਦਾਜ਼ ਕਰਦੀ ਹੈਗੀ? ਸਾਡੇ ਪਰਿਵਾਰ ਦੇ ਵਿੱਚ ਦੇਖੋ ਉਹ ਸਿਆਸਤ ਦਾ ਕੋਈ ਦਖਲ ਨਹੀਂ ਸੀ ਜੀ, ਅਤੇ ਨਾ ਹੀ ਕੋਈ ਹੋਰ ਬੰਦਾ ਸਾਡਾ ਸਿਆਸਤ ਵਿੱਚ ਆਉਣ ਨੂੰ ਤਿਆਰ ਸੀ। ਇਹ ਤਾਂ ਕੁਦਰਤੀ ਹੋ ਗਿਆ ਕਿ ਜਦੋਂ ਇੱਥੇ ਪੰਜਾਬੀ ਸੂਬਾ ਬਣ ਗਿਆ ਅਤੇ ਪਹਿਲੀ ਸਰਕਾਰ ਉਦੋਂ ਲਕਸ਼ਮਣ ਸਿੰਘ ਗਿੱਲ ਵਾਲੀ ਹਟ ਗਈ ਅਤੇ ਉਹਦੇ ਬਾਅਦ ਦੁਬਾਰਾ ਇਲੈਕਸ਼ਨ ਹੋਣ ਲੱਗੀ ਅਤੇ
ਭਾਅ ਜੀ ਸਰਦਾਰ ਸੁਰਜੀਤ ਸਿੰਘ ਹੁਣੀ ਇੱਥੋਂ ਗਏ ਜਮਸ਼ੇਦਪੁਰ ਅਤੇ ਮੈਨੂੰ ਕਹਿਣ ਲੱਗੇ ਕਿ ਆਓ ਇਲੈਕਸ਼ਨ ਲੜੀਏ। ਮੈਂ ਤੁਹਾਨੂੰ ਦੱਸਿਆ ਕਿ ਮੇਰੇ ਬਾਬਾ ਜੀ ਉਦੋਂ ਗੁਜ਼ਰ ਗਏ ਸਨ ਜੀ, ਉਹਨਾਂ ਨਾਲ ਮੇਰਾ ਬਹੁਤ ਪਿਆਰ ਸੀ ਅਤੇ ਮੈਨੂੰ ਕਹਿਣ ਲੱਗੇ ਕਿ ਚਲੀਏ ਉੱਥੇ ਅਤੇ ਆਪਾਂ ਦੋਨੋਂ ਚਲੀਏ। ਮੈਂ ਕਿਹਾ ਚੰਗਾ। ਸਾਡਾ ਜਿਹੜਾ ਜ਼ਿਲ੍ਹਾ ਸੀ ਇਹ ਮਾਸਟਰ ਧੜੇ ਦੇ ਨਾਲ ਸੀ, ਕਿਉਂਕਿ ਜਦੋਂ 68 ਤੱਕ ਮਾਸਟਰ ਧੜਾ ਅਲੱਗ ਇਲੈਕਸ਼ਨ ਲੜਦਾ ਰਿਹਾ ਸੰਤ ਧੜੇ ਨਾਲੋਂ। ਸੰਤ 67 ਦੀ ਇਲੈਕਸ਼ਨ ਵਿੱਚ ਮਾਸਟਰ ਧੜਾ ਅਲੱਗ ਲੜਿਆ, ਉਹਨਾਂ ਦੇ 3-4 ਬੰਦੇ ਆਏ ਹੈ। ਸਰਦਾਰ ਜੋਗਿੰਦਰ ਸਿੰਘ, ਕਰਨਲ ਜੋਗਿੰਦਰ ਸਿੰਘ ਮਾਨ ਮਾਸਟਰ ਜੀ ਵੱਲੋਂ ਸੀ, ਉਹ ਸਪੀਕਰ ਬਣਿਆ ਸੀ ਇਹ। ਪਰ 69 ਦੇ ਵਿੱਚ ਬਾਬੂ ਆਤਮਾ ਸਿੰਘ, ਗਿਆਨੀ ਭੁਪਿੰਦਰ ਸਿੰਘ ਸਿੰਘ ਸਾਹਿਬ ਅਤੇ ਹੋਰ ਇਹ ਰਲ ਗਏ ਸਨ ਸੰਤਾਂ ਦੇ ਨਾਲ ਜੀ। ਅਤੇ ਜਦੋਂ ਉਹ ਰਲ ਗਏ ਅਤੇ ਮੈਂ ਵੀ ਫਿਰ ਆ ਕੇ 68 ਅਕਤੂਬਰ ਦੇ ਵਿੱਚ ਮੈਂ ਅਕਾਲੀ ਦਲ ਦੇ ਸ਼ਾਮਿਲ ਹੋ ਗਿਆ ਅਤੇ ਉਹਦੇ ਤਹਿਤ ਫਿਰ ਅਸੀਂ ਇਲੈਕਸ਼ਨ ਲੜੀ ਸੀ ਜੀ। ਤੁਹਾਡੀ ਪਹਿਲੀ ਇਲੈਕਸ਼ਨ ਕਿੱਥੋਂ ਸੀਗੀ? ਰੋਪੜ ਤੋਂ ਜੀ। ਰੋਪੜ ਤੋਂ? ਹਾਂ, ਰੋਪੜ ਦੇ ਵਿੱਚ ਚਮਕੌਰ ਸਾਹਿਬ ਵੀ ਆ ਜਾਂਦਾ ਸੀ ਜੀ ਅਤੇ ਉਤਲੇ ਪਿੰਡ ਜੇ ਇੱਥੋਂ ਤੁਸੀਂ ਰੋਪੜ ਨੂੰ ਜਾਓ ਅਤੇ ਕੁਰਾਲੀ ਨੂੰ ਛੱਡ ਕੇ ਅਗਲੇ ਪਿੰਡ ਜਿਹੜੇ ਨੇ ਉਹ ਸੜਕ ਦੇ ਦੋਨੋਂ ਪਾਸੇ ਵਾਲੇ ਉਹ ਵੀ ਆ ਜਾਂਦੇ ਸਨ। ਅਤੇ ਕਿੰਨੀ ਦੇਰ ਤੁਸੀਂ MLA ਜਿਹੜਾ ਪੰਜਾਬ ਅਸੈਂਬਲੀ ਦੇ ਵਿੱਚ ਰਹੇ? ਉਦੋਂ ਮੈਂ 5 ਵਾਰੀ ਰਿਹਾ। 5 ਵਾਰ ਰਹੇ ਅਤੇ ਰੋਪੜ ਤੋਂ ਹੀ ਰਹੇ 5 ਵਾਰ? ਨਹੀਂ, ਉਹਦੇ ਬਾਅਦ ਮੋਰਿੰਡਾ ਰਿਜ਼ਰਵ ਸੀਗਾ ਜੀ। ਮੋਰਿੰਡਾ ਵਿੱਚ ਜਿਹੜਾ ਏਰੀਆ ਉਹ ਇੱਥੇ ਨਵਾਂ ਗਰਾਊਂਡ ਤੱਕ ਆ ਜਾਂਦਾ ਸੀ ਅਤੇ ਇਹ ਇਹਨੂੰ ਫਿਰ 77 ਹੀ ਜਦੋਂ ਮੈਂ ਲੜਿਆ ਜੀ ਉਦੋਂ ਮੋਰਿੰਡੇ ਓਪਨ ਹੋ ਗਿਆ ਸੀ ਤਾਂ ਮੈਂ ਮੋਰਿੰਡਿਓਂ ਲੜਿਆ ਅਤੇ ਫਿਰ 3 ਵਾਰੀ ਜਾਂ 4 ਵਾਰੀ ਫਿਰ ਮੈਂ ਮੋਰਿੰਡਿਓਂ ਜਿੱਤਿਆ ਦੁਬਾਰਾ। ਅੱਛਾ। ਅਤੇ 4 ਵਾਰੀ ਇੱਥੋਂ ਜਿੱਤਿਆ, 1 ਵਾਰੀ ਉਸ ਸੀਟ ਤੋਂ। ਉਹ ਇਹ ਲੜਨੀ ਸੌਖੀ ਸੀ, ਚੰਡੀਗੜ੍ਹ ਤੋਂ ਬੰਦਾ ਲੜ ਸਕਦਾ ਸੀ। ਠੀਕ। ਅੱਛਾ, ਸਰਦਾਰ ਬਲਦੇਵ ਸਿੰਘ ਉਹਨਾਂ ਦਾ ਮਾਸਟਰ ਤਾਰਾ ਸਿੰਘ ਉਹਨਾਂ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਸੀ, ਐਂ ਕਹਿ ਲਈਏ ਵੀ ਸਿਆਸਤ ਦੇ ਕਰਕੇ ਸਿਆਸਤ। ਅਤੇ ਤੁਹਾਡਾ ਬਲਦੇਵ ਸਿੰਘ ਉਹਨਾਂ ਨਾਲ ਤੁਹਾਡਾ ਸਹਿਚਾਰ ਕਿੱਦਾਂ ਦਾ ਸੀ? ਭਾਵੇਂ ਤੁਹਾਡੇ ਤਾਇਆ ਜੀ ਸੀ ਪਰ ਬਹੁਤ ਪਿਆਰ ਕਰਦੇ ਸਨ। ਹਾਂ, ਬਹੁਤ ਪਿਆਰ ਕਰਦੇ ਸਨ। ਮੈਂ ਤਾਂ ਛੋਟਾ ਸੀ ਅਤੇ ਜਦੋਂ ਵੀ ਕਦੇ ਸ਼ਿਮਲੇ 6 ਮਹੀਨੇ 3-4 ਮਹੀਨੇ ਗਰਮੀਆਂ ਦੇ ਤਾਂ ਹੁੰਦੇ ਹੀ ਸਨ ਜੀ, ਉਦੋਂ ਵੀ ਉਹਨਾਂ ਦੇ ਬੜੀ ਨੇੜਤਾ ਸੀ। ਜਦੋਂ ਦਿੱਲੀ ਕਦੇ ਜਾਣਾ, ਜਾਂ ਮੈਂ ਤੁਹਾਨੂੰ ਦੱਸਿਆ ਕਿ ਓਪਰੇਸ਼ਨ ਜਦੋਂ ਲਾਹੌਰ ਹੋਇਆ ਤਾਂ ਉਹ ਉਹਨਾਂ ਨੂੰ ਸਰਕਾਰੀ ਮਕਾਨ ਸੀ ਉੱਥੇ ਹੀ। ਅੱਛਾ। ਉੱਥੇ ਹੀ ਮੈਂ ਰਿਹਾ ਉਹਨਾਂ ਦੇ ਕੋਲ। ਜਦੋਂ ਦਿੱਲੀ ਕਦੇ ਆਉਣਾ ਅਤੇ ਮੈਂ ਮੰਜਾ ਉਹਨਾਂ ਦੇ ਨਾਲ ਹੀ ਡਾਂਦਾ ਸੀ ਜੀ, ਮੇਰਾ ਉਹਨਾਂ ਦੇ ਨਾਲ ਹੀ ਹੁੰਦਾ ਸੀ ਮੰਜਾ ਅਤੇ ਉਹਨਾਂ ਦੇ ਨਾਲ ਹੀ ਜੇ ਕੋਈ ਮਿਲਣ ਆਉਣਾ ਹੋਰ ਆਉਣਾ ਮੈਂ ਨਾਲ ਹੀ ਬੈਠੇ ਹੋਣਾ, ਕਿਉਂਕਿ 3-4 ਦਿਨ ਵਾਸਤੇ ਉੱਥੇ ਜਾਈਦਾ ਸੀ ਅਤੇ ਉਹਨਾਂ ਨਾਲ ਹੀ ਗੱਲਬਾਤ ਹੀ ਹੁੰਦੀ। ਜਿਹੜਾ ਕੋਈ ਆ ਗਿਆ ਮੈਂ ਚੁੱਪ ਕਰਕੇ ਬੈਠਾ ਰਹਿੰਦਾ ਸੀ, ਸੁਣੀ ਜਾਂਦਾ ਸੀ। ਅੱਛਾ, ਬੜਾ ਵੱਡਾ ਇੱਕ ਫਿਗਰ ਹੈ ਸਰਦਾਰ ਬਲਦੇਵ ਸਿੰਘ, ਉਹ ਕਿਉਂਕਿ ਪਾਰਟੀਸ਼ਨ ਦੇ ਵੇਲੇ ਉਹ ਸੀਗੇ ਮਾਸਟਰ ਤਾਰਾ ਸਿੰਘ ਦੇ ਨਾਲ। ਤੁਸੀਂ ਉਸ ਸਮੇਂ, ਤੁਹਾਡੀ ਉਮਰ 7 ਸਾਲ ਸੀ, ਪਰ ਤੁਸੀਂ ਹੁਣ ਅੱਜ ਦੀ ਤਰੀਕ ਦੇ ਵਿੱਚ ਪਿਛਲੇ 70-75 ਸਾਲਾਂ ਦੇ ਵਿੱਚ ਅਨਾਲਿਸਿਸ ਜ਼ਰੂਰ ਕੀਤਾ ਹੋਣਾ ਸੰਤਾਲੀ ਦਾ, ਬੜੀ ਵਾਰ ਕੀਤਾ ਹੋਣਾ। ਤੁਹਾਡਾ ਨਾਨਕਾ ਪਰਿਵਾਰ ਉਧਰੋਂ ਸੀਗਾ, ਤਾਂ ਤੁਹਾਡਾ ਅਨਾਲਿਸਿਸ 47 ਨੂੰ ਲੈ ਕੇ ਜਾਂ ਇੱਕ ਤਸਵੀਰ ਜਿਹੜੀ ਬਣਦੀ ਹੈ 47 ਨੂੰ ਲੈ ਕੇ, ਉਹ ਕੀ ਹੈ ਵੀ ਕਿੱਥੇ ਕੁ ਜਿਹੜੀ ਸਿੱਖ ਲੀਡਰਸ਼ਿਪ ਨੇ ਉਹ ਖਤਾ ਖਾਧੀ ਹੈ? ਦੇਖੋ ਜੀ, ਗੱਲ ਇਹ ਹੈ ਕਿ ਸਿੱਖ ਲੀਡਰਸ਼ਿਪ ਨੂੰ ਕੋਈ ਚੋਇਸ ਨਹੀਂ ਸੀ ਅਸਲੀ ਦੇਖੋ, ਕਿਉਂਕਿ ਸਿੱਖ ਗਿਣਤੀ ਦੇ ਵਿੱਚ ਵੀ ਘੱਟ ਸੀਗੇ ਅਤੇ ਠਿੰਡੇ ਹੋਏ ਸੀਗੇ, ਕਿਤੇ ਇੱਕ ਕੰਸਨਟ੍ਰੇਸ਼ਨ ਸਿੱਖਾਂ ਦੀ ਹੈ ਨਹੀਂ ਸੀ ਅਤੇ ਇਹ ਐਵੇਂ ਇੱਕ ਸਾਡੇ ਦਿਮਾਗ 'ਚ ਫਤੂਰ ਸੀ ਕਿ ਸਾਨੂੰ ਜੀ ਆਪਣਾ ਰਾਜ ਚਾਹੀਦਾ।
ਫੈਕਟ ਇਹ ਹੈ ਕਿ ਆਜ਼ਾਦੀ ਦੇ ਬਾਅਦ ਜਿਹੜੇ ਰਾਜਿਆਂ ਨੇ ਜਿਹੜੇ ਆਪਣੇ ਆਪਣੇ ਇਲਾਕੇ ਦੇ ਸੁਪਰੀਮ ਸਨ ਉਹ ਅੰਗਰੇਜ਼ ਨਾਲ ਰਲ ਗਏ ਸਨ, ਉਹਨਾਂ ਨੂੰ ਅੰਗਰੇਜ਼ ਜਾਂਦਾ ਜਾਂਦਾ ਇਹ ਹੱਕ ਦੇ ਗਿਆ ਕਿ ਬਈ ਤੁਸੀਂ ਰਹਿਣਾ ਆਜ਼ਾਦ, ਤੁਹਾਡੀ ਮਰਜ਼ੀ, ਹਿੰਦੁਸਤਾਨ ਨਾਲ ਰਲਣਾ ਰਲ ਜਾਓ, ਪਾਕਿਸਤਾਨ ਨਾਲ ਰਲਣਾ ਤੁਸੀਂ ਰਲ ਜਾਓ। ਉਹ ਦੱਸ ਗਏ ਸਾਰੇ ਰਾਜਾਂ ਨੂੰ, ਖਾਲੀ ਆਪਣੇ ਪੰਜਾਬ ਦੇ ਨਹੀਂ, ਸਾਰੇ ਹਿੰਦੁਸਤਾਨ ਦੇ ਜੀ। ਅਤੇ ਉਸੇ ਦਾ ਇੱਕ ਹੈ ਨਾ ਕਿ ਹੈਦਰਾਬਾਦ ਵਾਲਾ ਨਖਰੇ ਕਰਨ ਲੱਗਿਆ ਅਤੇ ਅਸੀਂ ਫੌਜ ਭੇਜ ਕੇ ਹਿੰਦੁਸਤਾਨ ਵਾਲਿਆਂ ਨੇ ਉਹਨੂੰ ਕਬਜ਼ਾ ਕਰ ਲਿਆ ਜੀ। ਜੂਨਾਗੜ੍ਹ ਵੀ ਇਹੀ ਹੋਇਆ। ਔਰ ਇਹ ਜਿਹੜੀ ਤਸਵੀਰ ਹੈ ਮਹਾਰਾਜਾ ਕਸ਼ਮੀਰ ਦੀ ਜੀ, ਅਤੇ ਇਹ ਕਸ਼ਮੀਰ 47 ਵਿੱਚ ਹਿੰਦੁਸਤਾਨ ਦੇ ਵਿੱਚ ਨਹੀਂ ਆਇਆ, ਇਹ 48 'ਚ ਆਇਆ, 48 'ਚ। ਅਤੇ ਕਿਉਂਕਿ ਇਹਨਾਂ ਦੇ ਆਪਣਾ ਕਸ਼ਮੀਰ 'ਚ ਕੀ ਸੀ ਕਿ ਰਾਜਾ ਹਿੰਦੂ ਸੀ, ਮੈਜੋਰਿਟੀ ਮੁਸਲਮਾਨ ਸਨ ਜੀ। ਸੋ ਇਹਨਾਂ ਨੂੰ ਕੁਛ ਟਾਈਮ ਲੱਗਿਆ ਉਹ ਗੱਲ ਨੂੰ ਸਮਝਣ ਦੀ, ਕਿਉਂਕਿ ਹਮਲਾ ਹੋ ਗਿਆ, ਪਾਕਿਸਤਾਨ ਨੇ ਹਮਲਾ ਕਰ ਛੱਡਿਆ ਸੀ ਅਤੇ ਉਹ ਉੱਥੇ ਅਗੇਨ ਸਿੱਖ ਫੌਜਾਂ ਨੇ ਜਾ ਕੇ ਉਹ ਹਮਲਾ ਰੋਕਿਆ ਉਸ ਵੇਲੇ ਵੀ ਜੀ। ਪਟਿਆਲੇ ਦੇ ਵੱਲੋਂ ਜਿਹੜੀਆਂ ਫੌਜਾਂ ਸਨ ਉਹੀ ਗਈਆਂ ਸਨ। ਖੈਰ ਨਹੀਂ, ਇਹ ਬੜੀ ਮਿਸਕਨਸੈਪਸ਼ਨ ਹੈ ਲੋਕਾਂ ਨੂੰ ਕਿ ਸਿੱਖਾਂ ਨੂੰ ਰਾਜ ਦੇ ਰਹੇ ਸੀ ਅੰਗਰੇਜ਼, ਕਦੇ ਵੀ ਇਸ ਪਾਸੇ ਨਹੀਂ ਸੀ ਆਇਆ। ਉਹ ਜ਼ਮਾਨਾ ਡਿਕਟੇਟਰਸ਼ਿਪ ਦਾ, ਇੱਕ ਸਿੰਗਲ ਰੂਲਰ ਦਾ ਖਤਮ ਹੋ ਗਿਆ ਸੀ, ਉਹ ਜ਼ਮਾਨਾ ਡੈਮੋਕ੍ਰੇਸੀ ਦਾ ਆ ਗਿਆ ਸੀ, ਕਿਉਂਕਿ ਅਮੈਰੀਕਾ ਵਰਲਡ ਦਾ ਲੀਡਰ ਬਣ ਗਿਆ ਅੰਗਰੇਜ਼ ਨੂੰ ਹਟਾ ਕੇ, ਫਰੈਂਚ ਨੂੰ, ਫਰਾਂਸ ਨੂੰ ਔਰ ਅੰਗਰੇਜ਼ਾਂ ਨੂੰ ਹਟਾ ਕੇ ਉਹ ਬਣ ਗਏ। ਉਹ ਡੈਮੋਕ੍ਰੇਸੀ ਦੇ ਵਿੱਚ ਬਿਲੀਵ ਕਰਦੇ ਸੀ। ਡੈਮੋਕ੍ਰੈਟਿਕ ਮੂਵਮੈਂਟ ਸੈਕਿੰਡ ਵਰਲਡ ਵਾਰ ਦੇ ਬਾਅਦ ਜਿਹੜੇ ਵੀ ਸੀਗੀਆਂ, ਜਿਹੜੀਆਂ ਕਲੋਨੀ ਸੀਗੀਆਂ ਉਹ ਤਾਂ ਖਤਮ ਹੋ ਗਈਆਂ। ਉਹ ਜਿਹੜਾ ਦੌਰ ਸੀ ਕਲੋਨੀ ਬਣਾਉਣ ਦਾ, ਦੈਟ ਵਾਜ਼ ਫਿਨਿਸ਼ਡ। ਅਤੇ ਦੌਰ ਹੋ ਗਿਆ ਕਿ ਡੈਮੋਕ੍ਰੈਟਿਕ ਹੋਵੇ। ਸੋ ਜਿਹੜਾ ਵਰਲਡ ਲੀਡਰ ਨੇਸ਼ਨ ਸੀ ਉਹਦੀ ਜਿਹੜੀ ਸੋਚ ਸੀ ਡੈਮੋਕ੍ਰੇਸੀ ਦੀ, ਅੱਜ ਵੀ ਦੇਖੋ ਜਦੋਂ ਹੁਣ ਪ੍ਰੈਜ਼ੀਡੈਂਟ ਬਾਈਡਨ ਗੱਲ ਕਰਦਾ ਹੈ, 4 ਵਾਰੀ ਡੈਮੋਕ੍ਰੇਸੀ ਦੀ ਗੱਲ ਕਰਦਾ ਹੈ। ਤੋ ਇਸ ਲਈ ਸਾਰਾ ਵਰਲਡ ਆਰਡਰ ਹੀ ਚੇਂਜ ਹੋ ਗਿਆ ਸੀਗਾ ਸੈਕਿੰਡ ਵਰਲਡ ਵਾਰ ਦੇ ਬਾਅਦ। ਉਹ ਜਿਹੜਾ ਵਰਲਡ ਆਰਡਰ ਚੇਂਜ ਹੋ ਰਿਹਾ ਸੀਗਾ, ਜਿਹੜਾ ਰਾਜਸੀ ਨਿਜ਼ਾਮ ਤੋਂ ਡੈਮੋਕ੍ਰੇਸੀ ਦਾ ਨਿਜ਼ਾਮ ਆ ਰਿਹਾ ਸੀਗਾ, ਉਸਨੂੰ ਸਿੱਖ ਲੀਡਰਸ਼ਿਪ ਕਿੰਨਾ ਕੁ ਸਮਝਦੀ ਸੀ ਜਾਂ ਕਿੰਨੀ ਕੁ ਉਹਦੇ 'ਚ ਪੱਕੀ ਰਹੀ? ਕੌਣ? ਸਿੱਖ ਲੀਡਰਸ਼ਿਪ। ਸਿੱਖ ਲੀਡਰਸ਼ਿਪ ਸਮਝ ਸਕੀ ਉਸ ਨਿਜ਼ਾਮ ਨੂੰ? ਸਿੱਖ ਲੀਡਰਸ਼ਿਪ ਦੇ ਸਾਹਮਣੇ ਇਹ ਸੀ ਕਿ ਸਾਡੇ ਸਿੱਖਾਂ ਨੂੰ ਅਸੀਂ ਬਚਾਈਏ ਕਿਵੇਂ। ਇਸ ਲਈ ਜਿਹੜੀ ਅਕਾਲੀ ਦਲ ਦੀ ਜਿਹੜੀ ਸੀਗੀ ਪਾਰਟੀ ਪੰਜਾਬ ਦੇ ਵਿੱਚ ਲੈਜਿਸਲੇਚਰ ਦੇ ਵਿੱਚ, ਉਹਨਾਂ ਨੇ ਰੈਜ਼ੋਲੂਸ਼ਨ ਕੀਤੀ ਸੀ। ਇਨਫੈਕਟ ਗਵਰਨਮੈਂਟ ਨੇ ਰੈਜ਼ੋਲੂਸ਼ਨ ਕੀਤੀ ਸੀ, ਕਿਉਂਕਿ ਉਦੋਂ ਖਿਜ਼ਰ ਰਿਆਤ ਖਾਨ ਬਣ ਗਏ ਸਨ ਪ੍ਰੀਮੀਅਰ ਜੀ, ਔਰ ਉਹਨਾਂ ਨੇ ਇਹ ਰੈਜ਼ੋਲੂਸ਼ਨ ਕੀਤਾ ਸੀ ਕਿ ਅਸੀਂ ਡਿਵੀਜ਼ਨ ਨਹੀਂ ਚਾਹੁੰਦੇ। ਜਿਹੜਾ ਪੰਜਾਬ ਦਾ ਪ੍ਰੀਮੀਅਰ ਸੀ ਉਹਦੀ ਪਾਰਟੀ ਮੈਜੋਰਿਟੀ ਉਹਨਾਂ ਨੇ ਲੈ ਕੇ ਸਣੇ ਅਕਾਲੀਆਂ ਦੇ, ਇਹ ਕਿ ਅਸੀਂ ਡਿਵੀਜ਼ਨ ਨਹੀਂ ਚਾਹੀਦੀ। ਔਰ ਉਹ ਖਿਜ਼ਰ ਰਿਆਤ ਖਾਨ ਇੰਨਾ ਪੱਕਾ ਰਿਹਾ, ਉਹ ਆਪ ਲੱਖਾਂ ਏਕੜ ਦਾ ਮਾਲਕ ਸੀ ਪਾਕਿਸਤਾਨ ਦੇ, ਬਹੁਤ ਅਮੀਰ ਆਦਮੀ ਸੀ ਉਹ ਜੀ। ਉਹ ਪਾਕਿਸਤਾਨ ਨੂੰ ਛੱਡ ਕੇ ਚਲੇ ਗਿਆ, ਉਹਨੇ ਉਹਦੀ ਮੌਤ ਜਾ ਕੇ ਅਮਰੀਕਾ ਹੁੰਦੀ ਹੈ, ਸਭ ਪਿੱਛੇ ਛੱਡ ਗਿਆ। ਉਹ ਇੰਨਾ ਉਹ ਇਹ ਸੋਚ ਵਿੱਚ ਸੀ ਕਿ ਹਿੰਦੁਸਤਾਨ ਦੀ ਡਿਵੀਜ਼ਨ ਨਹੀਂ ਹੋਣੀ ਚਾਹੀਦੀ। ਅਸੀਂ ਵੀ ਅਕਾਲੀ ਜਿਹੜੇ ਸੀ ਅਸੀਂ ਵੀ ਉਸੇ ਸੋਚਦੇ ਸੀ, ਕਿਉਂਕਿ ਅਸੀਂ ਡਿਵਾਈਡਿਡ ਸੀ ਔਰ ਅਸੀਂ ਬਹੁਤ ਸਪਰੈਡ ਆਊਟ ਸੀ। ਸਾਡੇ 'ਤੇ ਸਾਰਾ ਕੁਹਾੜਾ ਪਾਰਟੀਸ਼ਨ ਦਾ ਤਾਂ ਸਾਡੇ 'ਤੇ ਪਿਆ, ਸਿੱਖਾਂ 'ਤੇ। ਹਾਂ, ਹੁਣ ਸਰਦਾਰ ਸੰਪੂਰਨ, ਲੋਕ ਕਹਿੰਦੇ ਜੀ ਸਰਦਾਰ ਸੰਪੂਰਨ ਸਿੰਘ ਮੇਰੇ ਨਾਨਾ ਜੀ,
ਤਾਂ ਸਾਰਾ ਕੁਛ ਹੀ ਰਹਿ ਗਿਆ, ਪਰਿਵਾਰ ਵੀ ਮਾਰੇ ਗਏ ਕਈ ਬੰਦੇ ਉਹਨਾਂ ਦੇ, ਜ਼ਮੀਨ ਜਾਇਦਾਦ ਜੋ ਬੈਂਕ ਸੀਗੇ, ਬੈਂਕਾਂ 'ਚ ਜੋ ਚਾਰ ਪੈਸੇ ਸਨ ਉਹਨਾਂ ਨੂੰ, ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਘੋੜਿਆਂ ਦਾ ਬੜਾ ਸ਼ੌਕ ਸੀ, ਰੇਸ ਹੋਰਸਿਸ ਰੱਖਦੇ ਸੀਗੇ, ਉਹ ਘੋੜੇ ਵੀ ਮਾਰ ਛੱਡੇ, ਲੋਕ ਲੈ ਗਏ ਚੱਕ ਕੇ ਉੱਥੋਂ, ਖਬਰ ਨਹੀਂ ਟਾਂਗਿਆਂ 'ਤੇ ਲਾਇਆ ਕੀ ਕੀਤਾ। ਸੋ ਯਾਨੀ ਅਸੀਂ ਅਸੀਂ ਕੋਈ ਕੋਈ ਗੇਨ ਨਹੀਂ ਕੀਤਾ, ਅਸੀਂ ਤਾਂ ਇਹ ਕੋਸ਼ਿਸ਼ ਇਹ ਸੀ ਕਿ ਅਸੀਂ ਕਿਵੇਂ ਨਾ ਕਿਵੇਂ ਬਚੀਏ। ਇਨਫੈਕਟ ਦੇਖੋ, ਦਰਅਸਲ ਫੈਕਟ ਇਹ ਹੈ ਕਿ ਅੰਗਰੇਜ਼ ਜਿਹੜੀ ਬਾਰਡਰ ਹੈ ਉਹਨੂੰ ਬਿਆਸ ਦੇ ਕੋਲ ਲਿਆ ਕੇ ਖੜਾ ਕਰਦਾ ਸੀ ਜੀ, ਗੁੜਗਾਉਂ ਦਾ ਵੀ ਜ਼ਿਕਰ ਆਉਂਦਾ, ਇਹ ਪੁਰਾਣਾ ਉਹਨਾਂ ਦੇ ਦਿਮਾਗ ਵਿੱਚ ਪਈ ਹੋਈ ਹੈ ਪਾਕਿਸਤਾਨੀਆਂ ਦੇ ਵੀ ਅੱਜ ਤੱਕ। ਇਸ ਕਰਕੇ ਜਦੋਂ ਪਿਛਲੀ ਲੜਾਈ ਹੋਈ ਹੈ 65 ਦੀ, ਉਦੋਂ ਵੀ ਉਹਨਾਂ ਦਾ ਟੀਚਾ ਇਹ ਸੀ, ਔਰ ਸਾਡੇ ਜਿਹੜੇ ਉਦੋਂ ਮੌਕੇ ਦਾ ਜਿਹੜਾ ਚੀਫ ਸੀ ਫੌਜ ਦਾ, ਉਹਨੇ ਜਨਰਲ ਹਰਬਖਸ਼ ਨੂੰ ਹੁਕਮ ਦਿੱਤਾ ਸੀ ਕਿ ਤੂੰ ਵਿਦਡਰਾਅ ਕਰ ਜਾ ਇੱਥੇ ਤੱਕ, ਬਿਲਕੁਲ। ਇਹ ਤਾਂ ਜਨਰਲ ਹਰਬਖਸ਼ ਨੇ ਬਹਾਦਰੀ ਕੀਤੀ, ਕਹਿੰਦਾ ਮੈਂ ਨਹੀਂ ਵਿਦਡਰਾਅ ਕਰਦਾ। ਉਹਦੇ ਮਗਰੋਂ ਬੜੇ ਟੱਪੇ ਹਾਈ ਕਮਾਂਡ ਵਾਲੇ ਕਿ ਜੀ ਇਹਨੂੰ ਸਸਪੈਂਡ ਕਰੋ, ਇਹਦੇ 'ਤੇ ਐਕਸ਼ਨ ਲਓ, ਪਰ ਕਿਵੇਂ ਲੈਂਦੇ, ਕਿਉਂਕਿ ਉਹ ਬਚਾ ਗਿਆ ਮੁਲਕ ਨੂੰ। ਸਾਡੇ ਤਾਂ ਜਿਹੜੇ ਗੁਰਦੁਆਰੇ ਗਏ ਸਨ ਪਾਕਿਸਤਾਨ ਵਿੱਚ, ਉਹ ਤਾਂ ਗਏ, ਲੇਕਿਨ ਹਰਿਮੰਦਰ ਸਾਹਿਬ ਵੀ ਜਾਂਦਾ, ਜਿੰਨੇ ਵੀ ਉਹਦੇ ਗੁਰਦੁਆਰੇ ਨੇ ਬਿਆਸ ਤੱਕ, ਉਹ ਸਾਰੇ ਚਲੇ ਜਾਣੇ ਸਨ। ਅਤੇ ਸਾਡਾ ਜਿਹੜਾ ਗੜ੍ਹ ਹੈ ਮਾਝਾ ਅਤੇ ਗੁਰਦਾਸਪੁਰ, ਉਹ ਤਾਂ ਫਿਰ ਸਾਡੇ ਹੱਥ ਨਹੀਂ ਸੀ ਆਉਣਾ। ਤੁਸੀਂ ਸਾਹਿਤ ਨਾਲ ਬਹੁਤ ਵਾਹ ਵਾਸਤਾ ਰੱਖਦੇ ਹੋ, ਅਤੇ ਜਿੰਨਾ ਸਾਹਿਬ ਜਿਹੜੀ ਆਪਸ਼ਨ ਦਿੰਦੇ ਸੀਗੇ ਕਿ ਤੁਸੀਂ ਸਾਡੇ ਨਾਲ ਆ ਜਾਓ, ਉਹ ਤਾਂ ਆਪਸ਼ਨ ਹੀ ਨਹੀਂ ਸੀ ਜੀ। ਜਿਹੜੇ ਬੰਦਿਆਂ ਦੇ ਨਾਲ ਸਾਡਾ ਇਤਿਹਾਸ, ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬ ਦੇ ਸ਼ਾਹਬਜ਼ਾਦਿਆਂ ਨੂੰ ਕਤਲ ਕੀਤਾ ਹੋਵੇ, ਜਿਨ੍ਹਾਂ ਨੇ ਇੰਨੀ ਵੱਡੀ ਯਾਨੀ ਇੰਨਾ ਵੱਡਾ ਗੁਨਾਹ ਕੀਤਾ ਹੋਵੇ, ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚਿਆਂ ਦੇ ਨਾਲ ਕੀਤਾ, ਉਹਨਾਂ ਦੇ ਸਾਥੀਆਂ ਨਾਲ ਕੀਤਾ, ਫੈਕਟਰ ਕੰਮ ਕਰ ਰਿਹਾ ਸੀ, ਉਹ ਚੀਜ਼ਾਂ ਅਸੀਂ ਭੁੱਲ ਸਕਦੇ ਸਾਂ? ਇੰਡੀਵਿਜੁਅਲੀ ਜਿਹੜਾ ਪੰਜਾਬੀ ਮੁਸਲਮਾਨ ਹੈ ਉਹ ਤੁਹਾਡਾ ਦੋਸਤ ਹੋ ਸਕਦਾ। ਅੱਜ ਤੁਸੀਂ ਆਏ ਹੋ ਅਤੇ ਹੁਣੇ ਇੱਕ ਉਹ ਮੁੰਡਾ ਉਹ ਮੇਰੇ ਦੋਤੀ ਦੇ ਬੱਚੇ ਦੇ ਨਾਲ ਉਹ ਕਿਤੇ ਅਮਰੀਕਾ 'ਚ ਪੜ੍ਹਿਆ ਜੀ, ਉਹ ਆਇਆ ਸੀ, ਬੜੇ ਪਿਆਰ ਨਾਲ ਮਿਲਦੇ ਆ, ਰਹਿੰਦੇ ਆ ਸਾਡੇ ਨਾਲ। ਲੇਕਿਨ ਜਿਹੜੀ ਸਰਕਾਰ ਹੈ, ਸਰਕਾਰ ਹੋਰ ਨਜ਼ਰੀਏ ਨਾਲ ਸੋਚਦੀ ਹੈ। ਉਹ ਜਿਹੜੇ ਕੱਟੜ ਪੁਰਾਣੇ ਮੁਸਲਮਾਨ ਦੇ ਰਾਜ ਸੀ, ਮੁਗਲਈ ਰਾਜ ਸਨ, ਉਹ ਤਰੀਕੇ ਨਾਲ ਸੋਚਦੀ ਹੈ ਜੀ। ਨਹੀਂ, ਅੱਜ ਦੇਖੋ ਹਿੰਦੁਸਤਾਨ ਨੂੰ ਆਜ਼ਾਦ ਹੋਏ ਨੇ ਇੰਨੇ ਸਾਲ ਹੋਏ, ਕੀ ਰੌਲਾ ਹੈ ਕਸ਼ਮੀਰ ਦਾ? ਹਿੰਦੁਸਤਾਨ ਵੱਲੋਂ ਵੀ ਔਰ ਪਾਕਿਸਤਾਨ ਵੱਲੋਂ, ਕਿਉਂ ਅਸੀਂ ਬੰਦੇ ਮਰਵਾ ਰਹੇ ਹਾਂ ਦੋਨੋਂ ਪਾਸਿਓਂ? ਸਾਨੂੰ ਉਹਦੀ ਸਲਿਊਸ਼ਨ ਕਰ ਦੇਣੀ ਚਾਹੀਦੀ ਸੀ। ਸਾਡੇ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਨਾਲੋਂ ਮੁਸਲਮਾਨ ਵੱਧ ਨੇ, ਉਹ ਸਾਡੇ ਨਾਲ ਪਾਪੂਲੇਸ਼ਨ ਵਿੱਚ ਮੁਸਲਮਾਨੀ ਦੇ ਵਿੱਚ ਉਹਨਾਂ ਕੋਲ ਮੈਜੋਰਟੀ ਨਹੀਂ ਹੈ ਜੀ। ਲੇਕਿਨ ਉਹਦਾ ਜੇ ਕਸ਼ਮੀਰ ਵਾਲੇ ਵੀ ਰਹਿ ਜਾਣ ਸਾਡੇ ਨਾਲ ਤਾਂ ਕਿਹੜਾ ਲੋੜਾ ਆਉਣ ਲੱਗਿਆ? ਵਿੱਚ ਤਾਂ ਸਰਕਾਰ ਮਸਾਂ ਬਣੀ ਹੈ। ਜੋ ਉਹਨਾਂ ਉਹ ਲੀਡਰਾਂ ਦੀ ਪਹਿਲੇ ਸੋਚ ਸੀ ਉਹੀ ਮਗਰੋਂ ਰਹਿਣੀ ਸੀ, ਕੋਈ ਇੰਨੇ ਰਾਤੋ ਰਾਤ ਤਾਂ ਕੋਈ ਉਹਦਾ ਫਰਕ ਨਹੀਂ ਸੀ ਪੈਣ ਲੱਗਿਆ ਉਹਨਾਂ ਦੀ ਸੋਚ 'ਚ ਜੀ। ਤੁਸੀਂ ਹੈਰਾਨ ਹੋਵੋਗੇ, ਜਦੋਂ ਰਿਫਿਊਜੀ ਆਏ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਿੱਖ ਰਿਫਿਊਜੀਆਂ ਨੂੰ ਦੇ ਉੱਤੇ ਬੰਦ ਲਾ ਤਾ ਕਿ ਇਹਨਾਂ ਨੂੰ ਜੀ ਕਰਨਾਲ ਤੋਂ ਗਾਹਾਂ ਨਾ ਭੇਜੋ। ਅੱਛਾ। ਬਹੁਤੇ ਬੰਦਿਆਂ ਨੂੰ ਤਾਂ ਅੰਬਾਲੇ ਹੀ ਰੋਕ ਲਿਆ ਕਿ ਵੀ ਗਾਹਾਂ ਨਾ ਜਾਣ ਦਿਓ ਇਹਨਾਂ ਨੂੰ, ਇਹ ਨਹੀਂ ਤਾਂ ਸਾਡੇ ਇਹਨਾਂ ਨੇ ਜਾ ਕੇ ਲੋਕਾਂ ਨੂੰ ਮਾਰਨ ਲੱਗ ਜਾਣਾ। ਹੁਣ ਫੈਕਟ ਇਹ ਆ ਕਿ ਮਾਰਾ ਮਰਾਈ ਅਸੀਂ ਨਹੀਂ ਸ਼ੁਰੂ ਕੀਤੀ ਸੀ, ਇਹ ਤਾਂ
ਪਾਕਿਸਤਾਨ ਦੇ ਵਿੱਚੋਂ ਜਿੱਥੇ ਬਹੁਤੇ ਹਿੰਦੂ ਵੱਸਦੇ ਸਨ ਜੀ, ਉੱਥੋਂ ਟ੍ਰੇਨਾਂ ਆਈਆਂ ਦੋ, ਅਤੇ ਉਹ ਦੋਨੋਂ ਵਿੱਚ ਇੱਕ ਵੀ ਬੰਦਾ ਜਿਉਂਦਾ ਨਹੀਂ ਸੀ। ਉਹ ਜਦੋਂ ਦੇਖਿਆ ਮਾਸਟਰ ਜੀ ਨੇ, ਤਾਂ ਮਾਸਟਰ ਜੀ ਨੇ ਫਿਰ ਤਲਵਾਰ ਕੱਢੀ। ਉਸ ਤੋਂ ਪਹਿਲਾਂ ਅਸੀਂ ਸਾਡੇ ਨਾਲ ਰਹਿੰਦੇ ਸੀ, ਸਾਡੇ ਪਿੰਡਾਂ ਦੇ ਨਾਲ ਮੁਸਲਮਾਨਾਂ ਦੇ ਬੜੇ ਪਿੰਡ ਹੈ ਜੀ, ਕਿਸ ਭਾਈਚਾਰਾ ਸੀ ਚੰਗਾ, ਕਿਸੇ ਨੂੰ ਕੋਈ ਮਾੜਾ ਨਹੀਂ ਸੀ ਕਹਿੰਦਾ। ਪਰ ਉਹ ਜਦੋਂ ਬਹਾਵਲਪੁਰ ਤੋਂ ਆਈਆਂ ਉਹ ਟ੍ਰੇਨਾਂ ਦਾ ਕਤਲੇਆਮ ਦੇਖ ਕੇ, ਫਿਰ ਸਮਝ ਆਈ ਕਿ ਬਈ ਇਹਨਾਂ ਨੇ ਸਾਡੇ ਬੰਦੇ ਨਹੀਂ ਛੱਡਣੇ ਉੱਥੇ, ਜਿੰਨੇ ਚਿਰ ਅਸੀਂ ਨਾ ਕੋਈ ਇਹਦਾ ਜਵਾਬ ਦਈਏ ਸਾਡੇ ਸਾਰੇ ਮਾਰ ਛੱਡਣਗੇ। ਹੋਈ ਫਿਰ ਕਤਲੇਆਮ ਦੋਨੋਂ ਪਾਸੇ ਹੋਈ, ਅਤੇ ਇਹ ਤੁਹਾਡੇ ਆਰਮੀ ਦੇ ਭੇਜਣ ਦੇ ਬਾਵਜੂਦ ਹੋਈ। ਇਹ ਮਿਸਮੈਨੇਜ ਹੋਇਆ ਸਾਰਾ, ਬਹੁਤ ਬਹੁਤ ਬੁਰੀ ਤਰ੍ਹਾਂ ਮਿਸਮੈਨੇਜ ਹੋਇਆ। ਦੇਖੋ ਇੱਕ ਅੰਗਰੇਜ਼ੀ ਦੇ ਵਿੱਚ ਉਹ ਆਮ ਕਹਾਵਤ ਹੈ ਮੈਨੇਜਮੈਂਟ ਦੇ ਵਿੱਚ ਕਿ ਡਿਸੀਜਨ ਮੇਕਿੰਗ ਇਨ ਹਾਈਂਡਸਾਈਟ ਇਜ਼ ਈਜ਼ੀ। ਸੋ ਜਿਹੜਾ ਤੁਸੀਂ ਪਿੱਛਾ ਤੁਹਾਡਾ ਬੀਤ ਗਿਆ ਹੁੰਦਾ ਹੈ ਉਹਨੂੰ ਉਹਦੇ ਵਿੱਚ ਤੁਸੀਂ ਕਹੋ ਨਹੀਂ ਐਂ ਨਾ ਹੁੰਦਾ ਐਂ ਹੁੰਦਾ, ਇਹ ਬੜਾ ਸੌਖਾ ਹੈ। ਉਸ ਮੌਕੇ ਦੇ ਉੱਤੇ ਫੈਸਲਾ ਕਰਨਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਵਟ ਆਰ ਦੀ ਅਨਨੋਨਸ, ਉਦੋਂ ਫੈਸਲਾ ਕਰਨਾ ਮੁਸ਼ਕਿਲ ਹੁੰਦਾ ਹੈ। ਪਰ ਮੌਕਾ ਜਿਹੜਾ ਆਉਂਦਾ, ਤੁਸੀਂ ਸਿਆਸਤ ਨਾਲ ਵਾਹ ਵਾਸਤਾ ਹੈਗੇ ਹੋ ਕਿ ਜਿਹੜਾ ਮੌਕਾ ਬਣਦਾ ਉਹ ਵੀ ਸਾਡੀ ਪਿਛਲੀਆਂ ਜਿਹੜੀਆਂ ਫੈਸਲੇ ਨੇ ਉਹਨਾਂ ਨਾਲ ਹੀ ਬਣ ਰਿਹਾ ਹੁੰਦਾ ਹੈਗਾ, ਤਾਂ ਇਹ ਕੀ ਲੋੜ ਪਈ ਸਿੱਖ ਲੀਡਰਸ਼ਿਪ ਨੂੰ ਕਹਿਣ ਦੀ ਕਿ ਸਾਡੇ ਨਾਲ ਖਤਾ ਹੋਈ ਹੈ, ਅਸੀਂ ਭਾਰਤ ਦੀਆਂ ਲੀਡਰਾਂ ਨੇ ਕਾਂਗਰਸ ਦੇ ਲੀਡਰਾਂ ਨੇ ਸਾਡੇ ਨਾਲ ਖਤਾ ਕੀਤੀ ਹੈ? ਦੇਖੋ ਉਦੋਂ ਜੇ ਪਹਿਲੀ ਗੱਲ ਤਾਂ ਸਮਝੋ ਕਿ ਸਿੱਖ ਲੀਡਰਸ਼ਿਪ ਕੋਲ ਚਾਰਾ ਨਹੀਂ ਰਿਹਾ ਜਦੋਂ ਕਿ ਉਹਨਾਂ ਦੀ ਅਸੈਂਬਲੀ ਦੇ ਵਿੱਚ ਵੀ ਪਾਸ ਕਰਤਾ ਕਿ ਡਿਵੀਜ਼ਨ ਨਹੀਂ ਹੋਣੀ ਚਾਹੀਦੀ, ਟ੍ਰਾਈਪਾਰਟਾਈਟ ਮੀਟਿੰਗਾਂ 'ਚ ਵੀ ਕਹਿਤਾ ਕਿ ਡਿਵੀਜ਼ਨ ਨਹੀਂ ਹੋਣੀ ਚਾਹੀਦੀ, ਤਿੰਨ ਹੋਈਆਂ ਨੇ, ਤਿੰਨਾਂ ਵਿੱਚ ਇਹੀ ਸਟੈਂਡ ਰਿਹਾ ਕਿ ਨਹੀਂ ਅਸੀਂ ਵੀ ਡੋਂਟ ਐਕਸੈਪਟ ਡਿਵੀਜ਼ਨ ਜੀ। ਲੇਕਿਨ ਮਹਾਤਮਾ ਗਾਂਧੀ ਅਤੇ ਨਹਿਰੂ ਨੂੰ ਕਾਹਲੀ ਪੈ ਗਈ, ਜਿਹੜੀ ਡਿਵੀਜ਼ਨ ਹੋਈ ਹੈ ਇਹਦੇ 'ਚ ਮਹਾਤਮਾ ਗਾਂਧੀ ਵੀ ਉਨਾ ਹੀ ਕਸੂਰਵਾਰ ਹੈ ਜਿੰਨਾ ਨਹਿਰੂ ਹੈ। ਨਹਿਰੂ ਨੂੰ ਕਾਹਲੀ ਸੀ ਕਿ ਮੈਂ ਬੁੜਾ ਹੋ ਰਿਹਾ, ਮੇਰੀ ਪ੍ਰਾਈਮ ਮਿਨਿਸਟਰੀ ਜਾਂਦੀ ਹੈ, ਅਸਲੀ ਤਾਂ ਗੱਲ ਆ ਹੈ, ਨਹੀਂ ਤਾਂ ਜੇ 10 ਸਾਲ ਰਹਿ ਵੀ ਜਾਂਦੇ ਤਾਂ ਕਿਹੜਾ ਲੋੜਾ ਆ ਜਾਣਾ ਸੀ। ਇਨਫੈਕਟ ਜੇ ਹਿੰਦੁਸਤਾਨ ਇਕੱਠਾ ਰਹਿੰਦਾ ਅਤੇ ਜਿਹੜੀ ਅੱਜ ਜਨਸੰਘ ਦੀ ਜਿਹੜੀ ਇੰਨੀ ਚੜ੍ਹਤ ਤੁਸੀਂ ਵੇਖ ਰਹੇ ਹੋ, ਕਦੇ ਨਹੀਂ ਸੀ ਆਉਣੀ, ਕਿਉਂਕਿ ਮਨਾਰਟੀਜ਼ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਸੀਗੀਆਂ ਉਦੋਂ ਇਕੱਠੀਆਂ, ਉਹ ਜ਼ਿਆਦਾ ਸਨ ਜਨਸੰਘ ਦੇ ਵੋਟਰਾਂ ਨਾਲੋਂ। ਉਹ ਨਹੀਂ ਸਮਝ ਆਈ ਲੋਕਾਂ ਨੂੰ, ਸਾਡਾ ਮਲਕ ਖਿਜ਼ਰ ਰਿਆਤ ਖਾਨ ਦਾ ਆਹੀ ਸੋਚ ਸੀ ਕਿ ਆਪਾਂ ਮਨਾਰਟੀਜ਼ ਆਫ ਇੰਡੀਆ ਯੂਨਾਈਟ, ਮਨਾਰਟੀਜ਼ ਅਸੀਂ ਆਊਟ ਨੰਬਰ ਕਰਦੇ ਹਾਂ ਜਨਸੰਘ ਦੇ ਸੋਚ ਵਾਲਿਆਂ ਨੂੰ, ਬਟ ਦੇ ਜਿਹੜੇ ਉਹ ਦੇਖੋ ਉਦੋਂ ਵੀ ਕਾਂਗਰਸ ਦੇ ਵਿੱਚ ਬੰਦੇ ਲੁਕੇ ਹੋਏ ਸਨ ਜਿਹੜੇ ਕਿ ਬੜੇ ਡੀਪ ਰੂਟਿਡ ਜਨਸੰਘੀ ਥੌਟ 'ਤੇ ਸਨ ਜੀ। ਗੁਲਜ਼ਾਰੀ ਲਾਲ ਨੰਦਾ ਇੱਕ ਹੈ ਉਹਨਾਂ ਵਿੱਚ, ਕਈ ਸਨ, ਕਈਆਂ ਦੇ ਨਾਂ ਲੈ ਸਕਦਾ ਮੈਂ, ਅਤੇ ਉਹ ਜਿਹੜੇ ਤੰਗ ਦਿਲ ਬੰਦੇ ਸਨ ਉਹਨਾਂ ਦੀ ਪੋਲੀਟਿਕਸ ਚਲੀ ਗਿਆ। ਕਿਉਂਕਿ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਫਿਰ ਜਿਹੜੀ ਮੈਜੋਰਿਟੀ ਸੀ ਮੈਜੋਰਿਟੀ ਦਾ ਰਾਜ ਹੋ ਗਿਆ, ਹੁਣ ਘੱਟੋ ਘੱਟ ਯੂਨਾਈਟਿਡ ਪੰਜਾਬ ਉਦੋਂ ਪ੍ਰੀ ਇੰਡੀਪੈਂਡੈਂਸ ਮੁਸਲਮਾਨਾਂ ਦਾ ਰਲ ਕੇ ਸਾਡਾ ਰਾਜ ਬਣਦਾ ਸੀ, ਬਣਿਆ, ਉਹ ਵੀ ਨਹੀਂ ਦੇਖ ਸਕੇ। ਬੜਾ ਵੱਡਾ ਰਾਜ ਸੀ, ਦਿੱਲੀ ਦੇ ਬਾਰਡਰ ਤੋਂ ਲੈ ਕੇ ਬਿਲਕੁਲ ਦਿੱਲੀ ਕਿਉਂ ਜਮੁਨਾ ਤੋਂ ਲੈ ਕੇ ਜੀ ਯਾਨੀ ਅਫਗਾਨਿਸਤਾਨ ਦੇ ਹੱਦ ਤੱਕ, ਅਤੇ ਉਹ ਉਹਨਾਂ ਨੂੰ ਚੰਗਾ ਨਹੀਂ ਲੱਗਿਆ, ਉਹਨਾਂ ਦੇ ਢਿੱਡ ਪੀੜ ਹੋਈ ਉਹਨਾਂ ਦੇ। ਜਦੋਂ ਪਾਰਟੀਸ਼ਨ ਹੋ ਰਹੀ ਸੀਗੀ ਤਾਂ ਉਸ ਵੇਲੇ ਇੱਕ ਗੱਲ ਇਹ ਵੀ ਆਉਂਦੀ ਹੈਗੀ ਹੈ ਕਿ
ਤੁਹਾਡੀ ਆਪਾਂ ਗੱਲ ਕਰ ਲਈਏ ਬਾਬਾ ਜੀ ਦੀ, ਬਲਦੇਵ ਸਿੰਘ ਉਹਨਾਂ ਦੀ ਰਿਟਰਨ ਵੀ ਹੈਗਾ, ਤੁਸੀਂ ਉਹਦਾ ਕਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਵੀ ਉਹ ਜਿਹੜੀ ਜਮਸ਼ੇਦਪੁਰ ਕੰਪਨੀਆਂ ਸੀ ਜਾਂ ਹੋਰ ਸਾਰਾ ਕੁਛ ਸੀਗਾ ਜਿੰਨਾ ਕੁ ਵੀ ਕਾਰੋਬਾਰ ਫੈਲਿਆ ਹੋਇਆ ਸੀਗਾ ਭਾਰਤ ਦੇ ਵਿੱਚ, ਇਸ ਕਰਕੇ ਵੀ ਉਹ ਭਾਰਤ ਨੂੰ ਛੱਡਣ ਦੇ ਵਿੱਚ ਹੱਕ 'ਚ ਨਹੀਂ ਸੀਗੇ? ਕਿੰਨੀ ਵਾਹੀਆਤ ਗੱਲ ਹੈ, ਤੁਹਾਨੂੰ ਪਤਾ ਵੀ ਕਿੰਨੀ ਵਾਹੀਆਤ ਗੱਲ ਹੈ। ਤੁਸੀਂ ਉਹ ਮੈਂ ਤੁਹਾਨੂੰ ਦੱਸ ਕੇ ਹਟਿਆ ਸੀ ਕਿ ਉਸ ਮੌਕੇ 'ਤੇ ਮਾਸਟਰ ਤਾਰਾ ਸਿੰਘ ਸੀਗੇ ਪ੍ਰਧਾਨ ਅਕਾਲੀ ਦਲ ਦੇ, ਅਤੇ ਜਦੋਂ ਵੀ ਕੋਈ ਪੋਲੀਟੀਕਲ ਐਡਮਿਨਿਸਟ੍ਰੇਟਿਵ ਬਲਾਕ ਦਾ ਮੁਖੀ ਬਣਾਉਣਾ ਹੁੰਦਾ ਤਾਂ ਸਰਦਾਰ ਬਲਦੇਵ ਸਿੰਘ ਨੂੰ ਬਣਾਉਂਦੇ ਸਨ ਜੀ, ਭਾਵੇਂ ਉਹ ਲੈਜਿਸਲੇਚਰ ਦਾ, ਪੰਜਾਬ ਲੈਜਿਸਲੇਚਰ ਦਾ ਹੈੱਡ ਸੀ, ਅਤੇ ਭਾਵੇਂ ਹਿੰਦੁਸਤਾਨ ਦੇ ਵਿੱਚ ਇੱਕ ਡਿਫੈਂਸ ਮਿਨਿਸਟਰੀ ਦੀ ਪੋਸਟ ਮਿਲੀ ਸੀ, ਉਹ ਸਰਦਾਰ ਬਲਦੇਵ ਸਿੰਘ ਨੂੰ ਨਹੀਂ ਸੀ ਮਿਲੀ, ਅਕਾਲੀ ਦਲ ਨੂੰ ਮਿਲੀ ਸੀ, ਅਕਾਲੀ ਦਲ ਨੇ ਨੋਮੀਨੇਟ ਕੀਤਾ ਉਹਨਾਂ ਨੂੰ। ਤਾਂ ਉਹ ਹਮੇਸ਼ਾ ਹੀ ਸਰਦਾਰ ਬਲਦੇਵ ਸਿੰਘ ਉਹ ਪ੍ਰਾਇਮਰੀ ਲੀਡਰਸ਼ਿਪ ਦੇ ਰੋਲ ਦੇ ਵਿੱਚ ਸੀਗੇ ਅਕਾਲੀ ਦਲ ਦੇ ਵਿੱਚ, ਅਤੇ ਜੇ ਮੁਲਕ ਮਿਲਦਾ ਤਾਂ ਪ੍ਰਾਈਮ ਮਿਨਿਸਟਰ ਤਾਂ ਸਰਦਾਰ ਬਲਦੇਵ ਸਿੰਘ ਹੋਣਾ ਸੀ, ਜੇ ਪ੍ਰਾਈਮ ਮਿਨਿਸਟਰ ਨਾ ਹੁੰਦਾ ਤਾਂ ਨੰਬਰ 2 ਹੋਣਾ ਸੀ, ਹੀ ਵੁੱਡ ਹੈਵ ਬੀਨ ਵੈਰੀ ਕਲੋਸ ਜੀ। ਜਿਹੜਾ ਬਲਦੇਵ ਸਿੰਘ ਹੈ ਉਹ ਉੱਥੇ ਬਿਜ਼ਨਸ ਸੈਟਅਪ ਕਰ, ਜਮਸ਼ੇਦਪੁਰ ਸਾਡੀ ਇੱਕ ਜਾਂ ਦੋ ਹੀ ਬਿਜ਼ਨਸ ਸੀਗੇ, ਬਾਕੀ ਸਾਡੇ ਸਪਰੈਡ ਆਊਟ ਸੀਗੇ, ਤਾਂ ਨਵੇਂ ਬਿਜ਼ਨਸ ਲਾਉਣ ਨੂੰ ਕੀ ਲੱਗਦਾ ਸੀ? ਸਾਡੇ ਕੋਲ ਕੋਈ ਖਾਲੀ ਬਿਜ਼ਨਸ ਨਾਲ ਨਹੀਂ ਹੈ। ਸਿੰਧ ਦੇ ਵਿੱਚ ਬਾਬਾ ਜੀ ਦੇ 10,000 acres ਸੀ, ਉਹ ਵੀ ਗਏ, ਉਹ ਨਹੀਂ ਤੁਸੀਂ ਗਿਣਦੇ? ਤੁਹਾਡੇ ਨਾਨਾ ਜੀ ਦੇ, ਮੇਰੇ ਗ੍ਰੈਂਡਫਾਦਰ ਦੇ, ਨਾਨਾ ਜੀ ਦੇ ਤਾਂ ਲਾਇਲਪੁਰ ਸੀਗੇ, 10,000 acres ਉਹਨਾਂ ਨੇ ਮੁੱਲ ਲਏ ਸੀਗੇ। ਅੱਛਾ। ਮੁੱਲ ਲੈ ਕੇ ਇੱਥੋਂ 100 ਭੇਜਿਆ ਸੀਗਾ, ਜਿਹੜਾ ਜਾ ਕੇ ਉੱਥੇ ਜਿਹੜੇ ਅਫਰੀਦੀ ਸੀ ਉਹਨਾਂ ਕੋਲੋਂ ਖਾਲੀ ਕਢਾਇਆ ਸੀ, ਅਸੀਂ ਉਹ ਵੀ ਲੂਜ਼ ਕੀਤਾ ਹੈ। ਬਹੁਤ ਵੱਡੀ ਹੈ 10,000 acres, ਬਹੁਤ ਵੱਡੀ ਹੈ। ਹਾਂ, ਹੁਣ ਅਸੀਂ ਹੁਣ ਆਪਣਾ ਕੱਪੜੇ ਖੋਲ੍ਹ ਕੇ ਤਾਂ ਨਹੀਂ ਵਿਖਾਉਂਦੇ ਹਾਂ ਦੁਨੀਆ ਨੂੰ ਕਿ ਆਇਆ ਹੈ, ਇੱਕ ਕਮਲਾ ਕੋਈ ਗੱਲ ਗਲਤ ਲਿਖ ਦਿੰਦਾ ਹੈ ਤਾਂ ਕੁੱਤੇ ਵੀ ਤਾਂ ਭੌਂਕਦੇ ਆ ਯਾਰ, ਹੁਣ ਹਰੇਕ ਕੁੱਤੇ ਦਾ ਕੌਣ ਜਵਾਬ ਦੇਵੇ? ਮੇਰਾ ਮਤਲਬ ਹੈ, ਬਿਲਕੁਲ ਗੱਲ ਕਰਨੀ ਚਾਹੀਦੀ ਹੈ। ਅਤੇ ਜਿਹੜੇ ਬੰਦੇ ਨੇ ਆ ਕਿਤਾਬ ਲਿਖੀ ਹੈ, ਮੈਂ ਉਹਦਾ ਨਾਂ ਨਹੀਂ ਲਵਾਂਗਾ, ਤੁਸੀਂ ਵੀ ਨਾ ਲਿਓ ਜੀ, ਉਹ ਬੰਦਾ ਇੱਥੇ ਇਲੈਕਸ਼ਨ ਲੜਨ ਆ ਗਿਆ, ਅਤੇ ਉਹੀ ਬਲਦੇਵ ਸਿੰਘ ਦੇ ਨਾਂ ਦੀ ਇੱਕ ਸਾਡੇ ਕੋਲ ਇੱਥੇ ਟਰੱਸਟ ਹੈ ਜੀ, ਉਹਦੇ ਤੋਂ 30,000 rupees ਅਸੀਂ ਉਹਨੂੰ ਇਸ ਇਲੈਕਸ਼ਨ ਲਈ ਦਿੱਤਾ, ਉਹਨੇ ਲੈ ਲਿਆ। ਜੇ ਐਡਾ ਮਾੜਾ ਸੀ ਬਲਦੇਵ ਸਿੰਘ ਤਾਂ ਉਹ ਪੈਸਾ ਕਿਉਂ ਲੈਂਦਾ ਸੀ? ਇਹ 1969 ਦੀ ਗੱਲ ਹੈ, ਲੋਕ ਸਭਾ ਦੀ ਇਲੈਕਸ਼ਨ ਸੀ ਨਾ, ਪਾਰਲੀਮੈਂਟ ਦੀ, ਪਾਰਲੀਮੈਂਟ ਜੀ। ਸੋ ਇਹ ਗੱਲਾਂ ਛੱਡ ਦਿਓ, ਪਤਾ ਨਹੀਂ ਕਿਹੜੀ ਫਤੂਰ ਨਾਲ ਉਹੀ ਸ਼ਖਸ ਉਹ ਹੈ ਜਿਹੜਾ ਕਿ ਬਤੌਰ DC ਹੁਸ਼ਿਆਰਪੁਰ, ਉਹ ਬਤੌਰ ਆਮ ਆਦਮੀ ਆਪਣੇ ਨਾਂ ਦਾ ਇੱਕ ਅਰਜ਼ੀ ਲਿਖਦਾ DC ਨੂੰ, ਅਤੇ ਬਤੌਰ DC ਉਹ ਸੈਂਕਸ਼ਨ ਕਰ ਦਿੰਦਾ ਇੱਕ ਰਿਵਾਲਵਰ ਮਾਲਖਾਨੇ 'ਚੋਂ, ਪਤਾ ਨਹੀਂ 2 rupees ਕਿ 5 rupees ਵਾਸਤੇ, ਉਸਦੇ ਤਹਿਤ ਦੇ ਉੱਤੇ ਉਹ ਕੱਢਿਆ ਜਾਂਦਾ। ਅੰਗਰੇਜ਼ ਸੀਗੇ ਉਦੋਂ, ਅੰਗਰੇਜ਼ਾਂ ਨੇ ਕਿਹਾ ਇਹਨੂੰ ਕੱਢੋ, ਸਰਦਾਰ ਬਲਦੇਵ ਸਿੰਘ ਮਿਨਿਸਟਰ ਸੀਗੇ, ਉਹਨਾਂ ਨੇ ਕਿਹਾ ਕਿ ਉਹਦੇ ਕੋਲੋਂ ਅਸਤੀਫਾ ਲੈ ਲਏ, ਨਹੀਂ ਤਾਂ ਉਹਦੀ ਪੈਨਸ਼ਨ ਵੀ ਗਈ ਸੀ। ਮਿਸਾਲ ਹੈਗੇ ਨੇ ਸਾਡੇ ਕੋਲ, ਅਤੇ ਇਹ ਉਸੇ ਨਜ਼ਰ ਦੇ ਵਿੱਚ ਲਿਖਿਆ, ਔਰ ਜਿੱਥੇ ਲਿਖਿਆ ਹੈ ਉਹ ਬੰਦੇ ਮੇਰੇ ਬੜੇ ਚੰਗੇ ਵਾਕਫ ਸੀ, ਹੁਣ ਤਾਂ ਮਰ ਗਿਆ, ਜੋਗਿੰਦਰ ਸਿੰਘ ਜੀ ਬੈਂਸ ਕੈਨੇਡਾ ਦੇ ਵਿੱਚ ਹੈ, ਚਿਲੀ ਬੈਗ ਸ਼ਹਿਰ ਦੇ ਵਿੱਚ, ਉਹਦੇ ਘਰ ਬੈਠ ਕੇ ਲਿਖਿਆ। ਅੱਛਾ ਜੀ। ਉਹ ਸਾਡੇ ਇਲਾਕੇ ਦਾ ਸੀਗਾ ਬੈਂਸ, ਅਤੇ ਉਹ ਬਹੁਤ ਚੰਗਾ ਵਧੀਆ ਬੰਦਾ ਹੈ, ਮਰ ਗਿਆ ਵਿਚਾਰਾ, ਬੜਾ ਪੱਕਾ ਸਿੱਖ ਸੀ, ਪੁਰਾਣਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਰਿਹਾ ਜੀ, ਅਤੇ ਬਹੁਤ ਚੰਗਾ ਗੁਰਮੁਖ ਆਦਮੀ ਸੀ, ਅਤੇ ਉਹਦੀ ਵਾਈਫ ਬੀਬੀ ਦਰਸ਼ਨ ਕੌਰ, ਉਹ ਵੀ ਉਹ ਜੰਮੀ ਪਲੀ ਉੱਥੇ ਦੀ ਸੀ ਕੈਨੇਡਾ ਦੀ, ਬੜੀ ਪੂਰਨ ਸਿੱਖ ਉਹ ਪਰਿਵਾਰ ਹੀ, ਉਹਦੇ ਭਰਾ ਕਦੇ ਹਿੰਦੁਸਤਾਨ ਆਏ ਨਹੀਂ, ਉਹ ਵੀ ਸਿੱਖ ਨੇ ਪੂਰੀ ਪੂਰਨ, ਉਹਨਾਂ ਦੇ ਬੱਚੇ ਵੀ,
ਅਤੇ ਬਹੁਤ ਚੰਗੀ ਫੈਮਿਲੀ ਹੈ। ਔਰ ਉਹ ਘਰ ਦੇ ਵਿੱਚ ਦਾਰੂ ਬਣਨ ਨਹੀਂ ਦਿੰਦਾ, ਪੀਂਦਾ ਤਾਂ ਪੀਂਦਾ ਵੀ ਨਹੀਂ, ਬਣਨ ਨਹੀਂ ਦਿੰਦਾ। ਅਤੇ ਸਾਡਾ ਭਾਈ ਉੱਥੇ ਜਦੋਂ ਅਸੀਂ ਇਹ ਦਾਰੂ ਵਗੈਰ ਨਹੀਂ ਸਕਦਾ, ਉਹ ਫਿਰ ਗੱਡੀ ਬਿਠਾ ਕੇ ਉਹਨੂੰ ਕਿਤੇ ਨਾ ਕਿਤੇ ਲੈ ਜਾਂਦਾ, ਉਹਨੂੰ ਦਾਰੂ ਪਿਲਾ ਕੇ ਉਹਨੂੰ ਲੈ ਆਉਂਦਾ। ਉਹਨੇ ਮੈਨੂੰ ਆਪ ਦੱਸੀ ਗੱਲਾਂ ਇਹ। ਠੀਕ ਹੈ, ਚਲੋ ਆਪਾਂ ਨਾਂ ਨਹੀਂ ਲਵਾਂਗੇ, ਜਿਵੇਂ ਤੁਸੀਂ ਲੈਣਾ ਵੀ ਨਹੀਂ ਚਾਹੀਦਾ। ਅਤੇ ਤੁਹਾਡੇ ਜ਼ਹਿਨ ਗੱਲਾਂ ਕਈ ਨਾ ਕਰਨ ਵਾਲੀਆਂ ਵੀ ਨਹੀਂ, ਤਾਂ ਹੀ ਕਰਕੇ ਤੁਸੀਂ ਕਿਹਾ ਜਵਾਬ ਨਹੀਂ ਦਿੰਦੇ। ਮੈਂ ਕੀ ਜਵਾਬ ਦੇਵਾਂ ਜੀ, ਮੈਂ ਅਗਲੇ ਦਾ ਮੂੰਹ ਕਾਲਾ ਕਰਾਂ? ਹਾਂ ਨਹੀਂ, ਜ਼ਰੂਰੀ ਹੈ, ਕਿਉਂਕਿ ਇਹ ਲਗਾਤਾਰ ਫਿਰ ਉਹ ਚੇਂਜ ਚੱਲਦੀ ਰਹਿੰਦੀ ਹੈ, ਜਿਹੜੀ ਤੋੜਨੀ ਜ਼ਰੂਰੀ ਹੈ। ਪੈਸੇ ਆਉਂਦੇ ਜਾਂਦੇ ਆ ਜੀ, ਇਹ ਤੁਹਾਡੇ ਲਈ ਨਾ ਹੋਵੇ ਜ਼ਰੂਰੀ। ਪੈਸੇ ਆਉਂਦੇ, ਦੇਖੋ ਅੱਜ ਵੀ ਹੁਣ ਜਮਸ਼ੇਦਪੁਰ ਮੇਰੇ ਹੱਥ ਨਹੀਂ ਹੈ, ਟਾਟਾ ਕੰਪਨੀ ਨੇ ਕਬਜ਼ਾ ਕਰ ਲਿਆ, ਕੀਤਾ ਠੱਗੀ ਮਾਰ ਕੇ ਹੀ ਹੈ ਜੀ, ਪਰ ਕਰ ਲਿਆ। ਮੈਂ ਘਰ ਜਿੱਥੇ ਜਮਿਆ ਬਣਿਆ ਮੇਰਾ ਘਰ ਗਿਆ, ਮੇਰੇ ਬਾਬਾ ਜੀ ਦਾ ਘਰ ਗਿਆ, ਸਾਡੀ ਤਾਂ ਉੱਥੇ ਪੂਰੀ ਯਾਨੀ ਜਾਇਦਾਦ ਸੀ। ਦੋ ਕੰਪਨੀਆਂ ਸਨ, ਕੋਈ ਮੈਂ ਕਿਹਾ 300-400 acres ਜ਼ਮੀਨ ਦੇ ਵਿੱਚ ਟਾਊਨਸ਼ਿਪ ਸੀ, ਜਿਹੜੀ ਉੱਥੇ ਪੋਸਟ ਆਫਿਸ ਉਹ ਮੇਰੇ ਬਾਬਾ ਜੀ ਦੇ ਨਾਂ ਦਾ ਹੈ, ਪੋਸਟ ਆਫਿਸ ਇੰਦਰਾ ਨਗਰ। ਅੱਛਾ, ਐਨੀਵੇ ਮੇਰਾ ਮਤਲਬ ਹੈ ਕੋਈ ਚੀਜ਼ ਪਰਮਾਨੈਂਟ ਤਾਂ ਹੈ ਨਹੀਂ ਜੀ, ਲੇਕਿਨ ਐਜੂਕੇਸ਼ਨ ਦੇ ਤਹਿਤ ਦੇ ਉੱਤੇ ਜੋ ਕੁਛ ਅਸੀਂ ਹੈ ਜਾਂ ਅਸੀਂ ਜੋ ਮੋਨੀਟਰੀ ਅਸੀਂ ਬਣਾਇਆ ਹੈ ਉਹ ਐਜੂਕੇਸ਼ਨ ਦੇ ਸਿਰ 'ਤੇ ਬਣਾਇਆ ਜੀ, ਅਤੇ ਫਿਰ ਖੜਾ ਹੋ ਜਾਵਾਂਗੇ। ਹੁਣ ਕੋਈ ਦੇਖੋ ਬਗੈਰ ਰੋਟੀ ਦੇ ਤਾਂ ਮੈਂ ਹੈ ਨਹੀਂ, ਅੱਜ ਵੀ ਰੋਟੀਆਂ ਤਾਂ ਮੈਂ ਖਾਂਦਾ ਹੀ ਹਾਂ, ਭਾਵੇਂ ਜਮਸ਼ੇਦਪੁਰ ਸਾਡੇ ਕੋਲ ਹੈ ਜਾਂ ਨਹੀਂ ਹੈ। ਬਿਲਕੁਲ, ਦੈਟ ਡਜ਼ਨਟ ਮੈਟਰ। ਹੁਣ ਸਾਡੀ ਫੈਕਟਰੀ ਸੀ, ਉਹ ਬਾਰਡਰ ਬਣ ਗਿਆ ਅਤੇ ਉਹ ਪਾਕਿਸਤਾਨ ਨੇ ਚਲੇ ਗਈ, ਬਾਂਗਲਾਦੇਸ਼। ਹਾਂ ਕੁਛ ਨਹੀਂ, ਪਾਕਿਸਤਾਨ ਵਾਲਿਆਂ ਨੇ ਫੈਕਟਰੀ ਨੈਸ਼ਨਲਾਈਜ਼ ਨਹੀਂ ਕੀਤੀ, ਉਹ ਖਾਲੀ ਪੈਸਾ ਪਾਕਿਸਤਾਨ ਤੋਂ ਬਾਹਰ ਨਹੀਂ ਸੀ ਆਉਣ ਦਿੰਦੇ। ਸਾਡਾ ਇਹ ਕੰਪਨੀ ਦਾ ਨਾਂ ਆਸਾਮ ਬੰਗਾਲ ਸੀਮੈਂਟ ਕੰਪਨੀ ਸੀ। ਅੱਛਾ ਜੀ। ਜਿਹੜੀ ਲਾਈਮ ਸਟੋਨ ਹੈ ਉਹ ਉਰਲੇ ਪਾਸੇ ਹੈ ਦਰਿਆ ਦੇ, ਅਤੇ ਉਹ ਏਰੀਆ ਜਿਹੜਾ ਹੈ ਉਹ ਬੜਾ ਦਲਦਲ ਵਾਲਾ ਹੈ। ਸੋ ਬਾਬਾ ਜੀ ਨੇ ਉੱਥੇ ਇੱਕ ਰੋਪਵੇ ਬਣਵਾਇਆ, ਆਪ ਸਰਵੇ ਕਰਾ ਕੇ ਐਡੇ ਐਡੇ ਗਾਰੇ ਵਿੱਚ ਜੀ, ਅਤੇ ਉਹ ਪਰਲੇ ਪਾਸੇ ਫੈਕਟਰੀ ਲਾਈ, ਅਤੇ ਉੱਥੇ ਡਾਕਾ 'ਚ ਹਬੀਬ ਬੈਂਕ 'ਚ ਸਾਡੇ 5 crore rupees ਪਿਆ ਸੀ ਜਦੋਂ ਬੰਗਲਾਦੇਸ਼ ਬਣਿਆ। ਅੱਛਾ, ਜਦੋਂ ਬੰਗਲਾਦੇਸ਼ ਬਣਿਆ ਬਣਾਇਆ ਹਿੰਦੁਸਤਾਨ ਨੇ, ਉਹਨਾਂ ਨੇ ਉਹਨੂੰ ਐਨਮੀ ਪ੍ਰੋਪਰਟੀ ਡਿਕਲੇਅਰ ਕਰਕੇ ਅਕੁਆਇਰ ਕਰ ਲਿਆ, ਪੈਸਾ ਵੀ ਅਕੁਆਇਰ ਕਰ ਲਿਆ, ਕੰਪਨੀ ਵੀ ਅਕੁਆਇਰ ਕਰ ਲਈ। ਹੁਣ ਦੇਖੋ ਤੁਸੀਂ ਇਹ ਤਾਂ ਹੁਣ ਕੀ, ਹੁਣ ਦੀਵਾਰ ਨਾਲ ਮੱਥਾ ਮਾਰੀਏ? ਬਾਬਾ ਜੀ ਤਾਂ ਕਹਿੰਦੇ ਹੁੰਦੇ ਸੀ ਕਿ ਬਈ ਇਹ ਇਹਨਾਂ ਗੱਲਾਂ 'ਚ ਬਹੁਤੀ ਗੱਲ ਨਹੀਂ, ਅਸੀਂ ਤਾਂ ਸਰਕਾਰ ਲਈ ਕੰਮ ਕਰ ਰਹੇ ਹਾਂ, ਕਿਉਂਕਿ ਟੈਕਸ ਇੰਨਾ ਹੈ ਕਿ ਜੋ ਕਮਾਈਦਾ ਹੈ ਟੈਕਸ ਉਹਨਾਂ ਦੇ, ਬਾਕੀ ਤਾਂ ਅਸੀਂ ਦੋ ਰੋਟੀਆਂ ਖਾਣੀਆਂ ਨੇ। ਇੱਕ ਹੋਰ ਵੀ ਗੱਲ ਕਲੀਅਰ ਕਰ ਲਈਏ ਕਿ ਜਦੋਂ ਇੰਗਲੈਂਡ ਦੇ ਵਿੱਚ ਸਰਦਾਰ ਬਲਦੇਵ ਸਿੰਘ ਹੁਣੀ ਗਏ ਹੋਏ ਸੀਗੇ ਮੀਟਿੰਗ 'ਤੇ, ਨਹਿਰੂ ਉਹਨਾਂ ਦੇ ਨਾਲ ਸੀਗੇ, ਤਾਂ ਇਹ ਗੱਲ ਆਉਂਦੀ ਹੈ ਕਿ ਸਰਦਾਰ ਬਲਦੇਵ ਸਿੰਘ ਉਹਨਾਂ ਨੂੰ ਅੰਗਰੇਜ਼ਾਂ ਵੱਲੋਂ ਜਿਹੜੇ ਵੀ ਉੱਥੇ ਨੁਮਾਇੰਦੇ ਹੋਣਗੇ ਵੀ ਉਹਨਾਂ ਵੱਲੋਂ ਇਹ ਆਪਸ਼ਨ ਆਈ ਸੀਗੀ ਕਿ ਤੁਸੀਂ ਆਪਣਾ ਜੇ ਅਲੱਗ ਕੁਛ ਲੈਣਾ ਚਾਹੁੰਦੇ ਹੋ ਤਾਂ ਅਸੀਂ ਉਸ ਲਈ ਗੱਲ ਕਰਨ ਲਈ ਰਾਜ਼ੀ ਹਾਂ। ਅਤੇ ਇਹ ਗੱਲ ਆਉਂਦੀ ਹੈ ਕਿ ਬਲਦੇਵ ਸਿੰਘ ਉਹਨਾਂ ਨੇ ਉਹ ਗੱਲ ਨਹਿਰੂ ਨੂੰ ਦੱਸੀ ਅਤੇ ਨਹਿਰੂ ਨੇ ਉਸ ਗੱਲ ਨੂੰ ਉਹਨਾਂ ਨੂੰ ਰੋਕਿਆ ਵੀ ਤੁਸੀਂ ਇਹ ਗੱਲ ਨੂੰ ਹੋਰ ਅੱਗੇ ਨਾ ਤੋਰੋ। ਇਹ ਖਿਆਲੀ ਪਲਾਓ ਹੈ, ਲੋਕਾਂ ਨੇ ਮਨ ਘੜ ਕਹਾਣੀਆਂ ਬਣਾਈਆਂ ਨੇ, ਬਿਲਕੁਲ ਹੀ ਝੂਠ ਹੈ। ਇਹ ਸਦਾਕਤ ਇੱਕ ਰੱਤੀ ਨਹੀਂ ਹੈ ਉਹਨਾਂ ਦੀ, ਜਿਨ੍ਹਾਂ ਨਾਲ ਜ਼ਰੂਰ ਗੱਲ ਹੋਈ ਸੀ ਕਿ ਜਿਨ੍ਹਾਂ ਨੂੰ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਅੱਡ ਨਾ ਹੋ, ਆਪਾਂ ਮਾਇਨੋਰਿਟੀਜ਼ ਜਿਹੜੇ ਹੈ ਆਪਾਂ ਇੱਥੇ ਡੋਮੀਨੇਟ ਕਰਾਂਗੇ। ਜਿਨ੍ਹਾਂ ਕਹਿੰਦਾ ਮੈਂ ਤਾਂ ਜੇ ਇੱਕ ਸੂਈ ਜਿੰਨੀ ਵੀ ਥਾਂ ਮਿਲੀ ਮੈਂ ਤਾਂ ਲੈਣੀ ਹੋ ਲੈਣੀ ਹੈ, ਉਹ ਬਜਿੱਦ ਹੋ ਗਿਆ। ਇਸ ਪਾਸੇ ਨਹਿਰੂ ਨੂੰ ਚੀਫ ਪ੍ਰਾਈਮ ਮਿਨਿਸਟਰੀ ਚੜ੍ਹੀ ਸੀ, ਉਹ ਤਾਂ ਗਾਂਧੀ ਜੀ ਅਤੇ ਚੱਲ ਸੋ ਚੱਲ। ਪਰ ਜਦੋਂ ਤਿੰਨੋ ਸਾਨੂੰ ਕਦੇ ਵੀ ਆਫਰ ਨਹੀਂ ਹੋਇਆ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੇ ਕ੍ਰਿਪਸ ਮਿਸ਼ਨ ਦੇ ਵਿੱਚ ਔਰ ਵਾਇਸਰਾਏ ਦੀ ਜਿਹੜੀ ਉੱਥੇ ਲਿਖਤ ਹੈ, ਉਹ ਤਾਂ ਮੈਂ ਨਹੀਂ ਕਹਿ ਰਿਹਾ, ਉਹਦੀ ਜਰਨਲ ਕੱਢ ਕੇ ਦੇਖੋ, ਉਹਦੇ ਯੂ ਵਿਲ ਸੀ ਇਟ ਜੀ। ਐਂਡ ਇਹ ਕਦੇ ਆਫਰ ਨਹੀਂ ਹੋਇਆ, ਇਹ ਤਾਂ ਮਨ ਕੱਢ ਦੇਖੋ ਜਿਹੜੇ
ਜਿਹੜੇ ਸਟੇਟਸ ਸੀਗੇ ਸਿੱਖ ਸਟੇਟਸ ਉਹਨਾਂ ਨੂੰ ਅਖਤਿਆਰ ਦਿੱਤੇ ਸੀ ਅੰਗਰੇਜ਼ਾਂ ਨੇ। ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਟੇਟ ਦੀ ਗੱਲ ਕਰ ਰਹੇ ਹਾਂ, ਤਾਂ ਮਹਾਰਾਜਾ ਰਣਜੀਤ ਸਿੰਘ ਦਾ ਟੱਬਰ ਨੂੰ ਤਾਂ ਅੰਗਰੇਜ਼ਾਂ ਨੇ ਚੱਬ ਕੇ ਹੱਡੀਆਂ ਸਿੱਟ ਦੀਆਂ, ਉਹਨਾਂ ਤਾਂ ਸਾਈ ਉਸ ਵੀ ਬਣਾਤਾ, ਟੱਬਰ ਖਤਮ ਕਰਤਾ। ਉਹ ਕਿਹਨੂੰ ਦਿੰਦੇ ਰਾਜ ਮਹਾਰਾਜਾ ਰਣਜੀਤ ਸਿੰਘ ਦਾ? ਜੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਡਿਸੈਂਡੈਂਟ ਜਿਉਂਦਾ ਰਹਿੰਦਾ ਤਾਂ ਉਹ ਵੀ ਕਲੇਮ ਕਰ ਸਕਦਾ ਸੀ ਕਿ ਵੀ ਜੇ ਪਟਿਆਲੇ ਵਾਲਿਆਂ ਨੂੰ ਅਤੇ ਫਰੀਦਕੋਟ ਵਾਲਿਆਂ ਨੂੰ ਅਤੇ ਨਾਭੇ ਵਾਲਿਆਂ ਨੂੰ ਤੁਸੀਂ ਜੀਂਦ ਵਾਲਿਆਂ ਨੂੰ ਤੁਸੀਂ ਉਹਨਾਂ ਦਾ ਦਿਆ ਤਾਂ ਸਾਨੂੰ ਵੀ ਦਿਓ, ਪਰ ਹੁਣ ਦੇਰ ਵਾਜ ਨੋਬਡੀ। ਸੋ ਜਿਹੜਾ ਸਾਨੂੰ ਆਉਣਾ ਸੀ ਦੈਟ ਵਾਜ ਇਨ ਏ ਡੈਮੋਕਰੈਟਿਕ ਸੈਟਅਪ, ਉਹ ਮੈਂ ਤੁਹਾਨੂੰ ਦੱਸ ਕੇ ਹਟਿਆ। ਤੁਸੀਂ ਦੱਸ ਦਿਓ ਵੀ ਗੁਲਾਮੀ ਵਾਲਾ ਜਿਹੜਾ ਰਜੀਮ ਹੈ ਉਹ ਜਾ ਰਿਹਾ ਸੀਗਾ, ਜਿਹੜਾ ਬ੍ਰਿਟਿਸ਼ ਕਲੋਨੀ ਵਾਲਾ ਵੀ ਕਲੋਨੀਅਲਿਜ਼ਮ ਉਹ ਵੀ ਜਾ ਰਿਹਾ ਸੀਗਾ, ਬਟ ਉਹਨਾਂ ਨੂੰ ਸੀਗਾ ਵਰਲਡ ਵਾਰ ਟੂ ਤੋਂ ਬਾਅਦ, ਤਾਂ ਉਹਨਾਂ ਨੂੰ ਸੀਗਾ ਬ੍ਰਿਟਿਸ਼ਰਸ ਨੂੰ ਕਿ ਅਸੀਂ ਕਿਸੇ ਹੋਰ ਤਰੀਕੇ ਜਿਹੜੀ ਗੁਲਾਮੀ ਹੈ ਉਹ ਜਾਰੀ ਰੱਖੀਏ, ਜਿਵੇਂ ਹਰੇਕ ਥਾਂ 'ਤੇ ਆਪਾਂ ਦੇਖਦੇ ਹਾਂ ਜਿੱਥੇ ਜਿੱਥੇ ਵੀ ਉਹਨਾਂ ਦੇ ਰੂਲ ਸੀਗੇ ਉਹਨਾਂ ਨੇ ਪਾਰਟੀਸ਼ਨ ਹੈ ਜਿਹੜੀ ਉਸ ਅਕੋਰਡਿੰਗਲੀ ਕੀਤੀ, ਕਿਤੇ ਨਾ ਕਿਤੇ ਜਿਹੜੇ ਉੱਥੇ ਝਗੜੇ ਰਹੇ ਹੁਣ ਤੱਕ ਵੀ ਚੱਲ ਰਹੇ, ਆਪਾਂ ਇਜ਼ਰਾਈਲ ਪੈਲੇਸਟੀਨ ਦੇਖ ਰਹੇ ਹਾਂ, ਟਰਕੀ ਦੇਖ ਰਹੇ ਹਾਂ। ਦੇਖੋ ਗੱਲ ਸੁਣੋ, ਅਤੇ ਅਸੀਂ ਜਦੋਂ ਇੰਡੀਪੈਂਡੈਂਟ ਹੋਏ ਹਾਂ ਅਸੀਂ ਯਾਰੀ ਗਲਵਕੜੀ ਪਾ ਕੇ ਨਾ ਬਹਿ ਜਾਂਦੇ ਉਹਨਾਂ ਨੂੰ, ਕੀ ਸੀ ਸਾਡਾ ਫਰਕ ਕੀ ਸੀ? ਠੀਕ ਹੈ ਖੂਨ ਖਰਾਬਾ ਬਹੁਤ ਹੋਇਆ ਜੀ, ਪਰ ਮੁੱਕ ਕੇ ਹੁਣ ਸਾਡਾ ਖੂਨ ਖਰਾਬਾ ਘੱਟ ਹੋਇਆ 1984 'ਚ, ਅਜੇ ਵੀ ਤਾਂ ਜਿਉਂਦੇ ਹਾਂ ਅਸੀਂ, ਸਾਡੇ ਬੰਦੇ ਕਾਂਗਰਸ 'ਚ ਵੀ ਹੈਗੇ ਆ, ਹੋਰਾਂ 'ਚ ਵੀ ਥਾਂ ਹੈ, ਬਾਕੀ ਹਿੰਦੁਸਤਾਨ 'ਚ ਵੀ ਵਸੇ ਹੋਏ ਹੈ, ਗੱਲ ਖਤਮ ਤਾਂ ਨਹੀਂ ਹੋਈ। ਸੋ ਇਹ ਕੋਈ ਵੀ ਚੈਪਟਰ ਬਿਲਕੁਲ ਕਲੋਜ਼ ਨਹੀਂ ਹੁੰਦਾ, ਇਹ ਤੁਹਾਡੀ ਲੀਡਰਸ਼ਿਪ ਨੂੰ ਮੌਕੇ ਦੇ ਉੱਤੇ ਆਪਣੀ ਜਿਹੜੇ ਤੁਹਾਡੀ ਆਵਾਮ ਹੈ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਖੁਸ਼ ਨਸੂਸੀ ਦੇਖ ਕੇ ਤੁਸੀਂ ਤੁਹਾਨੂੰ ਤੁਰਨਾ ਪੈਂਦਾ। ਅਤੇ ਹਿੰਦੁਸਤਾਨ ਨੂੰ ਚਾਹੀਦਾ ਸੀ ਕਿ ਉਹ ਬੈਂਡ ਓਵਰ ਬੈਕਵਰਡਸ ਕਰਕੇ ਉਹਨਾਂ ਨੂੰ ਅਕੋਮੋਡੇਟ ਕਰਦੇ, ਨਹੀਂ ਕੀਤਾ ਸੀ। ਜੇ ਬੋਨ ਆਫ ਕੰਟੈਂਸ਼ਨ ਇੱਕ ਪੀਸ ਆਫ ਲੈਂਡ ਹੀ ਸੀ ਤਾਂ ਫੈਸਲਾ ਕਰਦੇ, ਵਟ ਵਾਜ਼ ਦ ਪ੍ਰੋਬਲਮ? ਲੇਕਿਨ ਇਹਨਾਂ ਦੇ ਮਨ ਵਿੱਚ ਨਹੀਂ ਸੀ, ਉਹ ਤਾਂ ਸ਼ੈਤਾਨੀ ਉਹਨੇ ਕੀਤੀ ਤਾਂ ਚਲੇ ਗਿਆ, ਤੁਸੀਂ ਸ਼ੈਤਾਨੀ ਦੇ ਕਿਉਂ ਆ ਗਏ? ਤੁਸੀਂ ਉਹਦੇ 'ਚ ਨਿਕਲ ਜਾਂਦੇ। ਅਸੀਂ ਵੀ ਦੇਖੋ ਫੈਕਟ ਇਹ ਵੀ ਹੈ, ਇੱਕ ਏਰੀਆ ਮੈਜੋਰਿਟੀ ਪਾਪੂਲੇਟਡ ਬਾਏ ਮੁਸਲਿਮਸ, ਰਾਜਾ ਹਿੰਦੂ, ਉਹਨੂੰ ਅਸੀਂ ਕਲੇਮ ਕਰਦੇ ਹਾਂ। ਹੈਦਰਾਬਾਦ ਜਿੱਥੇ ਮੈਜੋਰਿਟੀ ਜਿਹੜੀ ਪਾਪੂਲੇਸ਼ਨ ਹੈ ਜੀ, ਹੈ ਜੀ, ਉਹ ਹਿੰਦੂ ਹੈ ਅਤੇ ਰਾਜਾ ਮੁਸਲਮਾਨ, ਅਤੇ ਅਸੀਂ ਫੌਜ ਭੇਜ ਕੇ ਕਾਬੂ ਕਰ ਲਈ, ਹਾਊ ਆਰ ਵੀ ਜਸਟੀਫਾਈਡ? ਉੱਥੇ ਸਾਡੀ ਜਸਟੀਫਾਈਡ ਹੈ, ਇੱਥੇ ਅਸੀਂ ਜਸਟੀਫਾਈਡ ਨਹੀਂ ਹੈ। ਚਲੋ ਸੋਚੋ ਜ਼ਰਾ ਠੰਡੇ ਦਿਮਾਗ ਨਾਲ, ਮੈਂ ਕੋਈ ਐਡਵੋਕੇਸੀ ਨਹੀਂ ਕਰ ਰਿਹਾ, ਮੈਂ ਖਾਲੀ ਆਰਗੂਮੈਂਟ ਕਰ ਰਿਹਾ ਜੀ। ਜੇ ਆਪਾਂ ਇਹ ਆਰਗੂਮੈਂਟ ਹੀ ਕਰਨੀ ਹੈ ਤਾਂ ਕੰਪੇਅਰ ਦੀ ਟੂ, ਦੈਨ ਹਾਊ ਡੂ ਵੀ ਹੈਵ ਅ ਰਾਈਟ ਓਵਰ ਹੈਦਰਾਬਾਦ ਇਫ ਵੀ ਡੋਂਟ ਹੈਵ ਅ ਰਾਈਟ ਓਵਰ ਕਸ਼ਮੀਰ? ਸੀ, ਇੱਕ ਨਜ਼ਰੀਏ ਨਾਲ ਵੇਖਣਾ ਚਾਹੀਦਾ ਸਾਡੀ ਲੀਡਰਸ਼ਿਪ, ਹਿੰਦੁਸਤਾਨ ਦੀ ਲੀਡਰਸ਼ਿਪ ਮੈਂ ਕਹਿ ਰਿਹਾ। ਅਸੀਂ ਵੀ ਡਿਡ ਨੋਟ ਰਾਈਟ ਟੂ ਦੀ ਓਕੇਜ਼ਨ, ਐਂਡ ਆਈ ਬਲੇਮ ਡਾਇਰੈਕਟਲੀ ਜਵਾਹਰ ਲਾਲ ਨਹਿਰੂ। ਸਰਦਾਰ ਬਲਦੇਵ ਸਿੰਘ ਉਹਨਾਂ ਨੇ ਕਦੇ ਇਸ ਲਈ ਰੋਸ ਜ਼ਾਹਰ ਕੀਤਾ ਵੱਡੀ ਲੀਡਰਸ਼ਿਪ ਨੂੰ, ਕਾਂਗਰਸ ਦੀ ਲੀਡਰਸ਼ਿਪ ਨੂੰ, ਜਦੋਂ ਉਹ ਸਾਰੀਆਂ ਸ਼ਰਤਾਂ ਗੱਲਾਂ ਤੋਂ ਮੁੱਕਰ ਗਏ? ਦੇਖੋ ਗੱਲ ਇਹ ਹੈ ਕਿ ਇਟ ਵਾਜ਼ ਸਰਦਾਰ ਬਲਦੇਵ ਸਿੰਘ ਨੇ ਇਕੱਲੇ ਨਹੀਂ ਕੀਤਾ, ਮਾਸਟਰ ਜੀ ਦੇ ਨਾਲ ਰਲ ਕੇ ਕੀਤਾ। ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਕਿ ਅਸੈਂਬਲੀ ਵਿੱਚ ਕੀਤਾ, ਅਸੈਂਬਲੀ 'ਚ ਰੈਜੋਲੂਸ਼ਨ ਪਾਸ ਕੀਤੀ ਹੈ ਕਿ ਕਿਸੇ ਕੀਮਤ ਦੇ ਉੱਤੇ ਪੰਜਾਬ ਦੀ ਡਿਵੀਜ਼ਨ ਨਹੀਂ ਹੋਣੀ ਚਾਹੀਦੀ, ਹੋਰ ਇਸ ਤੋਂ ਵੱਧ ਕੀ ਹੋ ਸਕਦਾ? ਔਰ ਪ੍ਰੀਮੀਅਰ ਉਹਦਾ ਮੁਸਲਮਾਨ ਹੈ, ਮਲਖਜ਼ਰ ਰਿਆਤ ਖਾਨ ਹੈ, ਉੱਥੇ ਰੈਜੋਲੂਸ਼ਨ ਕੀਤੀ। ਹਰ ਰਾਊਂਡ ਟੇਬਲ ਕਾਨਫਰੰਸ 'ਤੇ ਸਰਦਾਰ ਬਲਦੇਵ ਸਿੰਘ ਨੇ ਕਿਹਾ ਕਿ ਨੋ ਡਿਵੀਜ਼ਨ, ਦੇ ਡਿਡਨਟ ਅਗਰੀ। ਕੁਝ ਹੋਰ ਪੋਸੀਬਲ ਸੀਗਾ ਤੁਹਾਡੇ ਅਕੋਰਡਿੰਗਲੀ? ਨਹੀਂ ਪੋਸੀਬਲ, ਨਹੀਂ ਸੀਗਾ, ਨਹੀਂ ਪੋਸੀਬਲ। ਦੇਖੋ ਮੈਜੋਰਿਟੀ ਰੂਲ ਦਾ ਮੌਕਾ ਆ ਗਿਆ ਸੀ, ਅੰਗਰੇਜ਼ ਨੇ ਮੈਜੋਰਿਟੀ ਰੂਲ ਨੂੰ ਪਾਵਰ ਦੇਣੀ ਸੀ, ਇੱਕੋ ਪੋਸੀਬਿਲਿਟੀ ਸੀ। ਜੇ ਡਿਲੇ ਹੁੰਦਾ, ਜੇ ਦੀ ਗੱਲ ਕਰ ਰਹੇ ਹਾਂ, ਜੇ
ਲੜਾਈ ਸੈਕਿੰਡ ਵਰਲਡ ਵਾਰ ਦੇ ਬਾਅਦ ਚਰਚਿਲ ਦੁਆਰਾ ਪ੍ਰਾਈਮ ਮਿਨਿਸਟਰ ਬਣਦਾ ਅਤੇ 15 ਸਾਲ ਆਜ਼ਾਦੀ ਨਹੀਂ ਸੀ ਮਿਲਣੀ ਅਤੇ ਬਹੁਤ ਕੁਛ ਠੀਕ ਹੋ ਜਾਣਾ ਸੀ। ਇਹ ਤਾਂ ਐਟਲੀ ਬਣ ਗਿਆ ਸੋਸ਼ਲਿਸਟ ਵਾਲਾ, ਉਹ ਲੇਟ ਗਿਆ ਲੰਬਾ, ਕੀ ਕਾਹਲੀ ਸੀ ਉਹਨਾਂ ਨੂੰ। ਮਹਾਤਮਾ ਗਾਂਧੀ ਉਸ ਤੁਰਿਆ ਫਿਰਦਾ ਸੀ ਕੱਠ ਕੁੱਟ ਕਰਦਾ, ਉਹਨਾਂ ਨੂੰ ਕੀ ਸੀ, ਗੋਲੀ ਚਲਾਉਂਦੇ ਸਨ, ਮਾਰ ਦਿੰਦੇ ਸੀ ਬੰਦੇ ਉਹਨਾਂ ਨੂੰ, ਜੇ ਕੋਈ ਪਿੰਡ ਵਾਲਾ ਕਰਦਾ ਸੀਗਾ ਤਾਂ ਪਿੰਡ ਨੂੰ ਖਤਮ ਕਰ ਦਿੰਦੇ ਸਨ, ਬੜੇ ਜ਼ਾਲਮ ਸਨ ਉਸ ਜ਼ਮਾਨੇ 'ਚ, ਪੁਲਿਸ ਬਹੁਤ ਜ਼ਾਲਮ ਸੀ। ਸੋ ਬਟ ਉਹਨਾਂ ਨੂੰ ਬਸ ਐਟਲੀ ਕਰਕੇ, ਕਿਉਂਕਿ ਉਹ ਆ ਗਿਆ ਇਸ ਕਰਕੇ ਇੰਡੀਪੈਂਡੈਂਸ ਦੇ ਦਿੱਤੀ। ਸੋ ਜੇ ਦੀ ਤਾਂ ਬੜੀਆਂ ਪੋਸੀਬਿਲਿਟੀ ਹੁੰਦੀਆਂ। ਸਿਕਿਓਰ ਕਿਵੇਂ ਹੋਰ ਰੱਖਿਆ ਜਾ ਸਕਦਾ ਸੀ ਜੇ ਮੰਨ ਲਿਆ ਸੀਗਾ ਵੀ ਇੱਧਰ ਆਉਣਾ ਹੀ ਆਉਣਾ ਹੈ, ਤਾਂ ਇਸਨੂੰ ਹੋਰ ਵੱਧ ਸਿਕਿਓਰ ਕਿੱਦਾਂ ਕੀਤਾ ਜਾ ਸਕਦਾ? ਨਹੀਂ ਸੀ, ਕਿਉਂਕਿ ਅਸੀਂ ਖੰਡੇ ਹੋਏ ਸਾਂ, ਅਸੀਂ ਉੱਥੇ ਜਾਇਦਾਦ ਵਾਲੇ ਸਾਂ, ਉਹ ਸਾਡੀ ਜਾਇਦਾਦ ਜ਼ਮੀਨਾਂ ਵਿੱਚ ਸੀ। ਨਹੀਂ, ਇੱਥੇ ਆਉਣ ਵਾਲੇ ਪਾਸੇ ਨੂੰ ਸਿਕਿਓਰ ਕਿਵੇਂ ਕੀਤਾ ਜਾ ਸਕਦਾ ਵੀ ਕੱਲ੍ਹ ਨੂੰ ਸਾਨੂੰ ਜਿਹੜੀ ਇਹ ਵਾਲੀ ਸਰਕਾਰ ਹੈ ਉਹ ਬਿਟਰੇਡ ਨਾ ਕਰੇ ਜਿਵੇਂ ਕਿ ਹੁੰਦੇ ਰਹੇ? ਦੇਖੋ, ਸਰਕਾਰਾਂ ਨੇ ਤਾਂ ਕਰਨਾ ਉਹ ਹੈ ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਉਹਨਾਂ ਦਾ ਕੈਰੇਕਟਰ ਕੀ ਹੈ, ਜੇ ਉਹ ਮਾੜੇ ਬੰਦੇ ਨੇ ਤਾਂ ਉਹਨਾਂ ਨੇ ਮਾੜਾ ਹੀ ਡੀਲ ਕਰਨਾ। ਇਹ ਤਾਂ ਤੁਸੀਂ ਸਿਆਣੇ ਹੋਵੋਗੇ ਕਿ ਤੁਸੀਂ ਆਪਣੇ ਆਪ ਦੀ ਬੱਚਤ ਕਰੋ, ਜੇ ਤੁਸੀਂ ਉੱਥੇ ਖਾਲੀ ਇਹੋ ਜਿਹੇ ਬੰਦੇ ਪਾਓਗੇ ਆਪਣੇ ਸਿਆਸਤ 'ਤੇ ਜਿਹੜੇ ਕਿ ਬਈ ਪੈਸੇ ਦੇ ਮਗਰ ਪੈਣਗੇ, ਜੇ ਲੋਕ ਤਾਂ ਸਾਡੇ ਗੁਰਦੁਆਰੇ ਨਹੀਂ ਛੱਡਦੇ ਯਾਰ, ਗੋਲਕ ਨਹੀਂ ਛੱਡਦੇ, ਤਾਂ ਸਰਕਾਰਾਂ ਨੂੰ ਕਿਉਂ ਛੱਡਣਗੇ? ਅਸੀਂ ਦੇਖਦੇ ਨਹੀਂ ਬੰਦਿਆਂ ਨੂੰ, ਅਸੀਂ ਬੰਦੇ ਦੀ ਕੈਰੈਕਟਰ ਨਹੀਂ ਦੇਖਦੇ ਜਦੋਂ ਵੋਟ ਪਾਉਂਦੇ ਹਾਂ। ਮੈਂ ਥੋੜ੍ਹੇ ਦਿਨ ਪਹਿਲਾਂ ਮੇਰੇ ਕੋਲ ਬੰਦੇ ਆਪਣੇ ਆਏ, ਮੈਂ ਸਮਝਾਇਆ, ਮੈਂ ਕਿਹਾ ਯਾਰ ਜਦੋਂ ਵੋਟ ਪਾਉਂਦੇ ਹੁੰਦੇ ਹੋ ਪਾਰਟੀ ਨਾ ਵੇਖਿਆ ਕਰੋ, ਬੰਦਾ ਵੇਖਿਆ ਕਰੋ, ਕਿਉਂਕਿ ਉਹਨੇ ਤੁਹਾਡੇ ਕੰਮ ਆਉਣਾ ਕੱਲ੍ਹ ਨੂੰ। ਉਹ ਕੀ ਕੈਰੈਕਟਰ ਦਾ ਹੈ, ਉਹ ਕੈਸਾ ਹੈ, ਉਸਦੀ ਸੋਚ ਕੀ ਹੈ। ਜੇ ਉਹ ਤੁਹਾਡੇ ਕੰਮ ਆਉਣ ਵਾਲਾ ਬੰਦਾ ਹੈ ਜਿਹੜਾ ਕਿ ਯਾਨੀ ਠੱਗੀ ਨਾ ਮਾਰੇਗਾ, ਤਾਂ ਦੈਨ ਹੀ ਇਜ਼ ਦੀ ਰਾਈਟ ਮੈਨ, ਇਰਰਿਸਪੈਕਟਿਵ ਕਿਹੜੀ ਪਾਰਟੀ ਦਾ ਹੋਵੇ। ਸਾਨੂੰ ਅਜੇ ਤੱਕ ਨਾ ਜਿਹੜੇ ਸਾਡਾ ਵੋਟਰ ਹੈ ਉਹ ਇੰਨਾ ਐਜੂਕੇਟਿਡ ਨਹੀਂ ਹੋਇਆ। ਡੈਮੋਕ੍ਰੇਸੀ ਇੰਡੀਆ ਦੀ ਸਟਰੋਂਗ ਹੈਗੀ, ਬਹੁਤ ਟਾਈਮ ਲੱਗਦਾ ਹੈ ਜੀ, ਬਹੁਤ ਟਾਈਮ ਲੱਗਦਾ ਹੈ ਡੈਮੋਕ੍ਰੇਸੀ ਨੂੰ ਸਹੀ ਸਮਝਣ ਵਾਸਤੇ। ਅਸੀਂ ਵਰਲਡ ਦੀ ਜਿਹੜੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਹੈ ਨਾ ਉਹ ਹੈ ਸਵਿਟਜ਼ਰਲੈਂਡ 'ਚ, ਉਹਨਾਂ ਨੂੰ 350-350 ਸਾਲ ਹੋ ਗਏ ਨੇ। ਉਹ ਤਾਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਕਿ ਨੈਸ਼ਨਲ ਇੰਪੋਰਟੈਂਸ ਦੀਆਂ ਨੇ ਉਹ ਵੀ ਰੈਫਰੈਂਡਮ ਕਰ ਦਿੰਦੀਆਂ ਨੇ, ਹਫ਼ਤੇ 10 ਦਿਨ ਦਿੰਦੀਆਂ ਨੇ ਜੀ, ਟੈਲੀਵਿਜ਼ਨ 'ਤੇ ਆਉਂਦੀ ਹੈ ਡਿਬੇਟ, ਜੋ ਵੀ ਹੈ ਜੋ ਵੀ ਉਹਨਾਂ ਗੱਲਾਂ, ਕੋਈ ਪੋਸਟਰ ਪੋਸਟਰ ਦਾ ਰੌਲਾ ਨਹੀਂ ਹੁੰਦਾ, ਕੋਈ ਛੁੱਟੀ ਨਹੀਂ ਦਿੰਦੇ, ਦਫ਼ਤਰੋਂ ਛੁੱਟੀ ਅੱਧੇ ਘੰਟੇ ਲੈ ਕੇ ਜਾ ਕੇ ਵੋਟ ਕਰਕੇ ਆ ਜਾਂਦੇ ਆ। ਮੇਜਰ ਇਸ਼ੂਜ਼ ਵਿਚ ਅਫੈਕਟ ਦੀ ਕੰਟਰੀ ਆਰ ਪੁੱਟ ਔਨ ਟੂ ਰੈਫਰੈਂਡਮ, ਦੈਟ ਇਜ਼ ਅ ਟਰੂ ਡੈਮੋਕ੍ਰੇਸੀ ਵੇਅਰ ਪੀਪਲ ਡਿਸਾਈਡ ਕਿ ਕੀ ਹੋਣਾ ਚਾਹੀਦਾ। ਸਾਡੇ ਤਾਂ ਉਹ ਸਿਸਟਮ ਹੈ ਹੀ ਨਹੀਂ, ਸਾਡੇ ਤਾਂ ਕਮਲੇ ਹੋ ਜਾਂਦੇ ਆ, ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਇਲੈਕਸ਼ਨਾਂ ਚੱਲਦੀਆਂ ਨੇ ਉਹਦੇ ਹਿਸਾਬ ਮੇਲੇ ਵਾਂਗ। ਹਾਂ, ਨੌਨਸੈਂਸ। ਤੁਹਾਡੇ ਜ਼ਿਹਨ ਦੇ ਵਿੱਚ ਕਦੇ ਪੰਜਾਬ ਦਾ ਨਕਸ਼ਾ ਬਣਦਾ, ਕਿਉਂਕਿ ਹੁਣ ਵਾਲੇ ਪੰਜਾਬ ਦਾ ਨਹੀਂ, ਵੀ ਸਿੱਖਾਂ ਦਾ ਜਿਹੜਾ ਪੰਜਾਬ ਸੀਗਾ ਜਾਂ ਸਾਂਝਾ ਪੰਜਾਬ ਸੀਗਾ, ਮਹਾਂ ਪੰਜਾਬ ਕਹਿ ਲਓ, ਹਿੰਦੂ ਵੀ ਸੀ ਮੁਸਲਮਾਨ ਵੀ ਸੀ ਉਹਦੇ 'ਚ, ਵੀ ਕਦੇ ਬਣਦਾ ਵੀ ਉਹ ਚੀਜ਼? ਦੇਖੋ, ਮੈਂ ਤੁਹਾਨੂੰ ਦੱਸ ਕੇ ਹਟਿਆ, ਮੇਰਾ ਜਨਮ ਲਾਇਲਪੁਰ ਦਾ ਹੈ, ਤਾਂ ਕਿਵੇਂ ਨਾ ਹੋਊਗਾ, ਕਿਵੇਂ ਨਾ ਹੋਊਗਾ। ਮੈਂ ਤੁਹਾਨੂੰ ਦੱਸ ਕੇ ਇਹ ਵੀ ਹਟਿਆ ਕਿ ਸਾਡੇ 10,000 ਏਕੜ ਉੱਥੇ ਜ਼ਮੀਨ ਸਿੰਧ 'ਚ ਰਹਿ ਗਈ, ਸਿੰਧ 'ਚ। ਹਾਂ, ਤਾਇਆ ਜੀ ਦੇ 2 ਬੱਚੇ ਅਤੇ ਮੇਰੇ ਫਾਦਰ ਦੇ 2, ਸਾਨੂੰ 4 ਨੂੰ ਲਾਇਲਪੁਰ ਦੇ ਵਿੱਚ ਜਿਹੜੀ ਸਾਡੀ 4 ਦੇ ਨਾਂ ਜ਼ਮੀਨ ਸੀ, ਸਾਨੂੰ ਉਸ ਇਵਜ਼ ਦੇ ਵਿੱਚ ਖਡੂਰ ਸਾਹਿਬ ਦੇ ਲਾਗੇ ਪਿੰਡ ਹੈ ਵੜਿੰਗ, ਅੱਛਾ, ਉਹ ਮੇਰੇ ਨਾਨਾ ਜੀ ਦਾ ਪਿੰਡ ਹੈ, ਉੱਥੇ ਇਵਜ਼ ਮੁਸਲਮਾਨ ਦੀ ਜ਼ਮੀਨ ਮਿਲ ਗਈ ਜੀ। ਜਦੋਂ ਤਾਇਆ ਜੀ ਨੂੰ ਪਤਾ ਲੱਗਿਆ, ਅੱਛਾ ਉੱਥੇ ਜਿਹੜੇ ਨੇ ਜ਼ਮੀਨ ਦੇ ਉੱਤੇ ਸਾਡੇ ਜਿਹੜੇ ਨਾਨਾ ਜੀ ਦੇ ਸ਼ਰੀਕੇ ਹੀ ਸਨ, ਉਹ ਕਾਬਜ਼ ਸੀਗੇ। ਜਦੋਂ ਮੇਰੇ ਤਾਇਆ ਜੀ ਨੂੰ ਪਤਾ ਲੱਗਿਆ ਕਿ ਸਰਦਾਰ ਸੰਪੂਰਨ ਸਿੰਘ ਦੇ ਪਿੰਡ ਦੇ 'ਚ ਜ਼ਮੀਨ ਮਿਲੀ ਹੈ,
ਅਸੀਂ ਕੋਈ ਵੀ ਇੱਕ ਦਿਨ ਦੇਖਣ ਨਹੀਂ ਗਏ ਜੀ ਆਪਣੀ ਜ਼ਮੀਨ ਨੂੰ। ਕਈ ਸਾਲ ਚੱਲਦੀ ਰਹੀ ਸਾਡੇ ਨਾਲ, ਹੁਣ ਪਤਾ ਨਹੀਂ ਹੈ ਕਿ ਨਹੀਂ ਹੈ, ਕੌਣ ਹੈ, ਦੇਖੇ ਨਹੀਂ, ਗਏ ਨਹੀਂ, ਉਸ ਪਾਸੇ ਮੂੰਹ ਨਹੀਂ ਕੀਤਾ। ਅੱਛਾ ਜੀ, ਸਾਡੀ ਫਿਤਰਤ ਐਸੀ ਹੈ। ਦੇਖੋ, ਦੋ ਸਿਆੜ ਜ਼ਮੀਨ ਦੇ ਨੇ, ਤੁਹਾਨੂੰ ਰੋਟੀਆਂ ਨਹੀਂ ਦੇਣੀਆਂ, ਤੁਹਾਨੂੰ ਪੜ੍ਹਾਈ ਨੇ ਦੇਣਾ, ਐਜੂਕੇਸ਼ਨ ਨੇ ਦੇਣਾ ਹੈ। ਤੁਹਾਡੀ ਐਜੂਕੇਸ਼ਨ ਉਸ ਵੇਲੇ IIT ਦੀ ਰਹੀ, ਅੱਜ ਲੋਕ IIT ਨੂੰ ਬਹੁਤ ਸਮਝਦੇ ਨੇ। ਉਦੋਂ ਇੱਕੋ IIT ਸੀ ਜੀ, ਬਾਕੀ ਮਗਰੋਂ ਬਣੀਆਂ ਨੇ ਜੀ, ਜਿਹੜੀ ਇੱਥੇ, ਉਹਦੇ ਬਾਅਦ ਮੇਰਾ ਖਿਆਲ ਹੈ ਪੂਨੇ ਬਣੀ ਸੀ। ਅੱਛਾ ਜੀ। ਫਿਰ ਮਦਰਾਸ, ਫਿਰ ਕਾਨਪੁਰ, ਫਿਰ ਦਿੱਲੀ। ਅਤੇ ਉਹ ਅਸਲੀ ਪੁਰਾਣਾ ਜੇਲ੍ਹ ਸੀ ਖੜਗਪੁਰ ਦੇ ਵਿੱਚ। ਅੱਛਾ। ਹੁਣ ਜੇਲ੍ਹ ਦੀ ਬਿਲਡਿੰਗ ਹੈ ਉਹ। ਕਿਆ ਬਾਤ। ਅਤੇ ਉਹਦੇ ਵਿੱਚ ਹੀ, ਅਤੇ ਨਾਲੇ ਆਲੇ ਦੁਆਲੇ ਜਿਹੜੀ ਲੈਂਡ ਹੈ ਉਹ ਸਾਰੀ ਸੈਕਿੰਡ ਵਰਲਡ ਵਾਰ ਵੇਲੇ ਹਵਾਈ ਅੱਡਾ ਸੀ ਅਮਰੀਕਨ ਦਾ, ਉਹ ਬਰਮਾ ਫਲਾਈ ਕਰਕੇ ਲਿਜਾਂਦੇ ਸਨ ਸਾਰੇ। ਉਹ ਏਰੀਏ ਦੇ ਵਿੱਚ ਹੀ ਉਹਨਾਂ ਨੇ IIT ਬਣਾਈ ਸੀ। ਉੱਥੇ ਜਾਣ ਦਾ ਕਿਵੇਂ ਤੁਹਾਡਾ ਰੁਝਾਨ ਬਣਿਆ ਹੈਗਾ? ਤੁਸੀਂ ਪਾਣੀ ਲੈ ਲਓ। ਨਹੀਂ, ਮੇਰਾ ਉਹ ਮੈਂ ਤੁਹਾਡੀ ਸਕੂਲਿੰਗ ਅਤੇ ਕਾਲਜ ਤੁਹਾਡਾ ਕਿੱਥੇ ਦਾ ਸੀ? ਮੈਂ ਬਿਸ਼ਪ ਕਾਟਨ ਸਕੂਲ ਪੜ੍ਹਿਆ, ਮੈਂ ਸੀਨੀਅਰ ਕੈਮਬ੍ਰਿਜ ਕੀਤੀ ਹੈ ਸਿਮਲੇ। ਅੱਛਾ ਜੀ। ਅਤੇ ਉਹਦੇ ਬਾਅਦ ਮੇਰੀ ਉਮਰ ਬੜੀ ਛੋਟੀ ਸੀ, 15 ਸਾਲ ਦਾ ਸੀ ਜਦੋਂ ਮੈਂ ਕੀਤੀ ਹੈ। ਸੋ ਮੇਰੇ ਫਾਦਰ ਨੇ ਸੋਚਿਆ ਕਿ ਇੰਨੀ ਜਲਦੀ ਇਹਨੂੰ ਕਾਲਜ ਨਾ ਭੇਜੀਏ, ਉਹ ਮੇਰੇ ਮਰਜ਼ੀ ਦੇ ਖਿਲਾਫ਼ ਸੀ, ਪਰ ਮੈਨੂੰ ਜਕੜਤਾ ਅਗਲਿਆਂ ਨੇ, ਮੈਨੂੰ ਸਿੰਧੀਆ ਸਕੂਲ ਭੇਜਤਾ IIC ਕਰਨ। ਅਤੇ IIC ਨੋਰਮਲੀ ਤੁਸੀਂ 1 ਸਾਲ 'ਚ ਕਰ ਸਕਦੇ ਹੋ ਸੀਨੀਅਰ ਕੈਮਬ੍ਰਿਜ ਦੇ ਬਾਅਦ। ਅੱਛਾ ਜੀ। ਉਹਨਾਂ ਨੇ ਪ੍ਰਿੰਸੀਪਲ ਨੂੰ ਕਹਿਤਾ ਸੀ ਕਿ ਨਹੀਂ, ਇਹਨੂੰ 2 ਸਾਲ ਰੱਖੀ। ਅਤੇ ਮੈਂ ਲੜ ਪਿਆ ਜਾ ਕੇ ਪ੍ਰਿੰਸੀਪਲ ਨਾਲ, ਸ਼ੁਕਲਾ ਹੁੰਦਾ ਸੀ ਮੋਟਾ ਜਿਹਾ, ਅਤੇ ਮੇਰੇ ਨਾਲ ਮੇਰੇ ਮਾਮਾ ਜੀ ਗਏ ਸਨ ਗਵਾਲੀਅਰ ਜੀ, ਗਵਾਲੀਅਰ ਸਿੰਧੀਆ ਸਕੂਲ ਛੱਡਣ। ਅਤੇ ਮੈਂ ਕਿਹਾ ਜੀ ਮੈਂ ਨਹੀਂ ਉਰੇ ਪੜ੍ਹਨਾ, ਇਹ ਤਾਂ ਠੱਗੀ ਮਾਰਦੇ ਮੇਰੇ ਨਾਲ। ਤਾਂ ਫਿਰ ਮੈਨੂੰ ਮਾਮਾ ਜੀ ਨੇ ਸਮਝਾਇਆ ਕਿ ਤੇਰੇ ਫਾਦਰ ਨੇ ਕਿਹਾ ਹੋਇਆ, ਤੂੰ ਇਹਦੇ ਗੱਲ ਨਾ ਪਿਆ, ਇਹਦਾ ਕੋਈ ਕਸੂਰ ਨਹੀਂ ਹੈ, ਉਹ ਸੋਚਦੇ ਹੈ ਕਿ ਤੇਰੀ ਉਮਰ ਘੱਟ ਹੈ। ਸੋ ਫਿਰ ਮੈਂ 2 ਸਾਲ ਉੱਥੇ ਲਾਏ, ਮੈਂ ਸਾਇੰਸ ਇੰਟਰਸ IIC ਕੀਤੀ। ਉਹਦੇ ਬਾਅਦ ਫਿਰ ਮੈਂ ਆਪ ਹੀ ਅਪਲਾਈ ਕਰਤਾ ਖੜਗਪੁਰ ਦਾ, ਮੈਨੂੰ ਪਤਾ ਲੱਗਿਆ ਸੀ ਉੱਥੇ ਕਿਹਾ ਹੈ, ਉੱਥੇ ਸਾਡੇ ਖੜਗਪੁਰ ਸਾਡੇ ਜਮਸ਼ੇਦਪੁਰ ਦੇ ਔਰ ਕਲਕੱਤੇ ਦੇ ਗੱਬੇ ਹੈ, ਅਤੇ ਉਹ ਟ੍ਰੇਨ ਦੇ ਉੱਤੇ ਜਾਓ ਅਤੇ ਗੱਬੇ ਪੈਂਦਾ ਬਿਲਕੁਲ। ਅਤੇ ਇੰਜੀਨੀਅਰਿੰਗ ਵਾਲੇ ਪਾਸੇ ਹੀ ਕਿਉਂ? ਸਾਡੇ ਆਪਣੇ ਫੈਕਟਰੀਆਂ ਸਨ, ਮੈਂ ਤਾਂ ਛੋਟਾ ਹੁੰਦਾ ਹੋਇਆ, ਸਾਡਾ ਘਰ ਉੱਥੇ ਫੈਕਟਰੀ ਬਿਲਕੁਲ ਸੜਕ ਟੱਪ ਕੇ ਸੀ, ਮੈਂ ਤਾਂ ਅੰਦਰ ਬਾਹਰ ਰਹਿੰਦਾ ਹੁੰਦਾ ਸੀ ਹਮੇਸ਼ਾ। ਮੈਨੂੰ ਸਮਝ ਸੀ ਕਿ ਬਈ ਕੀ ਕਿਵੇਂ ਹੁੰਦਾ ਹੈ ਕਾਰਖਾਨਿਆਂ ਦੇ ਵਿੱਚ, ਲੇਥ ਮਸ਼ੀਨ ਕੀ ਹੁੰਦੀ ਹੈ, ਅਤੇ ਸ਼ੇਪਰ ਮਸ਼ੀਨ ਕੀ ਹੁੰਦੀ ਹੈ, ਅਤੇ ਲੋਹਾ ਬਣਦਾ ਕਿਵੇਂ ਹੈ। ਇੱਕ ਆਮ ਸਵਾਲ ਪੁੱਛਿਆ ਜਾਂਦਾ ਹੈ ਕਿ ਲੋਹਾ ਬਣਾਉਣ ਵਾਸਤੇ, ਉਹ ਪਤਾ ਹੈ ਕਿ ਫਰਨਸ ਹੈ ਵੱਡੀ, ਉਹਨੂੰ ਬਲਾਸਟ ਫਰਨਸ ਕਹਿੰਦੇ ਹੈ, ਉਹਦੇ 'ਚ ਕੀ ਕੁਛ ਪੈਂਦਾ ਹੈ ਲੋਹਾ ਬਣਾਉਣ ਵਾਸਤੇ? ਅਗਲਾ ਕਹਿੰਦਾ ਜੀ ਆਇਰਨ ਔਰ ਪੈਂਦਾ, ਠੀਕ ਹੈ, ਹੋਰ ਕੀ ਪੈਂਦਾ ਜੀ? ਕੋਲਾ ਪੈਂਦਾ, ਕੋਲਾ ਨਹੀਂ ਹੁੰਦਾ, ਕੋਕ ਪੈਂਦਾ ਐਕਚੁਅਲੀ, ਠੀਕ ਹੈ, ਕਿਉਂਕਿ ਕੋਕ ਬਣਾਉਣਾ ਪੈਂਦਾ, ਉਹਦੇ ਬਾਅਦ ਉਹ ਪ੍ਰੋਸੈਸ ਹੈ, ਮਹਿੰਗਾ ਹੈ ਜੀ, ਉਹ ਹਾਰਡ ਕਰਨਾ ਪੈਂਦਾ, ਨਹੀਂ ਕੋਲਾ ਦੱਬ ਜੇ, ਤਾਂ ਕੋਕ ਪੈਂਦਾ, ਚਲੋ ਕੋਕ ਪੈਂਦਾ, ਹੋਰ ਕੀ ਪੈਂਦਾ? ਫਿਰ ਜਿਹਨੂੰ ਬਹੁਤਾ ਪਤਾ ਉਹ ਕਹਿ ਦਿੰਦਾ ਜੀ ਲਾਈਮਸਟੋਨ ਪੈਂਦਾ। ਅਤੇ ਲਾਈਮਸਟੋਨ ਅਸਲ ਵਿੱਚ ਪੈਂਦਾ ਇਸ ਲਈ ਹੈ ਕਿ ਜਿਹੜਾ ਗੰਦ ਮੰਦ ਹੈ, ਰੇਤਾ ਹੈ, ਹੋਰ ਹੈ, ਉਹਨੂੰ ਉਹਦਾ ਸਲੈਗ ਬਣਾ ਕੇ ਉਹਨੂੰ ਅੱਡ ਕਰ ਲਈਏ, ਅਤੇ ਹੋਰ ਕੀ ਪੈਂਦਾ? ਇੱਥੇ ਬੰਦੇ ਫਸ ਜਾਂਦੇ ਆ। ਬਹੁਤ ਵੱਡਾ ਰੋਲ ਲੋਹੇ ਬਣਾਉਣ ਵਿੱਚ ਹਵਾ ਦਾ ਹੈ। ਅੱਛਾ ਜੀ। ਹਾਂ, ਯੂ ਹੈਵ ਟੂ ਬਲਾਸਟ, ਕਿਉਂਕਿ ਆਕਸੀਜਨ ਨਹੀਂ ਹੋਏਗਾ ਤਾਂ ਕੀ ਉਹਦੀ ਰਿਡਕਸ਼ਨ ਕਿਵੇਂ ਹੋਣੀ ਹੈ? ਯੂ ਹੈਵ ਟੂ ਟੇਕ ਆਊਟ ਦੀ FeO ਹੁੰਦਾ ਹੈ,
ਐਫ ਈ ਓ ਤੋਂ ਉਹ ਕੱਢਣਾ ਜ਼ਰੂਰੀ ਹੁੰਦਾ ਕੋਕ ਦੇ ਰਾਹੀਂ, ਅਤੇ ਉਹ ਜੇ ਆਕਸੀਜਨ ਨਹੀਂ ਹੋਏਗਾ ਤਾਂ ਉਹਨੇ ਜਲਣਾ ਹੀ ਨਹੀਂ। ਸੋ ਵੈਰੀ ਬਿਗ ਇਨਗਰੀਡੀਐਂਟ ਇਜ਼ ਏਅਰ। ਸੋ ਉਹ ਲੋਕ ਭੁੱਲ ਜਾਂਦੇ ਨੇ ਹੁਣ ਸਾਡੇ ਵਰਗਿਆਂ ਨੂੰ, ਜਿਹੜੇ ਜਿਹਨਾਂ ਜਿਹੜੇ ਉੱਥੇ ਰਹਿੰਦੇ ਆ ਰੋਜ਼ ਇੰਜੀਨੀਅਰਾਂ ਦੀ ਗੱਲਾਂ ਸੁਣਦੇ ਆ ਕਰਦੇ ਆ, ਸਾਨੂੰ ਪਤਾ ਸੀ ਜੀ। ਸੋ ਮੇਰੀ ਜਦੋਂ ਇੰਟਰਵਿਊ ਹੋਈ ਅਤੇ ਉਹਨਾਂ ਦਾ ਕੋਈ ਸਵਾਲ ਨਹੀਂ ਸੀ ਜਿਹੜਾ ਮੈਨੂੰ ਪਤਾ ਨਹੀਂ ਸੀ। ਆਈ ਕੁਡ ਆਂਸਰ ਐਵਰੀ ਕੁਐਸਚਨ ਦੈਟ ਦੇ ਆਸਕ। ਅੱਛਾ, ਤੁਹਾਡਾ ਬਚਪਨ 'ਚ ਸੁਭਾਅ ਕਿਵੇਂ ਦਾ ਸੀਗਾ, ਜਵਾਨੀ ਵੇਲੇ ਵੀ ਐਗਰੈਸਿਵ ਸੀਗੇ ਜਾਂ ਥੋੜ੍ਹਾ ਰਿਜ਼ਰਵ ਨੇਚਰ ਸੀਗਾ, ਕਿੱਦਾਂ ਦਾ ਸੁਭਾਅ ਸੀ ਤੁਹਾਡਾ? ਮੈਂ ਯਾਨੀ ਕਿਉਂਕਿ ਮੈਂ ਆਪਣੀ ਉਮਰ ਤੋਂ ਕਲਾਸਿਸ ਦੇ ਵਿੱਚ ਬਾਕੀਆਂ ਨਾਲੋਂ ਛੋਟਾ ਸੀ, ਮੇਰਾ ਹਮੇਸ਼ਾ ਕਿਸੇ ਨਾ ਕਿਸੇ ਨਾਲ ਪੰਗਾ ਹੁੰਦਾ ਸੀ। ਅੱਛਾ। ਹਾਂ, ਜ਼ਰੂਰ ਝਗੜਾ ਹੋ ਜਾਣਾ ਕਿਸੇ ਨਾ ਕਿਸੇ 'ਤੇ, ਮੈਂ ਭਾਵੇਂ ਮੈਨੂੰ ਕੁੱਟ ਪੈਂਦੀ ਸੀ ਭਾਵੇਂ ਨਹੀਂ ਪੈਂਦੀ ਸੀ, ਮੈਂ ਝਗੜਾ ਜ਼ਰੂਰ ਕਰ ਲੈਂਦਾ। ਅੱਛਾ। ਅਤੇ ਸਿੰਧੀਆ ਸਕੂਲ 'ਚ ਤਾਂ ਫਿਰ ਮੈਂ ਪ੍ਰੀਫੈਕਟ ਸੀ, ਕਿਉਂਕਿ ਆਪਣੀ ਉਮਰ 'ਚ ਆ ਗਿਆ ਫਿਰ ਪ੍ਰੀਫੈਕਟ ਬਣ ਗਏ ਜੀ। ਅਤੇ ਉੱਥੇ ਰਾਈਡਿੰਗ ਸੀ ਅਤੇ ਮੈਂ ਰਾਈਡਿੰਗ 'ਚ ਮੈਨੂੰ ਸ਼ੌਕ ਸੀ ਅਤੇ ਮੈਂ ਰਾਈਡਿੰਗ ਕੈਪਟਨ ਬਣ ਗਿਆ। ਅੱਛਾ। ਅਤੇ ਖੇਡਣ ਵਿੱਚ ਵੀ ਮੈਨੂੰ ਸ਼ੌਕ ਸੀ ਅਤੇ ਫੁੱਟਬਾਲ ਹਾਕੀ ਦੇ ਵੀ ਖੇਡਦੇ ਖੁੱਲਦੇ ਰਹੇ। ਉੱਥੇ ਖੜਗਪੁਰ ਜਾ ਕੇ ਉੱਥੇ ਜਿਹੜਾ ਮਕੈਨੀਕਲ ਇੰਜੀਨੀਅਰਿੰਗ ਸੁਸਾਇਟੀ ਹੈ ਉਹਦਾ ਮੈਂ ਪ੍ਰਧਾਨ ਬਣ ਗਿਆ। ਅੱਛਾ ਜੀ। ਅਤੇ ਆਪਣੇ ਹਾਊਸ ਦਾ ਜਿੱਥੇ ਸਾਡੀ ਅਲੱਗ ਅਲੱਗ ਹਾਊਸਿਸ ਜਿੱਥੇ ਅਸੀਂ ਰਿਹਾਇਸ਼ ਕਰਦੇ ਸਾਂ ਜੀ, ਮੈਂ ਉਹਨਾਂ ਦਾ ਜਨਰਲ ਸੈਕਟਰੀ ਬਣ ਗਿਆ। ਸੋ ਪੋਲੀਟੀਕਲ ਕਹਿ ਲਓ ਕੁਛ ਕਹਿ ਲਓ, ਬਟ ਸਰਦਾਰੀ ਦਾ ਸ਼ੌਕ ਸੀ, ਇੱਕ ਸ਼ੁਰੂਆਤ ਹੋ ਗਈ। ਹਾਂ, ਸਰਦਾਰੀ ਦਾ ਸ਼ੌਕ ਸੀ। ਜਨਰਲ ਸੈਕਟਰੀ ਬਣਨ ਵੇਲੇ ਜਿਹੜੇ ਮੇਥੋਂ ਸੀਨੀਅਰ ਸੀ ਫੋਰਸ ਈਅਰ ਵਾਲੇ, ਉਹ ਮੇਰੇ ਮੁਕਾਬਲੇ ਦੇ ਸਨ, ਬਟ ਮੈਂ ਉਹਨਾਂ ਨੂੰ ਹਰਾ ਲਿਆ। ਅੱਛਾ, ਇੱਕ ਹਮੇਸ਼ਾ ਨੌਜਵਾਨੀ ਦੇ ਵਿੱਚ ਇੱਕ ਆਈਡਲ ਜ਼ਰੂਰ ਰਹਿੰਦਾ ਹੈ, ਤੁਹਾਡਾ ਆਈਡਲ ਕੌਣ ਸੀਗਾ? ਮੇਰਾ ਆਪਣਾ ਟੱਬਰ ਹੀ ਸੀ। ਮੈਂ ਬਾਬਾ ਹਿਸਟੋਰੀਕਲ ਫਿਗਰ, ਬਾਬਾ ਜੀ ਦੇ ਬੜੇ ਨੇੜੇ ਸੀ, ਨਾਨਾ ਜੀ ਦੇ, ਤਾਇਆ ਜੀ ਦੇ, ਮਾਸਟਰ ਜੀ ਨੂੰ ਵੀ ਕਈ ਵਾਰੀ ਘਰ ਉਹਨਾਂ ਦੇ ਦਰਸ਼ਨ ਹੋਏ ਸਨ। ਮੈਂ ਗੁਰੂ ਗੋਬਿੰਦ ਸਿੰਘ ਨਾਲ ਬੜਾ ਮੈਂ ਉਹਨਾਂ ਨਾਲ ਕਿਨਸ਼ਿਪ ਮਿਲਾਉਣਾ। ਮੈਂ ਮਹਿਸੂਸ ਕਰਦਾ ਕਿ ਉਹਨਾਂ ਦੀ ਬੜੀ ਰਿਮਾਰਕੇਬਲ ਯਾਨੀ ਕਸ਼ਿਸ਼ ਸੀ। ਤੁਸੀਂ ਦੇਖੋ, ਪਤਾ ਨਹੀਂ ਤੁਸੀਂ ਤੁਹਾਡਾ ਪਿੰਡ ਕਿੱਥੇ ਹੈ? ਮੇਰਾ ਪਟਿਆਲਾ ਹੀ ਹੈ ਜੀ ਸ਼ਹਿਰ, ਅਸੀਂ ਪਿਛੜੋ ਪਿਛੋਕੜ ਸਾਡਾ ਮਰਦਾਨ ਦਾ, ਹੋਤੀ ਮਰਦਾਨ ਦਾ। ਤੁਸੀਂ ਇੱਥੇ ਮੁਮਤਾਜ਼ਗੜ੍ਹ ਗਏ ਨਹੀਂ? ਸਾਡਾ ਪਿੰਡ ਹੈ ਇੱਥੇ ਨੇੜੇ। ਉਹ ਬੀਬੀ ਮੁਮਤਾਜ਼ ਇੱਕ ਮੁਸਲਮਾਨ ਉੱਥੇ ਸਾਡੇ ਰੋਪੜ ਜਿਹੜਾ ਹੈ ਨਾ ਗੁਰਦੁਆਰਾ ਜੀ ਜੀ, ਉਹ ਪਿੰਡ ਹੈ ਕੋਟਲਾ ਨਿਹੰਗ ਜੀ, ਅਤੇ ਉਹਦਾ ਜਿਹੜਾ ਮੁਖੀ ਸੀ ਉਹ ਨਿਹੰਗ ਖਾਨ ਸੀਗਾ ਉੱਥੋਂ ਦਾ। ਅਜੇ ਠਹਿਰ ਜਾਓ ਬੇਟੇ। ਅਤੇ ਉਹ ਨਿਹੰਗ ਖਾਨ ਦੀ ਕੁੜੀ ਸੀ ਮੁਮਤਾਜ਼, ਅਤੇ ਗੁਰੂ ਸਾਹਿਬ ਉਦੋਂ ਜਦੋਂ ਸਰਹੰਦ ਛੱਡ ਕੇ ਆਏ ਹੈ ਅਤੇ ਉਹਨਾਂ ਦਾ ਇੱਕ ਬਹੁਤ ਅਜ਼ੀਜ਼ ਸਿੰਘ ਸੀ ਬਚਿੱਤਰ ਸਿੰਘ, ਜਿਹਨੇ ਕਿ ਉਹ ਕਮਲੇ ਹਾਥੀ ਨੂੰ ਮਾਰਿਆ ਸੀ ਜੀ, ਉਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਨਾਲ ਸੀ, ਅਤੇ ਉਹ ਲੜਾਈ ਦੇ ਵਿੱਚ ਉਹ ਕਿਤੇ ਜ਼ਖਮੀ ਹੋ ਗਿਆ। ਮਾਤਾ ਜੀ ਉਹਨਾਂ ਤਾਂ ਗੰਗੂ ਲੈ ਕੇ ਚਲੇ ਗਿਆ। ਇਹਨੂੰ ਫਿਰ ਗੁਰੂ ਸਾਹਿਬ ਮਿਲੇ ਇਹਨੂੰ, ਰੋਪੜ ਤੋਂ ਨੇੜੇ ਹੀ ਮਲਕਪੁਰ ਪਿੰਡ ਹੈ ਉੱਥੇ ਉਹਦੇ ਜੰਗਲ ਦੇ ਵਿੱਚ, ਉਹਨੂੰ ਚੱਕ ਕੇ ਫਿਰ ਨਿਹੰਗ ਖਾਨ ਕੋਲ ਲਿਆਏ। ਉਹਨੂੰ ਕਹਿਣ ਲੱਗੇ ਜੀ ਇਹਦੀ ਮਲਮ ਪੱਟੀ ਕਰੋ, ਅਤੇ ਉਹ ਕਹਿੰਦਾ ਠੀਕ ਹੈ। ਅਤੇ ਨਾਲੇ ਮਗਰ ਫੌਜ ਸੀਗੀ ਮੁਗਲਾਈ, ਅਤੇ ਉਹਨੇ ਆਪਣੇ ਕੁੜੀ ਦੇ ਕਮਰੇ 'ਚ ਉਹਨੂੰ ਕਰਕੇ ਤਾਲਾ ਲਾ ਤਾ। ਅਤੇ ਉਹ ਜਦੋਂ ਆਏ ਦੇਖਣ ਅਤੇ ਕਹਿਣ ਕਿ ਇਹ ਕਮਰਾ, ਉਹ ਕਹਿੰਦੇ ਜੀ ਮੇਰਾ ਜਵਾਈ ਆਇਆ ਥੱਕਿਆ ਟੁੱਟਾ, ਮੇਰੀ ਲੜਕੀ ਹੈ ਅਤੇ ਉਹ ਉਹਨਾਂ ਨੂੰ ਡਿਸਟਰਬ ਨਾ ਕਰੋ। ਉਹਨੇ ਨਹੀਂ ਕੀਤਾ, ਬਚ ਗਿਆ। ਉਹਦੇ ਬਾਅਦ ਕਹਿੰਦੇ ਆ ਕਿ ਉਹਦੀ ਮਲਮ ਪੱਟੀ ਕਰਕੇ ਉਹ ਫਿਰ ਚਮਕੌਰ ਜਾਂਦਾ ਹੈ, ਅਤੇ ਚਮਕੌਰ ਉਹਨੇ ਸ਼ਹਾਦਤ ਪਾ ਲਈ ਸੀ।
ਬੀਬੀ ਮੁਮਤਾਜ਼ ਨੇ ਆਪਣੀ ਸ਼ਾਦੀ ਗਾਂ ਨਹੀਂ ਕੀਤੀ। ਸ਼ੀ ਵਾਜ਼ ਵੈਰੀ ਅਟਰੈਕਟਿਵ ਲੇਡੀ, ਬਿਲਕੁਲ ਨਹੀਂ ਵਿਆਹ ਕੀਤਾ। ਉਹ ਗੁਰੂ ਗੋਬਿੰਦ ਸਿੰਘ ਦੇ ਗਾਣੇ ਗਾਉਂਦੀ ਸੀ। ਕਿਆ ਬਾਤ! ਐਂਡ ਉਹ ਉੱਥੋਂ ਨਾ ਇੱਕ ਤੁਸੀਂ ਦੇਖਿਆ ਹੋਣਾ, ਇੱਕ ਗੇਟ ਜਿਹਾ ਬਣਿਆ ਰੋਪੜ ਤੋਂ ਪਹਿਲਾਂ ਹੀ, ਬਦਖਲ ਭੱਠਲ ਭਟਕਲ ਯੂਨੀਵਰਸਿਟੀ ਕੋਈ ਇੰਜੀਨੀਅਰਿੰਗ ਕਾਲਜ ਹੈ ਜੀ, ਅਤੇ ਉਹ ਹੈ ਪੁਰਖਾਲੀ ਸ਼ਹਿਰ ਹੈ ਛੋਟਾ ਜਿਹਾ ਉੱਤੇ ਪਹਾੜ ਵੱਲ ਨੂੰ, ਅਤੇ ਉੱਥੋਂ ਅੱਗੇ ਇੱਕ ਪਿੰਡ ਹੈ ਮੁਮਤਾਜ਼ਗੜ੍ਹ, ਉੱਥੇ ਇੱਕ ਟਿੱਬੀ ਹੈ, ਉਹ ਟਿੱਬੀ ਦੇ ਉੱਤੇ ਦੋ ਕਮਰੇ ਉਹਦੇ ਪਿਓ ਨੇ ਪਵਾਤੇ। ਉਹ ਸਾਰੀ ਉਮਰ ਉਹ ਕੁੜੀ ਉੱਥੇ ਰਹੀ, ਉਹ ਉੱਥੇ ਕਹਿਣ ਵਾਲੇ ਤਾਂ ਕਹਿੰਦੇ 110 ਸਾਲ ਦੀ ਹੋਈ, ਪਰ ਮੈਂ 80-90 ਸਾਲ ਦੀ ਹੋਣੀ ਆ, ਉਹ ਕਿਹੜਾ ਉਹਨਾਂ ਦਿਨਾਂ 'ਚ ਉਹ ਇੱਦਾਂ ਯਾਦ ਰੱਖਦੇ ਸੀ ਜੀ। ਅਤੇ ਬੁੜੀ ਹੋ ਕੇ ਮਰੀ ਹੈ ਉੱਥੇ, ਅਤੇ ਸਾਰੀ ਉਮਰ ਉਹ ਗੁਰੂ ਦੇ ਗਾਣ ਗਾਉਂਦੀ ਰਹੀ ਹੈ। ਇਹੋ ਜਿਹੀ ਅਮੇਜ਼ਿੰਗ ਅਮੇਜ਼ਿੰਗ ਪਰਸਨੈਲਿਟੀ ਗੁਰੂ ਦੀ ਸੀ, ਤੁਸੀਂ ਦੇਖੋ ਜਿਹੜੇ ਉਹਨਾਂ ਨੂੰ। ਅੱਛਾ, ਦੂਏ ਪਾਸੇ ਤੁਸੀਂ ਪੀਰ ਬੁੱਧੂ ਸ਼ਾਹ ਨੂੰ ਦੇਖੋ, ਬਿਲਕੁਲ ਉਹਦਾ ਪਰਿਵਾਰ ਦੇਖੋ, ਉਹਦੀ ਫੈਮਿਲੀ ਦੇਖੋ, ਉਹਦੀ ਵਾਈਫ ਦੇਖੋ ਕੀ ਕਹਿੰਦੀ ਹੈ ਜਦੋਂ ਮੁੰਡੇ ਸ਼ਹੀਦ ਹੁੰਦੇ ਨੇ, ਕਿ ਜੇ ਜਿਹੜਾ ਰਹਿ ਗਿਆ ਇਹ ਵੀ ਜੇ ਹੁੰਦਾ ਤਾਂ ਇਹ ਵੀ ਜਾ ਕੇ ਉੱਥੇ ਸਵਰਗਾਂ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਹੁੰਦਾ। ਇਹ ਨਹੀਂ ਕਹਿੰਦੀ ਕਿ ਕਿਉਂ ਕੀਤਾ ਉਹਨੂੰ ਗੁਰੂ ਨੇ ਮਰਵਾਤੇ ਬੰਦੇ। ਲੁੱਕ ਐਟ ਦੀ ਪਰਸਨੈਲਿਟੀ ਆਫ ਦਾ ਮੈਨ ਜੀ, ਹਾਂਜੀ। ਔਰ ਉਹਦੀ ਦੂਰ ਅੰਦੇਸ਼ੀ ਦੇਖੋ, ਉਹਨੇ ਅਹਿਸਾਸ ਕਰ ਲਿਆ ਕਿ ਜਿਹੜਾ ਪਿਤਾ ਪੁਰਖੀ ਜਿਹੜਾ ਇਹ ਹੁਣ ਹੋ ਗਿਆ ਹੈ ਗੁਰੂਡਮ, ਇਹ ਨਹੀਂ ਹੋਣਾ ਚਾਹੀਦਾ। ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਸਥਾਪਿਤ ਕਰਤਾ, ਔਰ ਉਹਨੇ ਦੂਜੇ ਪਾਸੇ ਇਹ ਫੈਸਲਾ ਕਰਤਾ ਕਿ ਜੇ ਕੋਈ ਮਜ਼ਹਬੀ ਤੌਰ 'ਤੇ ਫੈਸਲਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਹੈ, ਜੇ ਤੁਹਾਨੂੰ ਦੁਨਿਆਵੀ ਗੱਲਾਂ ਦੀ ਲੋੜ ਹੈ ਤਾਂ ਪੰਜ ਪਿਆਰੇ ਨੇ, ਅਤੇ ਉਹ ਪੰਜ ਪਿਆਰਿਆਂ ਦੀ ਪ੍ਰਥਾ ਸ਼ੁਰੂ ਕਰ ਦਿੱਤੀ ਅਤੇ ਤੁਹਾਨੂੰ ਯੂਨੀਫਾਰਮ ਦੇ ਦਿੱਤੀ ਕਿ ਤੁਸੀਂ ਜੇ 1000 ਬੰਦਾ ਵੀ ਹੋਏਗਾ ਤਾਂ ਮੇਰਾ ਸਿੱਖ ਪਛਾਣਿਆ ਜਾਊਗਾ ਜੀ। ਇਹ ਨਹੀਂ, ਉਹ ਲੁੱਕ ਕੇ ਨਹੀਂ ਰਹਿ ਸਕੂਗਾ ਫਿਰ। ਇਹ ਉਹਨਾਂ ਦੀ ਸੋਚ ਦੇ ਤਹਿਤ ਹੋਇਆ। ਹਿਸਟੋਰੀਕਲੀ ਜਿਹੜਾ ਸੱਚਾਈ ਹੈ ਉਹ ਤਾਂ ਇਹ ਹੈ ਕਿ ਜਦੋਂ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ ਬਹਾਦਰ ਚੜ੍ਹਾਈ ਕਰ ਗਏ, ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਉਹਨਾਂ ਨੇ ਪੁੱਛਿਆ ਕਿ ਗੁਰੂ ਨਾਨਕ ਦੇਵ ਦੇ ਵਡਾਰੂ ਕੌਣ ਹੈ ਅੱਜ ਕੱਲ੍ਹ ਮੁਖੀ ਉਹਨਾਂ ਦੇ ਟੱਬਰ ਦਾ। ਅਤੇ ਉਹ ਡੇਰਾ ਬਾਬਾ ਨਾਨਕ 'ਚ ਨਾ ਬਹੁਤ ਸਾਰੇ ਬੇਦੀ ਆਪਣੇ ਆਪ ਨੂੰ ਹੀ ਕਹਿੰਦੇ ਸੀ ਅਸੀਂ ਹਾਂ ਅਸਲੀ, ਪਰ ਉਹਨਾਂ ਦੇ ਬੰਦੇ ਜਿਹੜੇ ਗਏ ਉਹਨਾਂ ਨੇ ਸ਼ਨਾਖਤ ਕਰਕੇ ਉੱਥੋਂ ਇੱਕ ਬਜ਼ੁਰਗ ਸੀ ਬਾਬਾ ਕਲਾਧਾਰੀ ਉਹਨਾਂ ਦਾ ਨਾਂ ਸੀ, ਉਹਨਾਂ ਨੂੰ ਉਹਨਾਂ ਨੇ ਸ਼ਨਾਖਤ ਕਰਕੇ ਉਹਨਾਂ ਨੂੰ ਆਖਿਆ, ਉਹ ਆਪਣਾ ਸਮਾਨ ਲੈ ਕੇ ਆ ਗਏ। ਉਹਨੇ ਆ ਕੇ ਉਹਨਾਂ ਨੇ ਆਪਣਾ ਤੰਬੂ ਲਾ ਲਿਆ ਅਤੇ ਆਪ ਹਾਜ਼ਰ ਹੋ ਗਏ ਗੁਰੂ ਸਾਹਿਬ ਕੋਲ ਕਿ ਜੀ ਤੁਸੀਂ ਯਾਦ ਕੀਤਾ ਜੀ। ਅਤੇ ਉਹ ਬੜੇ ਖੁਸ਼ ਹੋਏ ਗੁਰੂ ਸਾਹਿਬ, ਅਤੇ ਥੋੜ੍ਹੇ ਜਿਹੇ ਕਹਿੰਦੇ ਬਾਕੀ ਤੁਹਾਨੂੰ ਇਕੱਲੇ ਆਏ ਹੋ ਤੁਸੀਂ, ਬਾਕੀ ਕਿੱਥੇ? ਕਹਿੰਦੇ ਜੀ ਮੈਂ ਤਾਂ, ਮੇਰੇ ਲਈ ਤਾਂ ਇਸ ਨਗਰੀ ਅਨੰਦਪੁਰ ਨਗਰੀ ਦਾ ਕੁੱਤਾ ਵੀ ਬਹੁਤ ਉੱਚਾ ਹੈ, ਮੇਰੇ ਮੂੰਹ ਤੋਂ ਕੋਈ ਗੱਲ ਮਾੜੀ ਨਾ ਨਿਕਲ ਜਾਵੇ, ਮੈਂ ਤਾਂ ਉਹਨੇ ਇਸ ਕਰਕੇ ਡੇਰਾ ਲਾਇਆ ਹੈ ਅਤੇ ਮੈਨੂੰ ਜਦੋਂ ਯਾਦ ਕਰੋਗੇ ਮੈਂ ਹਾਜ਼ਰ ਹੋ ਜਾਇਆ ਕਰਾਂਗੇ। ਤਾਂ ਕਹਿੰਦੇ ਹੈ ਕਿ ਗੁਰੂ ਸਾਹਿਬ ਨੇ ਜਦੋਂ ਵੀ ਉਹਨਾਂ ਨੂੰ ਮਿਲਣਾ ਤਾਂ ਸੁਨੇਹਾ ਘੱਲ ਦਿੰਦੇ ਸੀ, ਅਤੇ ਉਹ ਉਸ ਪਾਸਿਓਂ ਤੁਰ ਪੈਂਦੇ ਅਤੇ ਉਰਲੇ ਪਾਸਿਓਂ ਗੁਰੂ ਸਾਹਿਬ ਤੁਰ ਪੈਂਦੇ। ਅਤੇ ਇੱਕ ਸਵਾਹ ਨਦੀ ਹੈ ਜਿਹੜੀ ਆ ਕੇ ਸਤਲੁਜ ਮਿਲਦੀ ਹੈ, ਉਹਦੇ ਬਿਲਕੁਲ ਕਿਨਾਰੇ 'ਤੇ ਗੁਰਭਲਾ ਜਗ੍ਹਾ ਹੈ, ਉੱਥੇ ਉਹ ਤੰਬੂਆਂ ਲਾ ਲੈਂਦੇ ਅਤੇ ਮਹੀਨਾ ਉੱਥੇ ਗਿਆਨ ਗੋਸ਼ਟੀ ਕਰਦੇ। ਇਹ ਬਹੁਤ ਡਿਸਕਸ਼ਨ ਦੇ ਬਾਅਦ ਇਹ ਰਿਜ਼ਲਟਸ 'ਤੇ ਉਹ ਪਹੁੰਚੇ ਨੇ। ਉਹ ਬਾਬਾ ਕਲਾਧਾਰੀ ਦੀ ਜਿਹੜਾ ਔਲਾਦ ਹੈ ਉਹ ਬਾਬਾ ਬੇਦੀ ਹੈ ਅੱਜ ਵੀ ਉਹਨੇ ਦੇ ਵਿੱਚ।
ਉਹ ਉਹਨਾਂ ਦੀ ਡਾਇਰੈਕਟ ਡਿਸੈਂਡੈਂਟ ਫੈਮਿਲੀ ਹੈ ਅਤੇ ਇਹ ਇਹ ਗੁਰੂ ਸਾਹਿਬ ਦੀ ਪਰਸਨੈਲਿਟੀ ਜਿਹੜੀ ਹੈ ਉਹਨਾਂ ਦੇ ਕੰਪੈਰੀਜ਼ਨ ਹੋਰ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ। ਇੰਜੀਨੀਅਰਿੰਗ ਵੀ ਸੌਖੀ ਹੋਈ। ਅੱਛਾ ਅੱਛਾ, ਤੁਸੀਂ ਜਰਮਨ ਵੀ ਜਾਣਦੇ ਹੋ, ਹਿੰਦੀ ਵੀ ਜਾਣਦੇ ਹੋਵੋਗੇ, ਇੰਗਲਿਸ਼ ਜਾਣਦੇ ਹੋ, ਪੰਜਾਬੀ ਜਾਣਦੇ ਹੋ, ਤਾਂ ਵੱਧ ਭਾਸ਼ਾਵਾਂ ਸਿੱਖਣਾ ਕਿੰਨਾ ਕੁ ਜ਼ਰੂਰੀ ਹੈ? ਥੋੜ੍ਹੀ ਬਹੁਤ ਬੰਗਾਲੀ ਵੀ ਜਾਣਦਾ। ਬੰਗਾਲੀ ਜਾਣਦੇ, ਉੱਥੇ ਰਹਿਣ ਗਏ, ਸਾਡੇ ਬੰਗਾਲੀ ਕਾਫੀ ਸੀਗੇ ਬੰਦੇ। ਖੜਗਪੁਰ ਵੀ ਬੰਗਾਲ 'ਚ ਹੀ ਹੈ। ਕਾਫੀ ਫਾਇਦਾ ਮਿਲਦਾ ਹੋਊਗਾ ਜ਼ਿਆਦਾ ਭਾਸ਼ਾ ਜਾਣਨ ਨਾਲ? ਨਹੀਂ, ਨੋਟ ਨੈਸੈਸਰੀ। ਦੇਖੋ ਗੱਲ ਸੁਣੋ, ਜ਼ਮਾਨਾ ਦਾ ਤਾਂ ਇਹੀ ਹੈ ਕਿ ਬਈ ਮੈਂ ਤੁਹਾਡੀ ਗੱਲ ਸਮਝ ਸਕਾਂ ਅਤੇ ਤੁਹਾਨੂੰ ਆਪਣੀ ਗੱਲ ਸਮਝਾ ਸਕਾਂ। ਗੱਲ ਤਾਂ ਇੰਨੀ ਹੈ, ਇਹਨਾਂ ਨੂੰ ਲੈ ਕੇ ਬਹੁਤ ਸਿਰ ਦੇ ਉੱਤੇ ਬੁਖਾਰ ਪਾਉਣ ਦੀ ਲੋੜ, ਬੁਖਾਰ ਨਹੀਂ ਚੜ੍ਹਾਉਣਾ ਚਾਹੀਦਾ। ਇਟ ਇਜ਼ ਅ ਮੈਟਰ ਆਫ ਕਮਿਊਨੀਕੇਸ਼ਨ ਅਤੇ ਨਥਿੰਗ ਮੋਰ ਦੈਨ ਦੈਟ। ਅਕਾਲੀਆਂ ਨੇ ਤਾਂ ਪੰਜਾਬੀ ਭਾਸ਼ਾ ਲਈ ਕਿੰਨਾ ਸੰਘਰਸ਼ ਕਰ ਲਿਆ ਜੇ ਇਕੱਲੀ ਕਮਿਊਨੀਕੇਸ਼ਨ ਦੀ ਭਾਸ਼ਾ ਸੀ। ਉਹ ਇਸ ਲਈ ਕੀਤਾ ਸੀ ਜੀ ਕਿਉਂਕਿ ਇਹਨਾਂ ਨੇ ਮੇਰੇ ਖਿਆਲ ਹੈ ਕਟਕ ਦੇ ਵਿੱਚ ਕਾਂਗਰਸ 50s ਦੇ ਵਿੱਚ, ਅਤੇ ਉਦੋਂ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਲਿੰਗੁਇਸਟਿਕ ਬੇਸਡ ਸਟੇਟਸ ਬਣਾਉਣੀਆਂ ਨੇ, ਅਤੇ ਸਾਰੀਆਂ ਬਣਾਈਆਂ ਅਤੇ ਸਾਡੀਆਂ ਨਹੀਂ ਬਣਾਈਆਂ, ਅਤੇ ਉਹ ਸਾਡੀ ਨਹੀਂ ਬਣਾਈ ਅਤੇ ਆਂਧਰਾ ਅਤੇ ਮਦਰਾਸ ਨੂੰ ਅੱਡ ਨਹੀਂ ਕੀਤਾ ਸੀ, ਤੇਲਗੂ ਐਂਡ ਤਾਮਿਲ ਨੂੰ। ਅਤੇ ਅਸੀਂ ਇਹੀ ਕਹਿੰਦੇ ਸੀ ਕਿ ਤੁਸੀਂ ਪੰਜਾਬੀ ਨੂੰ ਉਹੀ ਦਰਜਾ ਦਿਓ ਨੰਬਰ 1। ਤੁਸੀਂ ਹੈਰਾਨ ਹੋਵੋਗੇ, ਕਾਫੀ ਬਾਅਦ ਮੇਰੇ ਖਿਆਲ ਹੈ ਅਟਲ ਬਿਹਾਰੀ ਦੀ ਸਰਕਾਰ ਸੀ ਅਤੇ MP ਸਾਡੇ ਇਲਾਕੇ ਤੋਂ ਪੰਡਿਤ ਯਗਦਤ ਸ਼ਰਮਾ ਸੀ। ਉਹ ਨੂਰਪੁਰ ਬੇਦੀ ਇੱਕ ਪਿੰਡ ਹੈ, ਉਹ ਹੈ ਬਾਹਮਣਾ ਦਾ ਪਿੰਡ ਹੀ ਹੈ, ਛੋਟਾ ਜਿਹਾ ਪਿੰਡ ਹੈ, ਅਤੇ ਉਹ ਪੰਡਿਤ ਜੀ ਉੱਥੋਂ ਦੇ ਸਨ। ਅਤੇ ਮੈਂ ਤਾਂ ਉਹਨਾਂ ਨੂੰ ਕਾਫੀ ਬਾਅਦ ਮਿਲਿਆ ਇੱਥੇ ਜਦੋਂ ਮੈਂ ਆਇਆ, ਅਤੇ ਬਤੌਰ MP ਉਹ ਉਹਨਾਂ ਨੇ ਸਿਰਿਆ ਘੱਲਿਆ ਕਿ ਮੈਂ ਮਿਲਣਾ ਚਾਹੁੰਦਾ ਹੈ, ਮੈਂ ਕਦੋਂ ਆਵਾਂ? ਮੈਂ ਕਿਹਾ ਮੈਂ ਆਵਾਂਗਾ ਜੀ। ਮੈਂ ਚਲੇ ਗਿਆ ਉਹਨਾਂ ਕੋਲੇ, ਉਹਨਾਂ ਖਤਰ ਖੁਤਰ ਕੀਤੀ ਅਤੇ ਮੈਨੂੰ ਕਹਿੰਦੇ ਜੀ ਮੈਂ ਇੱਕ ਗੱਲ ਤੁਹਾਡੇ ਨਾਲ ਕਰਨੀ। ਮੈਂ ਜੀ ਹੁਕਮ ਕਰੋ। ਉਹ ਕਹਿੰਦੇ ਕਿ ਮੈਂ ਨਾ ਬੜਾ ਪੱਕਾ RSS ਦਾ ਵਰਕਰ ਰਿਹਾ। ਅੱਛਾ। ਅਤੇ ਮੈਂ ਜਦੋਂ ਇਹ ਫੈਸਲਾ ਕਰਦੇ ਸੀ ਕਿ ਬਈ ਹਿੰਦੀ ਲਿਖਾਓ ਜਾਂ ਪੰਜਾਬੀ ਲਿਖਾਓ, ਇੱਥੇ ਹੋਇਆ ਸੀ ਰੈਫਰੈਂਡਮ ਜਿਹਾ, ਅਤੇ ਮੈਂ ਪਿੰਡ ਪਿੰਡ ਜਾ ਕੇ ਨਾ ਆਪਣੀ ਮਾਂ ਦੀ ਹੱਤਿਆ ਕੀਤੀ। ਮਾਂ ਦੀ ਹੱਤਿਆ ਕੀਤੀ? ਮੈਂ ਉਹ ਕੀ ਕਹਿੰਦੇ ਮਾਂ ਤਾਂ ਮੇਰੀ ਪੰਜਾਬੀ ਹੈ। ਮੈਂ ਜਾ ਕੇ ਕਿਹਾ ਕਿ ਪੰਜਾਬੀ ਨਾ ਲਿਖਾਓ ਆਪਣੇ ਹਿੰਦੂ ਭਰਾਵਾਂ ਨੂੰ, ਹਿੰਦੀ ਲਿਖੋ। ਅਤੇ ਮੈਨੂੰ ਅੱਜ ਇਹ ਗੱਲ ਅਹਿਸਾਸ ਹੁੰਦੀ ਹੈ ਕਿ ਮੈਂ ਤਾਂ ਮਾਂ ਨੂੰ ਮਾਰਿਆ ਹੈ। ਅਤੇ ਉਹਦੇ ਅੱਖਾਂ 'ਚ ਆਂਜੂ, ਉਹ ਮੇਰੇ ਘੱਟੋ ਘੱਟ 30-40 ਸਾਲ ਵੱਡਾ ਸੀ, ਅਤੇ ਮੈਂ ਹੈਰਾਨ। ਅਤੇ ਖੈਰ ਮੈਂ ਜਿੰਨਾ ਦਿਲਾਸਾ ਦੇ ਸਕਿਆ, ਦੇਖਿਆ ਮੈਂ ਪੜ੍ਹੀ ਜੀ ਐਨਾ ਕਰੋ। ਕਹਿੰਦਾ ਮੈਂ ਤਾਂ ਕੋਈ ਪ੍ਰਸ਼ਚਾਤਾਪ ਕਹੋ, ਮੈਂ ਤਾਂ ਇਹ MP-ship ਛੱਡ ਕੇ ਰਾਜੀ ਹਾਂ, ਮੈਂ ਤਾਂ ਤੁਹਾਨੂੰ ਜੁਆਇਨ ਕਰਕੇ ਰਾਜੀ ਹਾਂ। ਮੈਂ ਕਿਹਾ ਐਨਾ ਕਰਿਓ, ਹੁਣ ਇਸ ਸਟੇਜ ਦੇ ਉੱਤੇ ਤੁਸੀਂ ਐਨਾ ਕਰੋ, ਠੀਕ ਹੈ? ਤੁਹਾਡੇ ਮਨ ਵਿੱਚ ਹੀ ਆ ਗਈ, ਬਹੁਤ ਵੱਡੀ ਗੱਲ ਹੈ, ਪ੍ਰਸ਼ਚਾਤਾਪ ਰੱਬ ਨੇ ਕਰਾਤਾ ਤੁਹਾਨੂੰ, ਕੋਈ ਬਾਤ ਨਹੀਂ। ਉਹ ਜਿਹੜੇ RSS ਦੇ ਵਰਕਰ ਸੀ ਨਾ, ਉਹਨਾਂ ਦੇ ਮਨ ਜ਼ਹਿਰ ਭਰ ਕੇ ਉਹਨਾਂ ਨੇ ਇਹ ਕਰਵਾਇਆ ਸੀ ਉਦੋਂ ਜੀ, ਵਿਚ ਇਜ਼ ਅ ਸ਼ੇਮ। ਦੇਖੋ ਮੈਂ ਮੇਰੇ ਸਾਹਮਣੇ ਤਾਂ ਇਹ ਅਚਾਨਕ ਆ ਗਈ ਗੱਲ, ਬਿਲਕੁਲ, ਅਤੇ ਮੈਂ ਤਾਂ ਵਾਕਫ ਹੀ ਨਹੀਂ ਸੀ ਇਹ ਕਹਾਣੀ ਨਾਲ। ਅਤੇ ਉਹਨਾਂ ਨੇ ਉਹਦੇ ਬਾਅਦ ਉਹ ਗਵਰਨਰ ਬਣਦੇ ਹੈ ਉੜੀਸਾ ਦੇ। ਅੱਛਾ। ਹਾਂ, ਅਤੇ ਹੀ ਵਾਜ਼ ਅ ਵੈਰੀ ਫਾਈਨ ਮੈਨ। ਮੈਨੂੰ ਜਿਹੜਾ ਬੰਦਾ ਯਾਰ ਕੁਛ ਵੀ ਗਲਤੀ ਕੀਤੀ ਹੋਵੇ ਮਗਰੋਂ ਉਹਨੂੰ ਮੰਨ ਰਹੇ ਆ ਜਾਏ, ਕਮਾਲ ਹੈ, ਪਬਲਿਕਲੀ ਕਮਾਲ ਹੈ, ਕਮਾਲ ਹੈ।
ਇਸ ਡੈਮੋਕ੍ਰੇਸੀ ਦੇ ਨਿਜ਼ਾਮ ਦੇ ਵਿੱਚ, ਸਿਆਸਤ ਦੇ ਵਿੱਚ ਤੁਹਾਨੂੰ ਲੋਬਿੰਗ ਬੜੀ ਕਰਨੀ ਪੈਂਦੀ ਆ, ਹੈ ਨਾ? ਜਿਵੇਂ RSS ਨੇ ਲੋਬਿੰਗ ਕੀਤੀ ਆਪਣੇ ਲਈ, ਉਹਨੇ ਹਿੰਦੀ ਭਾਸ਼ਾ ਹੀ ਲਿਖਵਾਉਣ ਲਈ ਜਾਂ ਹੋਰ ਕਿਸੇ ਲਈ। ਤਮਸ ਮੂਵੀ ਸਾਡੇ ਸਾਹਮਣੇ ਆਉਂਦੀ ਹੈ, ਤੁਸੀਂ ਕਹਿੰਦੇ ਹੋ ਵੀ ਜਿਹੜੀ ਉੱਥੋਂ ਟ੍ਰੇਨ ਆਈ ਉਹ ਹਿੰਦੂਆਂ ਦਾ ਜਿਹੜਾ ਮੇਨ ਗੜ੍ਹ ਸੀਗਾ, ਜਿਹੜੀ ਉੱਥੋਂ ਲਾਸ਼ਾਂ ਨਾਲ ਭਰ ਕੇ ਆਈ ਸੀਗੀ। ਤਾਂ ਸਿੱਖਾਂ ਦੀ, ਮਾੜੇ ਪੱਖ ਤੋਂ ਨਹੀਂ ਚੰਗੇ ਪੱਖ ਤੋਂ, ਸਿੱਖਾਂ ਦੀ ਲੋਬਿੰਗ ਹੈਗੀ ਸੀ ਜਾਂ ਉਹਨਾਂ ਦੇ ਪੱਤੇ ਸਾਰੇ ਖੁੱਲ੍ਹੇ ਹੀ ਰਹਿੰਦੇ ਸੀਗੇ ਹਮੇਸ਼ਾ? ਦੇਖੋ, ਹੁਣ ਤੁਸੀਂ ਕਹੋਗੇ, ਅਸੀਂ ਛੋਟੀ ਜਿਹੀ ਸਟੇਟ ਹੈ, ਹੁਣ ਪੰਜਾਬੀ ਸੂਬਾ ਜਿਹੜਾ ਹੈ, ਸਾਡੇ 13 MP ਬਣਦੇ ਆ ਇਲੈਕਟਿਡ ਜੀ, ਅਤੇ ਜੇ ਸਾਡੇ ਕੋਲ ਸੀਟਾਂ ਵਿਧਾਨ ਸਭਾ 'ਚ ਵੱਧ ਹੈ ਤਾਂ ਅਸੀਂ ਆਪਣੇ ਨੁਮਾਇੰਦੇ ਰਾਜ ਸਭਾ 'ਚ ਭੇਜ ਸਕਦੇ ਹਾਂ। ਮੇਰੇ ਹਿਸਾਬ ਨਾਲ ਰਾਜ ਸਭਾ ਦੇ ਵਿੱਚ ਜਿਹੜੇ MP ਭੇਜੀਏ ਉਹ ਚੁਣ ਕੇ ਭੇਜਣੇ ਚਾਹੀਦੇ, ਇਹੋ ਜਿਹੇ ਈਵਨ ਲੋਕ ਸਭਾ ਦੇ ਵਿੱਚ ਇਹੋ ਜਿਹੜੇ ਵਧੀਆ ਤੋਂ ਵਧੀਆ ਬੁਲਾਰੇ ਹੋਣ, ਜਿਹੜੇ ਕਈ ਜ਼ਬਾਨਾਂ ਦੇ ਮਾਹਰ ਹੋਣ, ਜਿਹੜੇ ਉੱਥੇ ਜਾ ਕੇ ਛਾ ਜਾਣ। ਉੱਥੇ ਜਾ ਕੇ ਡਾਂਸ ਪਾਣੀ ਕਰਨ ਦੀ ਲੋੜ ਨਹੀਂ ਹੈ, ਉੱਥੇ ਤਾਂ ਬੁਲਾਰਾ ਚੰਗਾ ਚਾਹੀਦਾ ਹੈ, ਆਫ ਸਪਿਨਰ ਜਾਂ ਵਪਾਰੀ ਭੇਜਣ ਦੀ ਲੋੜ ਨਹੀਂ, ਆਈਡੀਆ ਮੈਨ ਚਾਹੀਦਾ ਹੈ, ਔਰ ਬੁਲਾਰਾ ਚਾਹੀਦਾ ਜਿਹੜਾ ਉੱਥੇ ਬਾਕੀ ਬੁਲਾਰਿਆਂ ਦੇ ਮੁਕਾਬਲੇ ਦੇ ਉੱਤੇ ਆਊਟਸ਼ਾਈਨ ਕਰੇ। ਅਤੇ ਜਾਂ ਫਿਰ ਬੰਦਾ ਇਹੋ ਜਿਹਾ ਚਾਹੀਦਾ ਹੈ ਕਿ ਜਿਹੜਾ ਕਿ ਲੋਬੀ ਕਰ ਸਕੇ। ਲੋਬੀ ਕਰਨ ਵਾਸਤੇ ਇਹ ਹੁੰਦਾ ਹੈ, ਘਰ ਬੁਲਾਵੇ, ਖਾਣਾ ਪੀਣਾ ਦੇਵੇ ਅਗਲਿਆਂ ਨੂੰ, ਰੈਗੂਲਰਲੀ ਉਹਨਾਂ ਨਾਲ ਮਿਲੇ। ਹੁਣ ਅਸੀਂ ਭੇਜ ਦਿੱਤਾ ਸੰਤ ਫਤਿਹ ਸਿੰਘ ਦਾ ਡਰਾਈਵਰ, ਦੇਖੋ ਤੁਸੀਂ ਕੀ ਉਹਨੇ ਲੋਬੀ ਕੀਤਾ, ਕੀ ਉਹਨੇ ਸਪੀਚ ਦਿੱਤੀ। ਫਿਰ ਅਸੀਂ, ਮੇਰਾ ਦੋਸਤ ਸੀ ਗੁਲਸ਼ਨ, ਉਹ ਭੇਜਤਾ, ਉਹਨੇ ਉੱਥੇ ਜਾ ਕੇ ਪੋਇਟਰੀ ਰਿਸਾਈਟ ਕਰਨੀ ਸੀ। ਵਟ ਵਾਜ਼ ਇਟ, ਵਟ ਡਿਡ ਹੀ ਕੰਟਰੀਬਿਊਟ? ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਉਹ ਇੱਕ ਰਾਜ ਸਭਾ ਦੀ ਇਲੈਕਸ਼ਨ ਵਿੱਚ 77-78 ਦੀ ਗੱਲ ਹੈ ਜੀ, ਇੱਕ ਕਾਮਰੇਡ ਨੂੰ ਭੇਜਿਆ ਅਤੇ ਇੱਕ ਉਹ ਬੀਬੀ ਰਜਿੰਦਰ ਕੌਰ ਨੂੰ ਭੇਜਤਾ, ਅਤੇ ਹਰਕਿਸ਼ਨ ਸੁਰਜੀਤ ਨੂੰ, ਹਰਕਿਸ਼ਨ ਸੁਰਜੀਤ। ਅਤੇ ਮੈਂ, ਮੇਰੇ ਕੋਲ ਭੁਪਿੰਦਰ ਸਿੰਘ ਮਾਨ ਇੱਥੇ ਸਰਹੰਦ ਰਹਿੰਦੇ ਹੁੰਦੇ ਸਨ, ਉਹ ਆ ਗਏ। ਭੁਪਿੰਦਰ ਸਿੰਘ ਮਾਨ ਵਾਜ਼ ਵਨ ਆਫ ਦੋਜ਼ ਪੀਪਲ ਹੂ ਰਿਫਿਊਜ਼ ਟੂ ਸਾਈਨ ਦੀ ਕੰਸਟੀਟਿਊਸ਼ਨ ਆਫ ਇੰਡੀਆ ਜੀ, ਐਂਡ ਹੀ ਵਾਜ਼ ਐਨ ਐਕਸਲੈਂਟ ਓਰੇਟਰ, ਅੰਗਰੇਜ਼ੀ ਕੀ, ਪੰਜਾਬੀ ਕੀ, ਹਿੰਦੀ ਕੀ, ਉਹਨੂੰ ਨਹੀਂ ਕੰਸਿਡਰ ਕੀਤਾ। ਉਹ ਰਾਜ ਸਭਾ ਵਿੱਚ ਖੜ ਗਿਆ, ਉਹਨੂੰ 28 ਵੋਟਾਂ ਪੈ ਗਈਆਂ, ਉਦੋਂ ਸਾਡਾ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ ਜੀ। ਅਤੇ ਜਦੋਂ ਉਹ ਖੜ ਗਿਆ ਅਤੇ ਇਹਨਾਂ ਨੇ ਜੀ ਬੜੀ ਚਲਾਕੀ ਸਮਝੀ, ਇਹਨਾਂ ਨੇ ਸੋਚਿਆ ਜੀ ਇਹ ਕਿ ਇਹ ਮੇਰਾ ਹੀ ਕੰਮ ਹੋਊਗਾ। ਉਹਨਾਂ ਨੇ ਜੀ ਸਾਡੀਆਂ, ਜਿਹੜੇ ਸਾਡੇ ਧੜੇ ਦੇ ਬੰਦੇ ਸੀ ਨਾ, ਉਹ ਬੀਬੀ ਰਜਿੰਦਰ ਕੌਰ ਦੇ ਨਾਲ ਉਹਨਾਂ ਨੇ ਵੋਟਾਂ ਪਾਤੀਆਂ ਕਿ ਇਹਨਾਂ ਨੇ ਕਾਮਰੇਡ ਨੂੰ ਨਹੀਂ ਪਾਉਣੀਆਂ, ਉਹਦੇ ਧੜੇ ਨੂੰ ਪਾਉਣਗੀਆਂ। ਐਨੀਵੇ ਵੋਟਾਂ ਪਈਆਂ, ਬੀਬੀ ਰਜਿੰਦਰ ਕੌਰ ਅਤੇ ਇਹ ਕਾਮਰੇਡ ਜਿੱਤ ਗਏ ਜੀ, ਲੇਕਿਨ 28 ਵੋਟਾਂ ਪੈ ਗਈਆਂ ਭੁਪਿੰਦਰ ਸਿੰਘ ਮਾਨ ਨੂੰ। ਅਤੇ ਬਾਦਲ ਸਾਹਿਬ ਨੇ, ਟੋੜਾ ਹੁੰਦਾ ਸੀ SGP ਦਾ ਪ੍ਰਧਾਨ ਅਤੇ ਜਗਦੇਵ ਤਲਵੰਡੀ ਹੁੰਦਾ ਸੀ ਸਾਡਾ ਪ੍ਰਧਾਨ, ਇਹਨਾਂ ਨੇ ਫਤਿਹਗੜ੍ਹ ਸਾਹਿਬ, ਉੱਥੇ ਆਮ ਖਾਸ ਬਾਗ ਹੈ, ਉੱਥੇ ਉਹ ਤਲਾਬ ਹੁੰਦਾ ਸੀ ਅਤੇ ਵਿੱਚੋਂ ਬਣਾ ਕੇ ਥੜਾ ਜਿਹਾ ਹੈਗਾ ਬੈਠਣ ਵਾਸਤੇ ਵਿੱਚ ਗੱਬੇ, ਉਹ ਤਲਾਬ ਦੇ ਪੁਰਾਣਾ ਮੁਗਲ ਦੇ ਬਣਿਆ, ਉੱਥੇ ਉਹਨਾਂ ਨੇ ਮੈਨੂੰ ਸੱਦਿਆ ਅਤੇ ਟੇਬਲ ਲਾ ਕੇ, 3 ਕੁਰਸੀਆਂ ਅਤੇ ਚੌਥਾ ਮੈਂ, ਅਤੇ ਮੈਨੂੰ ਕਹਿੰਦੇ ਜੀ ਉੱਥੇ ਵੋਟਾਂ ਪੈ ਗਈਆਂ। ਮੈਂ ਜੀ ਹਾਂ ਪੈ ਗਈਆਂ, ਅਤੇ ਤੁਸੀਂ ਸਪੀਕਰ ਸਾਹਿਬ ਸਾਨੂੰ ਪਤਾ ਕਰਾ ਕੇ ਦੱਸੋ ਕਿ ਕਿਹਦੀਆਂ ਪਈਆਂ। ਅੱਛਾ, ਮੈਂ ਕਿਹਾ ਜੀ ਵੋਟਾਂ ਤਾਂ ਸੀਕਰਟ ਬੈਲਟ ਹੈ। ਨਹੀਂ ਜੀ, ਤੁਸੀਂ ਵਿਧਾਨ ਸਭਾ ਦੇ ਹੈਗੇ ਸਪੀਕਰ। ਮੈਂ ਕਿਹਾ ਸਰਦਾਰ ਪ੍ਰਕਾਸ਼ ਸਿੰਘ ਜੀ, ਉੱਥੇ ਫੌਜ ਤੁਹਾਡੀ ਲੱਗੀ ਹੋਈ ਹੈ,
ਵਿਧਾਨ ਸਭਾ ਦਾ ਕੋਈ ਬੰਦਾ ਉੱਥੇ ਗਾਰਡ ਨਹੀਂ ਹੈ, ਗਾਰਡ ਤਾਂ ਪੁਲਿਸ ਹੈ, ਤੁਹਾਡੀ ਪੁਲਿਸ ਹੈ, ਤੁਸੀਂ ਕਰੋ ਪਤਾ ਕਰਾ ਲਓ, ਤੁਸੀਂ ਖੋਲ੍ਹੋ। ਮੈਂ ਕਿਹਾ ਤੁਸੀਂ ਇੰਨੀ ਵਾਰੀ ਵੋਟਾਂ ਪਾਈਆਂ ਨੇ ਰਾਜ ਸਭਾ ਨੂੰ, ਤੁਹਾਨੂੰ ਪਤਾ ਨਹੀਂ ਕਿ ਜਿਹੜੀ ਵੋਟ ਹੈ ਉਹਦੀ ਸ਼ਨਾਖਤ ਵੀ ਤੁਸੀਂ ਕਰ ਸਕਦੇ? ਉਹ ਹੁੰਦਾ ਇਹ ਹੈ ਬੇਟਾ ਕਿ ਉਹ ਕਾਗਜ਼ ਜਿਹਾ ਹੁੰਦਾ, ਨਾਂ ਲਿਖਿਆ ਹੁੰਦਾ ਕਿ ਰਾਜ ਸਭਾ ਔਰ ਵਟੈਵਰ, ਉਹਦੇ ਇੱਕ ਚੇਪੀ ਹੁੰਦੀ ਹੈ। ਓਕੇ, ਜੋ ਤੁਸੀਂ ਜਾਂਦੇ ਹੋ ਯੂ ਸਾਈਨ ਦੀ ਰਜਿਸਟਰ ਕਿ ਮੈਂ ਵੋਟ ਪਾਉਣੀ ਹੈ, ਉਹ ਚੇਪੀ ਲਾ ਲੈਂਦੇ, ਉਹ ਲਾ ਕੇ ਤੁਹਾਡੇ ਨਾਂ ਦੇ ਨਾਲ ਉਹ ਰਜਿਸਟਰ 'ਤੇ ਲਾ ਲੈਂਦੇ ਨੇ ਕਿ ਇਹਨੂੰ ਵੋਟ ਅਸੀਂ ਦੇ ਦਿੱਤੀ। ਅੱਛਾ, ਵੋਟ ਡਜ਼ਨਟ ਹੈਵ ਦੀ ਨੇਮ ਆਫ ਐਨੀਬਡੀ ਦੈਟ ਪੇਪਰ। ਜੀ ਜੀ ਜੀ। ਐਂਡ ਯੂ ਕਾਸਟ ਇਟ ਟੂ ਹੂ ਐਵਰ ਯੂ ਵਾਂਟ, ਉਹਦੇ ਵਿੱਚ ਤੁਹਾਡਾ ਪਤਾ ਨਹੀਂ ਲੱਗਦਾ। ਮੈਂ ਮੈਂ ਜਗਦੇਵ ਨੂੰ ਕਿਹਾ, ਮੈਂ ਤੁਸੀਂ ਇੰਨੀ ਵਾਰੀ ਐਮ ਐਲ ਏ ਰਹੇ ਹੋ, ਤੁਸੀਂ ਕਈ ਵਾਰੀ ਵੋਟ ਪਾਈ ਹੋਣੀ ਹੈ, ਮੈਂ ਠੀਕ ਹੈ ਟੌੜਾ ਸਾਹਿਬ ਨੂੰ ਤਾਂ ਪਤਾ ਨਹੀਂ ਹੈ, ਤੁਹਾਨੂੰ ਤਾਂ ਪਤਾ ਹੈ, ਮੇਰੇ ਵੱਲ ਵੇਖਣ। ਮੈਂ ਜੀ ਕਿਵੇਂ ਪਤਾ ਕਰਾਓਗੇ? ਜੀ ਇਹ ਤਾਂ ਤੁਸੀਂ ਇਸ ਗੱਲ ਨੂੰ ਤੁਸੀਂ ਇੱਕ ਲੋਕਾਂ ਵੱਲੋਂ ਇੱਕ ਨੋਟਿਸ ਸਮਝੋ ਕਿ ਤੁਹਾਡੇ ਸਾਰੇ ਫੈਸਲੇ ਸਹੀ ਨਹੀਂ ਹੁੰਦੇ, ਤੁਸੀਂ ਖਾਲੀ ਇੱਕ ਛੋਟੀ ਜਿਹੀ ਜੁੰਡਲੀ ਬਣਾ ਕੇ ਉਹਨਾਂ ਦੇ ਨਾਲ ਸਲਾਹ ਕਰਕੇ ਕਰਦੇ ਹੋ। ਲੋਕਾਂ ਨੂੰ ਤਾਂ ਪੁੱਛੋ, ਪੁੱਛੋ ਕਿ ਚਾਹੁੰਦਾ ਕੀ ਨੇ, ਕਿਉਂ ਭੁਪਿੰਦਰ ਸਿੰਘ, ਵਾਈ ਕੌਣ ਹੈ ਭੁਪਿੰਦਰ ਸਿੰਘ, ਉਹ ਕਿੱਥੋਂ ਆ ਗਿਆ, ਉਹਦੀ ਖਾਸੀਅਤ ਕੀ ਹੈ। ਮੈਂ ਤਾਂ ਗੱਲਾਂ ਗੁੱਲਾਂ ਕਰਕੇ ਨਾ, ਮੈਂ ਕਿਹਾ ਬਾਕੀ ਤੁਹਾਡਾ ਕੰਮ ਹੈ, ਤੁਸੀਂ ਬਤਾਓ, ਮੈਂ ਆ ਗਿਆ। ਮੈਨੂੰ ਉਹਨਾਂ ਨੇ ਬੁਲਾਇਆ ਇਸ ਕਿ ਇਹਦੀ ਝਾੜੀਏ ਥੋੜ੍ਹਾ ਜਿਹਾ ਇਹਨੂੰ, ਉਹਨਾਂ ਨੂੰ ਲੱਗਦਾ ਤੁਸੀਂ ਕਰਾਇਆ। ਹਾਂ ਸ਼ਾਇਦ ਕਰਾਇਆ ਵੀ ਹੋਵੇ, ਕੀ ਪਤਾ। ਹਾਂ ਲੇਕਿਨ ਸਵਾਲ ਇਹ ਹੈ, ਦੇਖੋ ਇਕੱਲੇ ਬੰਦੇ ਦਾ ਕੰਮ ਹੈ ਨਹੀਂ।